ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨੌਨ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੈ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਜੀ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਕੇਸਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਹੋਵੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਕਬ ਹੂਨਾ ਛਟੈ ਖੇਤ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ ਇਹਨਾਂ ਬਚਨਾਂ ਨੂੰ ਪੂਰਨ ਕਰਦਿਆਂ ਹੋਇਆਂ ਸਤਿਗੁਰ ਸੱਚੇ ਪਾਤਸ਼ਾਹ ਜੀਓ 20ਵੀਂ ਸਦੀ ਦੇ ਮਹਾਨ ਅਮਰ ਸ਼ਹੀਦ ਜਥੇਦਾਰ ਸਵਰਗਵਾਸੀ ਭਾਈ ਗੁਰਦੇਵ ਸਿੰਘ ਜੀ ਕਿਉਂਕੇ ਜੋ ਕਿ ਅੱਜ ਤੋਂ 30 ਸਾਲ ਪਹਿਲਾਂ ਸਿੱਖ ਕੌਮ ਦੇ ਸੰਘਰਸ਼ ਕਰਦਿਆਂ ਸਤਿਗੁਰੂ ਜੀ ਸ਼ਹੀਦੀ ਪ੍ਰਾਪਤ ਕਰ ਗਏ ਉਹਨਾਂ ਦੀ ਯਾਦ ਵਿੱਚ ਗੁਰੂ ਨਾਨਕ ਰੋਡ ਦੀ ਸਮੂਹ ਸੰਗਤ ਸਮੂਹ ਪਿੰਡ ਕੌਂਕੇ ਦੀ ਸਾਧ ਸੰਗਤ ਵੱਲੋਂ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਮਿਲ ਕਰਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ 30ਵੀਂ ਬਰਸੀ ਮਨਾਉਂਦਿਆਂ ਹੋਇਆਂ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਸਮਰੱਥਾ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਪੂਰਨ ਕਰਦਿਆਂ ਹੋਇਆਂ ਸ਼੍ਰੀ ਖੰਡ ਪਾਠ ਪਰਸੋਂ ਰੋਜ਼ ਤੋਂ ਲੈ ਕਰਕੇ ਪ੍ਰਾਰੰਭ ਕਰਵਾਏ ਗਏ ਸਨ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਨਦਰੇ ਰਹਿਮਤ ਹੋਈ ਸੰਪੂਰਨ ਭੋਗ ਪਏ ਹਨ ਗੁਰਬਾਣੀ ਜਾਪ ਕਰਦਿਆਂ ਪਾਠੀ ਸਿੰਘਾਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮੱਤ ਪ੍ਰਦਾਨ ਕਰਨੀ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਗਾਉਣ ਕਮਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਕੇ ਉਹਨਾਂ ਦੇ ਜੀਵਨ ਤੋਂ ਸੇਧ ਸਮੂਹ ਸਮਾਜ ਨੂੰ ਸਮੂਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸੰਗਤਾਂ ਨੂੰ ਬਖਸ਼ਿਸ਼ ਕਰਨੀ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਭਾਈ ਗੁਰਦੇਵ ਸਿੰਘ ਜੀ ਕਿਉਂਕਿ ਜਿਨ੍ਹਾਂ ਨੇ ਮਹਾਨ ਘਾਲਣਾ ਘਾਲੀ ਗਰੀਬ ਨਿਵਾਜ ਜੀ ਉਹਨਾਂ ਦੀਆਂ ਘਾਲਣਾ ਘਾਲੀਆਂ ਥਾਂ ਪਾਉਣੀਆਂ ਪਰਿਵਾਰ ਨੂੰ ਪੰਥ ਨੂੰ ਭਾਣਾ ਮੰਨਣ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਪਰਸੋਂ ਰੋਜ਼ ਤੋਂ ਲੈ ਕਰਕੇ ਸਮੂਹ ਸਾਧ ਸੰਗਤ ਨੇ ਤਨ ਮਨ ਧਨ ਕਰਕੇ ਸੇਵਾਵਾਂ ਕੀਤੀਆਂ ਸਭ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਪ੍ਰਵਾਨ ਕਰਨੀਆਂ ਰਸਤਾਂ ਵਸਤਾਂ ਦੂਣ ਸਵਾਈਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਸਭਨਾਂ ਦੇ ਹਿਰਦਿਆਂ ਵਿੱਚ ਸਤਿਗੁਰ ਰੱਖਣ ਦੀ ਸਮਰੱਥਾ ਬਖਸ਼ਿਸ਼ ਕਰਨੀ ਸੰਨ 2024 ਨੂੰ ਲੈ ਕਰਕੇ
अमृत वेले तो लैके अमृत कहण वास्ते सतगुरु जीओ सभना का भला लोचन वास्ते बेअंत अनंत संगतां ने हाजरियां भरियां सब दियां हाजरियां तिल फुल भेटा प्रवान करनियां दरों घरों नामदान बच्चों परिवारों में तंदुरुस्तियां बख्शिश करनियां सब दे परिवारों में सुख शांति चढ़दी कला दे नाल सतगुरु जीओ नामदान दियां दातां बख्शिश करनियां आप जी दे हजूर समूह संगत वालों कड़ाह प्रसाद की देग हाजिर है दर प्रवान होवे प्रवान होया प्रसाद संगत विच वरताउण दी आग्या बख्शिश करने अते हुक्मनामे बख्शिश करके कृतार्थ करना हुक्मनामे उपर चलण दी बल बुद्धि समर्था बख्शिश करने उपरंत सारा दिन दीवान सजाउण दी आग्या बख्शिश करने अखर वादा काटा पुल चुक माफ करने जी सही गुरमुख प्यारे मेल जिन्हां मिलिया तेरा नाम चित आवे नानक नाम चढ़दी कला तेरे भाणे सरबत ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈਆ ਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ ਲਿਹ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੋਰਾ ਲੀਨ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਨਿੰਦਕ ਕਰ ਕਰ ਪਚੇ ਕਨੇਰੇ ਮ੍ਰਿਤਕ ਫਾਸ ਗਲੈ ਸਿਰ ਪੇਰੇ ਕਉ ਨਾਨਕ ਜਪੈ ਜਨ ਨਾਮ ਤਾਕੈ ਨਿਕਟ ਨ ਆਵੈ ਜਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧਿ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਸਹਿਜ ਸਮਾਧਿ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚਹੇ ਸਭ ਜੀਆ ਸੋ ਪ੍ਰਸੰਨ ਪਏ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ ਜਾਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਜਾਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਨਵੇਂ ਸਾਲ ਦੀ ਖੁਸ਼ੀ ਵਿੱਚ ਅਸੀਂ ਕਈ ਵਾਰੀ ਰੁੱਝੇ ਹੁੰਦੇ ਹਾਂ, ਪਰ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਾ ਭੁੱਲ ਜਾਇਓ ਕਿ ਜਿਨ੍ਹਾਂ ਨੇ ਕੌਮ ਦੀ ਖਾਤਰ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ। ਕਾਰਜਕਾਰੀ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਬਿਨਾਂ ਕਿਸੇ ਇਨਫੋਰਮੇਸ਼ਨ 'ਤੇ ਪੁਲਿਸ ਨੇ ਘਰੋਂ ਚੁੱਕ ਕੇ ਅੰਨਾ ਤਸ਼ਦਦ ਕੀਤਾ ਸੀ। ਸ਼ਰਵਣ ਸਿੰਘ ਕੋਟਲਾ ਉਹਨਾਂ ਨੇ ਨਿਰਵਸਤਰ ਕਰਕੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਨੱਕੇ ਵਿੱਚ ਪਾਣੀ ਮਾਰ ਮਾਰ ਕੇ, ਪਾਣੀ ਜਦੋਂ ਉਹਨਾਂ ਦੇ ਫੇਫੜਿਆਂ 'ਚ ਭਰ ਗਿਆ ਸੀ ਅਤੇ ਬੇਹੋਸ਼ ਹਾਲਤ ਵਿੱਚ ਬਾਹਰ ਸੁੱਟਣ ਦੇ ਬਾਅਦ ਉਹਨਾਂ ਨੂੰ ਹੱਥਾਂ ਅਤੇ ਪੈਰਾਂ ਦਾ ਨਹੁੰ ਜ਼ਾਲਮਾਂ ਨੇ ਕੋਹ ਕੋਹ ਕੇ ਨੋਚ ਦਿੱਤੇ ਅਤੇ ਉਹਨਾਂ ਦੇ ਮੂੰਹ 'ਚ ਖੂਨ ਵਗਣ ਲਾ ਦਿੱਤਾ ਗਿਆ ਔਰ ਅਖੀਰ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਬੋਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ 1 ਜਨਵਰੀ 1993 ਨੂੰ। ਸੋ ਸ਼ਹੀਦ ਭਾਈ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਨੂੰ ਅਸੀਂ ਸਿਜਦਾ ਕਰਦੇ ਹਾਂ ਔਰ ਗੁਰੂ ਨਾਨਕ ਰੋਡ ਦੀ ਸਮੂਹ ਸੰਗਤ ਵੱਲੋਂ ਅਤੇ ਪਿੰਡ ਕੌਂਕੇ ਦੀ ਸਮੂਹ ਸੰਗਤ ਵੱਲੋਂ ਸਤਿਗੁਰਾਂ ਦੇ ਚਰਨ ਪਸਦੇ ਹੋਏ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਔਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਾਰਿਆਂ ਵੱਲੋਂ ਕਿ ਮਾਲਕ ਪ੍ਰਭੂ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਉਹਨਾਂ ਦੇ ਪਰਿਵਾਰ ਅਤੇ ਸੀਸ 'ਤੇ ਮਿਹਰ ਪ੍ਰਿਆਤ ਰੱਖਣ। ਸ਼ਬਦ ਰਾਹੀਂ ਉਹਨਾਂ ਦੇ ਲਈ ਆਪਾਂ ਸਾਰਿਆਂ ਨੇ ਹੀ ਅਰਦਾਸ ਬੇਨਤੀ ਜੋਦਰੀ ਕਰਨੀ ਹੈ। ਤੁਧਨੂੰ ਨਿਵਣ ਮੰਨਣ ਤੇਰਾ ਨਾ, ਸਾਚ ਪੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਸੂਦਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿੱਤ, ਜੋ ਲੜੇ ਦੀਨ ਕੇ ਹਿੱਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇ, ਜੋ ਜੋ ਹੁਕਮ ਪਯੋ ਸਾਹਿਬ ਕਾ, ਸੋ ਮਾਥੇ ਲੈ ਮਾਨਿਓ,
जो जो हुकम भयो साहिब का सो माथे लें मानियो, जो जो हुकम भयो साहिब का सो माथे लें मानियो। आज्ञा में भूख सोई कर सूखा सोग हरख नहीं जाने आज्ञा में भूख सोई कर सूखा सोग हरख नहीं जाने जो जो कम भयो साहिब का सो माथे ले मानियो, जो जो कम भयो साहिब का सो माथे ले मानियो। मान मोह और लोभ विकार बियो चीत न कहलियो, नाम रतन गुणा हर बण जी लाद बखर ले चालियो, सेवक की ओडक निभही प्रीत ओडक निभही प्रीत, जीवत साहिब सेवियों अपना चलते रखियों चीत, जीवत साहिब सेवियों अपना चलते रखियों चलते रखियो जीत। Yeah.
पग हरख नहीं जाने भूख सोई कर सूखा सोग हरख नहीं जानियो जो जो भयो सो माथे ले मनियो आज्ञा में भूख सोई कर सूखा सोग हरख नहीं जानियो जो जो हुकम
भयो साहिब का सुमथे लै मने जो जो हुकम भयो साहिब का सुमथे लै मने सुमथे लै मने सुमथे लै मनियो सेवा प्रवान करनी हूँ अगला प्रोग्राम जो है वो इस चीज़ तो आप शरण करते हाँ भुलां गलतियां की खिमा सतगुरु जी बख्श लैणगे वाहेगुरु जी का खालसा वाहेगुरु जी की फतेह। सो गुरु प्यारी साध संगत जीओ जिमें आप जी ने पता है कि अकाल तख्त के जथेदार अमर शहीद भाई गुरदेव सिंह जी कौंके जो कि उन्होंने शहीद कर दिता गया सी उन्होंने कौम के वास्ते धर्म के वास्ते शहादत दिती है। सो आप संगत जिमें श्री अखंड साहब जी के भोग पवाए गए गुरु नानक रोड की समूह संगत पिंड कौंके की संगत वालों और गुरद्वारा श्री गुरु सिंह सभा के समूह प्रबंध वालों रल मिल के ये प्रोग्राम उलेख किया गया है। सो असी सारे ने ही उन्होंने लिए अरदास बेनती जोधरी करनी कि मालक प्रभु उन्होंने अपने चरणाच निवास बख्शीश करके परिवार से शीस से भाणा मना के बलो दम बख्शीश करके और जो संगत ने अरदास की है गुरु महाराज सारे की अरदास बेनती जोधरी प्रवान कर। सो हुण असी गुरु घर के अंथक सेवक सरदार मनजीत सिंह जी बुटल उन्होंने बेनती करते हैं कि उस स्टेज पर आ के कृपालता करन जो JP इंटरनेशनल ह्यूमन दीप गुरु दे जो इंटरनेशनल ह्यूमन राइट्स ग्रुप के यूरमेन प्रेजिडेंट वो आए हुए हैं उन्होंने सन्मानित करेंगे और इस तो बाद जो इंद्रपाल सिंह हैं वह भी इतने पिछे स्टेज पर आने की कृपालता करन जी। हुण आप जी के सन्मुख जो सारा विस्तार आप संगतान दसणगे सत्कारयोग सरदार मनजीत सिंह जी बुटल उन्हां पासों जो गहराई दे विच आप संगतान नाल विचार शरण करेंगे जी। वाहिगुरु जी का खालसा वाहिगुरु जी। वाहिगुरु जी का खालसा वाहिगुरु जी की फतेह। असी जिथे आज संगतां नूं नवे साल दियां बधाइयां दे रहे हाँ तुहानूं बहुत चंगी तरह याद है कि असी कल तक जो गुरु साहब का सफ़र आनंदपुर साहब का किला छड के शुरू होया सी ओ सारियां जिन्नियां भी शहादतां होईयां सारे सिखां दियां गुरु साहब दे साहिबजादियां दियां ओ कल ही फिर उस तो बाद छोटे साहिबजादे ते माता जी दे ओ मैं समझदा भी कल ही असी लास्ट सेरेमनी इत्थे ओ शहीदी मना के हटे हाँ। उस दे नाल ही जिथे असी अज ये नवा साल मना रहे हैं ते इहदे
मैं इस नवें साल दियां संगत नूं बधाइयां दिंदा। सब तो ज़्यादा बधाइयां दे पात्र मैं समझदा कौंके पिंड दी संगत है अज जिन्हां ने यह उपराला किया। एक इह जिहा जथेदार जो निमण वाला दबण वाला नहीं सी, जो बिल्कुल सिखां दे हक्कां वास्ते खड़ा होया, उस नूं 1986 दे सरबत खालसे दे विच जदों भाई जसवीर सिंह रोडे नूं जथेदार लाया गया सी तां उत्थे गुरदेव सिंह कौंके नूं उसे दिन एक्टिंग जथेदार लाया गया सी अकाल तख्त साहब दा, क्योंकि भाई जसवीर सिंह जी रोडे उस टाइम ते जेल दे विच नज़रबंद सन। भाई गुरदेव सिंह कौंके वह कौंके पिंड दे रहण वाले सी जो कि बिल्कुल जगराओं दे नेड़े है, और इन्हां नूं पुलिस ने 21 तरीक नूं 20 नूं चक्या घरों, और पिंड दे काफ़ी सिंह इकट्ठे भी होए पर ओह उस दे बावजूद भी लै गए। उस तो कुछ दिन ही बाद उन्हां दे दोते दी जो बहुत छोटा सी वह सुरगवास हो गया, तो फिर पिंड वालिया ने हिम्मत करके उन्हां नूं लिया उस वेले, पर उस तो बाद दोबारे फिर जो साड़ी रिपोर्ट आ उहदे मुताबक 27-28 नूं उन्होंने लिया चा के, जिदे SHO गुरमीत सिंह ते सवरन सिंह घोटना वो सीधे तौर पर इन्हां दे विच इनवॉल्व सन जो इन्हां ने गिरफ्तारियां कीतियां। और मैं इत्थे दसना चाहुंदा कि यह 1992 की गल है, दसंबर 1992, और इन्ना टॉर्चर किया गया कि उसनों मनाउण दी कोशिश करदे सी कि जो उसने काम शुरू किए ने, जिस तरह दियाँ पंचायतां लगदियां सी अकाल तख्त ते आके जो लोग उस तो फैसले कराउंदे सी, और इत्थों तक भी जे उह कौके पिंड दे विच भी आउंदा सी तां उत्थे भी पंचायतां आ जांदियां सी अपने फैसले कराउण वास्ते, क्योंकि जथेदार कौंके नूं सही फैसले करन दा माण प्राप्त है। इसे करके वह सारे इलाकों के लोग जानते ने कि वह बहुत ही सही फैसले कराते सी, और गौरमेंट उस वेले समझती सी कि उन्होंने बहुत बड़ा चैलेंज आ जे इस तरह ही ये जथेदार साहब काम करते रहे तो यह एक तरह की पैरल गौरमेंट चल रही सी। सो उन्होंने चक के टॉर्चर किया जगराओं, पहला पुलिस स्टेशन फिर CIA स्टाफ, और उत्थे जिहड़े लोगों ने देखिया बिच काम करने वाली जिहड़ा सफाई करती सी, और बिच एक दर्शन सिंह नां दा SPO जो अठूर पिंड दा सी वो भी उत्थे सीगा, और 31 तरीक नूं उसकी बहुत माड़ी हालत सी जथेदार साहब की। तो 1 तरीक 1993 नूं उन्होंने गोली मार के मारिया, और उस उन्होंने लिजा के कन्निया पिंड जो कि सिद्धमा बेट के नज़दीक है उत्थे लिजा के सतलुज के बिच टुकड़े टुकड़े करके सिट दिता। मैं इत्थे करैक्शन करनी चाहुंदा भी साढ़े ग्रंथी साहब ने नहर कहा सी, पर यह वह सतलुज सीगा जो उत्थों दी जा रहा है। सो इहदी जानकारी जो ये SPO सी वह असी पहले ही इन्वेस्टिगेशन कर रहे सी, इतों तक भी इहदे उत्ते हाई कोर्ट का रेड भी करवाया गया, पर वह जदों हाई कोर्ट का अफिसर आया तो इन्हां ने कौंके नूं चक के पिछली डोर दे विच दी पासे करता होर पासे लै गए। सो जिहड़ा हाई कोर्ट का अफिसर आया सी उहनूं कुछ पता नहीं चल सकिया, और ये इस तरह इन्होंने इनू लुकोया सारा कुछ। उस तो बाद जो गए SSP कोटना जो कि मनिया जाता बहुत ही तशद्दुद करने वाला आदमी से, सारयां पता सानू जो SSP कोटना करता सी। सो संगत जी ये
मैं इस करके बोल रहा कि इंटरनेशनल ह्यूमन राइट्स ऑर्गेनाइजेशन जी 1985 ह्यूमन राइट्स ना तो बनी सी पर 89 दे विच जो साढ़े इंटरनेशनल यूनिट बनाए गए बाहर आके तो उस वेले असी इसका नाम बदल के इंटरनेशनल ह्यूमन राइट्स ऑर्गेनाइजेशन रखिया। असी ये फुल इनवेस्टिगेटेड रिपोर्ट की है, ये कोई ये नहीं है कि ये कुछ भी कोई गलत हो, क्योंकि यदा प्रूफ मैं थोनों दिना बाद दे भी जगराओं सदर पुलिस स्टेशन CIA स्टाफ दे टॉर्चर किया गया 28 दिसंबर तो 1 जनवरी तक। उत्थे एक लोकल डॉक्टर भी सी जिन्हें यह सारा कुछ देखिया और 1 जनवरी तकरीबन 4 to 5 बजे 1 to 5 4 तक ये गड्डिया लैके सिद्धमा बेट उधर दी गए और लोगों ने देखिया कि कोई उत्थे कुछ नहीं होया, बस एवं ड्रामा करके वापस आ गए सिट के। तो उन्होंने उस तो बाद भगौड़ा करार देता कि जथेदार कौंके कस्टडी चो भज गया, जिहड़ा सिर्फ झूठ सीगा, क्योंकि उस दिन जिहड़ा SPO दर्शन सिंह सी वह साडा जो लुधियाने डिस्ट्रिक्ट कोर्ट्स जिहड़ियां उस वेले लक्कड़ पुल दे नाल हुंदियां सी उत्थे आ के उन्हें सारी यह कहानी सुनाई और बड़ा दब के रोया भी कि ये आ कुछ होया। तो पहला तो वो चाहता सी कि इस नूं असी कॉन्फिडेंशियल रखिए, पर जदों उस नूं दस्या गया कि ये बहुत जरूरी है थोड़ा मूहरे आना तो वह मन गया, फिर वह विटनेस बनिया। असी इस दी पूरे तरह रिपोर्ट छापी है और उस वेले गुड़े पिंड दे एक सरपंच एक पंच दो ये भी अंदर सी, क्योंकि गुड़े पिंड का एक बहुत ही यंग मुंडा चक लिया सी जिन्हों उसनू भी मार दिता सी सवर्ने ने, और सरपंच ने ते पंचा ने उहदी हमायत की तो उन्हें फड़ के वह भी अंदर कर दते। इत्थों तक जिहड़ा माना का चौंक आ उत्थे लोकां दी ह्यूमिलिएशन की सवर्ण कोर्ट ने जाके कि जिहड़ा भी इस तरह थाने च आऊगा उन्हूं मैं देखूंगा। सो इस तरह की यह रिपोर्ट आ, वह कदे भी वह अस्केप नहीं होया, कदे भी जथेदार कौंके भगौड़ा होने वाला इंसान ही नहीं सी। और इस तों बाद थोड़ा जिहा मैं यह दसना चाहुंदा कि जदों बेअंत की कांग्रेस की गौरमेंट तों बाद बादल की गौरमेंट आई है, मेरा ख्याल आ कि 97 या 98 की गल है, मैं खुद उत्थे गया होया सी तां साढ़े चेयरमैन DS गिल उन्होंने दसिया मैनू कि आप बादल साहब नूं मिलना कौंके दे संबंध च, और जस्टिस कुलदीप सिंह जो सुप्रीम कोर्ट दे रिटायर्ड जज सी उन्होंने अपॉइंटमेंट बनाई। असी तिने जाने बादल साहब नूं उन्होंने दफ्तर च मिले, बहुत चंगी तरह मिले और उसने पूरा विश्वास दवाया कि उन्होंने असी कोऑपरेट करिए, वो बिल्कुल ये सही एक्शन लैणगे। पर सारा कुछ दसण तो बाद फिर ये भी कहा कि जेड़ा भी जस्टिस कुलदीप सिंह नूं कहण लगे जेड़ा पुलिस का अफीसर तुसी कहो मैं वो ला दिना, वो इनवेस्टिगेट करूँ इस नूं प्रॉपरली। उन्होंने DS गिल नूं पूछा कुलदीप सिंह ने, तो उन्होंने ADGP BP तिवाड़ी रिकमेंड किया कि यह सारियां चो सानू यही ठीक लगता, और मैं इत्थे कह सकता कि तिवाड़ी ने यह सारी इनवेस्टिगेशन की जो असी रिपोर्ट दे विच लिखिया उसने बिल्कुल हूब हू वो सारी रिपोर्ट एक्सैप्ट कर ली कि यही कुछ होया, ये उदियां रिकमेंडेशन सी। पर अफसोस की गल है कि जिहड़े बादल साहब ने विश्वास दवाया सी वो उस तो बाद भी चीफ मिनिस्टर रहे, फिर 2 टर्म 3 टर्म उस तो बाद भी रहे, पर उन्होंने कुछ नहीं किया। मैं अज संगतां नूं दसना चाहुंदा कि अज अकाल तख्त ते भी बहुत सारिया जथेबंदियां इकट्ठियां हो के जथेदार कौंके की शहीदी का प्रोग्राम कर रही ने, पर मैनू लगता कुछ जथेबंदियां जिहड़ियां पोलिटिकल ने वो तो क्योंकि उन्हों का विकार
ਗੁਆਚਿਆ ਹੋਇਆ ਉਹ ਤਾਂ ਆਪਣਾ ਰੇਜ਼ ਕਰਨੀਆਂ ਚਾਹੁੰਦੀਆਂ ਨੇ, ਪਰ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਹੀ ਕੰਮ ਕਰਦੀਆਂ ਉਹ ਵੀ ਨਾਲ ਉੱਥੇ ਇਕੱਠੇ ਹੋ ਕੇ ਇੱਕ ਥਾਂ 'ਤੇ ਉਹ ਇਹ ਪ੍ਰੋਗਰਾਮ ਕਰ ਰਹੇ ਨੇ। ਸੋ ਸਾਨੂੰ ਅੱਜ ਇਹ ਸਾਰਾ ਕੁਛ ਦੇਖਣਾ ਪੈਣਾ ਕਿ ਇੱਕ ਪਾਸੇ ਸਾਡੇ ਹੋਰ ਜਿਹੜੇ ਸਿੰਘ ਨੇ ਉਹ ਵੀ ਸਾਰੇ ਜੇਲ੍ਹਾਂ ਦੇ ਵਿੱਚ ਬੰਦ ਨੇ, ਇੱਥੋਂ ਤੱਕ ਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਓਵਰ ਹੋ ਚੁੱਕੀਆਂ ਨੇ, ਤੁਹਾਨੂੰ ਵੀ ਪਤਾ। ਦੂਜੇ ਪਾਸੇ ਅੱਜ ਦੀ ਗੌਰਮੈਂਟ ਉਹ ਰੇਪਿਸਟਸ ਨੂੰ ਜੇ 5-4 ਸਾਲਾਂ ਬਾਅਦ ਹੀ ਛੱਡ ਦਿੰਦੀ ਆ, ਔਰ ਫਿਰ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦੀ ਪਾਰਟੀ ਦੇ ਬੰਦੇ ਲਿਆਉਂਦੇ ਨੇ। ਔਰ ਇੱਥੋਂ ਤੱਕ ਸਰਸੇ ਵਾਲੇ ਸਾਧ ਨੂੰ ਜਿਹਦੇ ਉੱਤੇ ਸੰਗੀਨ ਪ੍ਰੂਵ ਹੋਏ ਨੇ ਸਾਰੇ ਦੋਸ਼, ਉਸ ਨੂੰ ਵੀ ਬੇਲ ਦੇ ਦਿੱਤੀ ਜਾਂਦੀ ਆ, ਪਰ ਸਾਡੇ ਸਿੰਘਾਂ ਨੂੰ ਬੇਲ ਨਹੀਂ ਮਿਲਦੀ। ਔਰ ਤੁਸੀਂ ਦੇਖਿਆ ਹੋਣਾ ਕਿ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਬਿਆਨ ਕੀ ਦਿੱਤਾ ਰਾਜੋਆਣੇ ਵਾਸਤੇ। ਸੋ ਜਿਹੜੇ ਸਿੰਘਾਂ ਨੇ ਕੰਮ ਕੀਤੇ ਆ ਇਹ ਮੈਂ ਸਮਝਦਾ ਗੁਰੂ ਆਸੇ ਦੇ ਮੁਤਾਬਕ ਕੀਤੇ ਆ, ਉਹਨਾਂ ਨੇ ਕੋਈ ਪਰਸਨਲ ਕ੍ਰਿਮੀਨੈਲਿਟੀ ਨਹੀਂ ਕੀਤੀ, ਇਹ ਸਾਨੂੰ ਯਾਦ ਰੱਖਣਾ ਪੈਣਾ। ਉਹਨਾਂ ਨੇ ਕੌਮ ਦੇ ਕੰਮ ਕੀਤੇ ਨੇ, ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਸਿੰਘ ਮਾਫ਼ੀ ਮੰਗਣਗੇ। ਤੁਸੀਂ ਦੇਖਿਆ ਹੀ ਆ ਕਿ ਸਿੱਖੇ ਸੁੱਖੇ ਜਿੰਦੇ ਨੇ ਜਾਂ ਹੋਰ ਜਿੰਨੇ ਵੀ ਸਿੰਘ ਸੀ ਉਹਨਾਂ ਨੇ ਕਿਸੇ ਨੇ ਮਾਫ਼ੀ ਨਹੀਂ ਮੰਗੀ। ਸੋ ਸਾਨੂੰ ਤਾਂ ਇਹ ਸੋਚਣਾ ਪੈਣਾ ਕਿ ਅਸੀਂ ਜਸਟਿਸ ਲੈਣਾ ਕਿਵੇਂ ਆ। ਅਸੀਂ ਕਈ ਵਾਰੀ UNO ਕੰਨੀ ਨੂੰ ਭੱਜਦੇ ਹਾਂ, ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ। 93 ਦੇ ਵਿੱਚ UNO ਦੀ ਇੰਟਰਨੈਸ਼ਨਲ ਕਾਨਫਰੰਸ ਵਿਆਨਾ ਦੇ ਵਿੱਚ ਹੋਈ ਸੀ। ਅਸੀਂ ਸਾਡੀ ਜਥੇਬੰਦੀ ਇੰਟਰਨੈਸ਼ਨਲ ਹਿਊਮਨ ਰਾਈਟਸ ਔਰਗਨਾਈਜੇਸ਼ਨ ਜਥੇਦਾਰ ਕੌਂਕੇ ਦੀ ਜੋ ਵੀਡੀਓ ਸੀ ਅਸੀਂ ਬਣਾਈ ਹੋਈ, ਉਹ ਵੀਡੀਓ ਹੁਣ ਵੀ ਮੇਰੇ ਕੋਲ ਹੈ। ਉਹਦੇ ਵਿੱਚ ਉਹਨਾਂ ਦੀ ਸਿੰਘਣੀ ਦੇ ਬਿਆਨ, ਲੜਕੀਆਂ ਦੇ ਬਿਆਨ, ਹਰੀ ਸਿੰਘ ਜਿਹੜਾ ਲੜਕਾ ਉਹਦੇ ਬਿਆਨ, ਜਿਹੜੇ ਵਿਟਨੈਸ ਨੇ ਉਹ ਵੀ ਬਿਆਨ ਅਸੀਂ ਉੱਥੇ ਲਾਈਵ ਉਹ ਸੁਣ ਰਹੇ ਸੀ ਲੋਕ। ਤਾਂ ਉੱਥੋਂ ਦੀ ਮਨਮੋਹਨ ਸਿੰਘ ਸਾਡੇ ਕੋਲ ਦੀ ਲੰਘੇ, ਉਸ ਵੇਲੇ ਮਨਮੋਹਨ ਸਿੰਘ ਉਹਨਾਂ ਦੇ ਰੀਪ੍ਰਜੈਂਟੇਟਿਵ ਆਏ ਹੋਏ ਸੀ, ਅਤੇ ਅਸੀਂ ਪੁਆਇੰਟ ਆਊਟ ਕੀਤਾ ਵੀ ਆਹ ਦੇਖੋ ਵੀ ਆਹ ਸਿੱਖਾਂ ਦੀ ਹਾਲਤ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਉਸ ਤੋਂ ਬਾਅਦ ਇੱਕ ਮੀਟਿੰਗ ਸੀ ਜਿਹਦੇ ਵਿੱਚ ਹੋਰ ਵੀ ਜਥੇਬੰਦੀਆਂ ਨੇ ਹਿੱਸਾ ਲੈਣਾ ਸੀ। ਉੱਥੇ ਮਨਮੋਹਨ ਸਿੰਘ ਬੋਲ ਰਹੇ ਸੀ ਕਿ ਇੰਡੀਆ ਦਾ ਬਹੁਤ ਠੀਕ ਠਾਕ ਆ। DS ਗਿੱਲ ਨੇ ਜਦੋਂ ਖੜ੍ਹੇ ਹੋ ਕੇ ਕੁਐਸਚਨ ਕੀਤੇ ਤਾਂ ਮਨਮੋਹਨ ਸਿੰਘ ਮੀਟਿੰਗ ਛੱਡ ਕੇ ਚਲੇ ਗਏ। ਫਿਰ ਉਸ ਤੋਂ ਬਾਅਦ ਅਬਦੁੱਲਾ ਬੋਲਣਾ ਚਾਹੁੰਦਾ ਸੀ ਕਿਉਂਕਿ ਉਹ ਕਾਂਗਰਸ ਦੇ ਨਾਲ ਸੀ, ਉਹ ਵੀ ਭੱਜ ਗਿਆ। ਸੋ ਸਾਡੀ ਇਹੋ ਜਿਹੀ ਹਾਲਤ ਹੈਗੀ ਆ। ਕਈ ਵਾਰੀ ਅਸੀਂ ਸੋਚਦੇ ਹਾਂ ਵੀ UNO ਅੱਜ ਤੁਸੀਂ ਦੇਖ ਲਓ ਦੁਨੀਆ 'ਚ ਕੀ ਹੋ ਰਿਹਾ, UNO ਕੀ ਕਰ ਰਹੀ ਆ, ਕਿਹਦੀ ਆ UNO। ਸਾਡੇ ਸਿੱਖ ਇੰਟਰਨੈਸ਼ਨਲੀ ਮੈਂ ਸਮਝਦਾ 26 ਮਿਲੀਅਨ ਨੇ, ਅਸੀਂ ਬਹੁਤ ਪਿੱਛੇ ਹਾਂ, ਅਤੇ 16 ਮਿਲੀਅਨ ਨੇ ਉਹ ਸਾਡੇ ਨਾਲੋਂ ਬਹੁਤ ਅੱਗੇ ਆ। ਸਾਨੂੰ ਬਹੁਤ ਸਖਤ ਮਿਹਨਤ ਕਰਨ ਦੀ ਲੋੜ ਆ, ਦੇਖਣ ਦੀ ਲੋੜ ਆ ਕਿ ਅਸੀਂ ਗਲਤ ਕਰ ਰਹੇ ਹਾਂ, ਕੀ ਸਾਨੂੰ ਕਰਨਾ ਚਾਹੀਦਾ। ਸੋ ਇੱਥੇ ਮੈਂ ਜਿੱਥੇ ਕੌਂਕੇ ਜਥੇਦਾਰ ਸ਼ਹੀਦ ਜਥੇਦਾਰ ਕੌਂਕੇ ਦੀ ਸ਼ਹਾਦਤ ਦੀ ਗੱਲ ਕਰ ਰਿਹਾ, ਉੱਥੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਨਵਾਂ ਸਾਲ ਵੀ ਜਿਹੜਾ ਉਹ ਇੰਗਲਿਸ਼ ਨਵਾਂ ਸਾਲ ਮਨਾਉਂਦੇ ਹਾਂ, ਠੀਕ ਆ, ਪਰ ਜਿਹੜਾ ਸਾਡਾ ਸਿੱਖਾਂ ਦਾ ਨਵਾਂ ਸਾਲ ਆ ਉਹ ਚੇਤ ਤੋਂ ਮਾਰਚ ਦੇ ਮਹੀਨੇ ਸ਼ੁਰੂ ਹੁੰਦਾ। ਇਸੇ ਤਰ੍ਹਾਂ ਹੀ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਵੀ ਚੇਤ ਦੇ ਵਿੱਚ ਨਵਾਂ ਸਾਲ ਜਦੋਂ ਜਿਹੜਾ ਬਿਕਰਮੀ ਕੈਲੰਡਰ ਦੇ ਮੁਤਾਬਕ ਆਉਂਦਾ, ਤੁਹਾਨੂੰ ਪਤਾ ਵੀ 12 ਮਹਾਂ ਉਸੇ ਕੈਲੰਡਰ ਦੇ ਮੁਤਾਬਕ ਹੈ। ਸੋ ਮੈਂ ਸਮਝਦਾ ਵੀ ਸੰਗਤਾਂ ਉਸੇ ਤਰ੍ਹਾਂ ਹੀ ਹੁੰਮ ਹਮਾ ਕੇ ਆਉਣਗੀਆਂ। ਆਖਿਰ 'ਤੇ ਮੈਂ ਫਿਰ ਕੌਂਕਿਆਂ ਦੀ ਸੰਗਤ ਦਾ ਸਾਰੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਸਾਨੂੰ ਇਹ ਸ਼ਹੀਦ ਯਾਦ ਰੱਖਣੇ ਚਾਹੀਦੇ ਆ ਹਰ ਹਾਲਤ 'ਤੇ, ਅਤੇ ਨਾਲ ਹੀ ਇਸ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਲ ਸਾਥ ਦਿੱਤਾ, ਜਿਨ੍ਹਾਂ ਦੇ ਪ੍ਰਧਾਨ ਸਰਦਾਰ ਹਿੰਮਤ ਸਿੰਘ ਜੀ ਸੋਹੀ ਅਤੇ ਵਾਈਸ ਪ੍ਰਧਾਨ ਕੁਲਵੰਤ ਸਿੰਘ ਜੀ ਪਿੰਡਰ, ਜੋ ਇੱਥੇ ਹੀ ਬੈਠੇ ਨੇ ਪਰ ਉਹ ਮੈਨੂੰ ਲੱਗਦਾ ਬਹੁਤੇ ਠੀਕ ਨਹੀਂ ਹੈ ਇਸ ਕਰਕੇ ਨਹੀਂ ਬੋਲੇ। ਸੋ ਸਾਨੂੰ ਉਪਰਾਲੇ ਕਰਨ ਦੀ ਲੋੜ ਆ। ਆਖਿਰ 'ਤੇ
मैं अपने श्रद्धा के फुल फुल जथेदार कौंके अपने वालों इतों की कमेटी वालों तो कौंकों की संगत वालों पेंट करदा। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सो गुरु प्यारी सत्संग जो ये सन गुरु घर के अंतक सेवक सरदार मनजीत सिंह जी बुटर जो कि उन्होंने आप संगतों बड़े विस्थार विच जो अमर शहीद जथेदार सगवासी भाई गुरदेव सिंह जी उन्होंने बारे दसाया गया। उन्होंने 30वीं वर्सी मनाद गुरु नानक रोड की समूह संगत और पिंड कौंके की समूह संगत जो आई हुई है उन्होंने गुरु घर के मुख सेवादार सरदार हिम्मत सिंह सोही और समुचे प्रबंध वालों और वाइस प्रेजिडेंट सरदार कुलवंत सिंह पिंडर जी वह भी आए हुए हैं। उन्होंने श्रद्धा के फुल भेट करने सन पर उन्होंने थोड़ा गला खराब हैगा, इस करके उन्होंने बड़ी श्रद्धा भावना नाल कह के सारी संगत का और इत्थे दी संगत का पिंड कौंके की संगत का सारी संगत का धन्यवाद है कि आप संगत इन्ना समा कड़ के उन्होंने अज सारे आप एकत्र होए हाँ। सो सरदार मनजीत सिंह बुटर जी का उन्होंने बहुत बहुत धन्यवाद है। सो गुरु प्यारी सत संगत जी हो आप जी हूँ सरदार इंद्रपाल सिंह जी अपने विचार पेश करेंगे जी उन्होंने पासों दो चार मिनट होर आप संगत जो विचार शरण करने जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। मैं सिर्फ संगतों को इनफॉर्मेशन देनी चाहना कि यह प्रोग्राम अकाल चैनल के उत्ते लाइव चल रहा, यह भी मैं संगत का धन्यवाद करना चाहना और अकाल चैनल का भी जिहड़ा वो लाइव ब्रॉडकास्ट कर रहे हैं। ये साढ़े शहीद जथेदार जेडे स्टैंड लैके कौम वास्ते अपने वास्ते नहीं कौम वास्ते काम करते ने उन्हों का सानू इस तो भी ज़्यादा आदर मान करन दी लोड़ आ। अकाल चैनल का भी मैं धन्यवाद करदा जेडे उन्होंने लाइव ब्रॉडकास्ट कर रहे हैं। वाहिगुरू जी का खालसा, वाहिगुरू जी की फतेह। गुरु रूप गुरु प्यारी सत्संग जी इकट्ठे होके महाराज जी जो बख्शे जी फतेह ने सांझ पाए जी। वाहेगुरु जी का खालसा, वाहेगुरु जी की फतेह। सत्संग जी आप सारिआं नूं इस नवे साल दीआं लख लख वधाईआं होवे। गुरु महाराज अते प्रबंधकां दा बहुत कोटां शुकराना जो साडे परिवारां नूं इस बोलन दा मौका दित्ता। वी हेयर टू रिमैंबर शहीद गुरदेव सिंह जी ऑफ कौंके। Today marks the 30th anniversary of their Shahidi. As a family, we'd like to have a couple of minutes of your time to explain in English who Gurdev Singh Ji was and how they lived their life. We are blessed to say that we are the family of Jathedar Gurdev Singh Ji. We are fortunate that every time we go to India, to our pind, we receive so much love from some. BBG and her children always remind everyone that while they were their brother, husband, or father, they belonged to the Qaum. Whenever Jathedar Gurdev Singh Ji sat down as a family to do their Nitnem or Baat or held a Diwan, in their das, they would always do a binti to Maharaj for Shahidi. They are remembered by the Qaum for their humility, honesty, and strength of character. A Gursikh who everyone looked to when they needed help, even before they were appointed as Jathedar of Sri Akal Takht. From a young age, they lost their father and mother, their older brother and sister, and their younger sister. Their steps on the path began with the support of Gursikhs from Dodat village, who taught them Gurbani, and they subsequently learned Gurbani and Vyakhya from Damdami Taksal Sahib. Jathedar Ji is widely credited with the prosperity of Sikhi across the region.
and those who listened to their katha resonated with the positive messages and views of Sikhi. In the aftermath of 1984, in the 1986 Sarbat Khalsa, they were announced as Jathedar of Sri Akal Takht Sahib. They were the Jathedar for 7 years, but during those difficult times, they were on many occasions arrested, jailed, tortured, and then released without charge, many a time. They would spend their days, weeks, months imprisoned, but remained in Chardi Kala positive and would say it was good for their nitname and they could do more part. As a family, we don't have enough words or time to explain how they were, but the Qom recognizes this as them and them as a jewel in our Sikhi. I'm sure many of you who are listening would know more than me. Inniya bentiya tisi parwan karo ji. Wahe Guru Ji ka khalsa, wahe Guru Ji ki fateh. प्यारे सत्संग जीओ ये सन सरदार इंद्रपाल सिंह जी जो उन्होंने बड़े विस्तार नाल उन्होंने भी बड़े उन्होंने श्रद्धा के फुल फुल भेट किए हैं। प्रबंध संगता वालों इन्हों का भी धन्यवाद है जी। सारी संगत का समुचे प्रबंध वालों धन्यवाद और जी संगत सेवा करी लंगर प्रसाद पकाने की देगा की सेवा चौर सद उन्हों का भी धन्यवाद है। सो गुरु प्यारे सत्संग जीओ हुण सतगुरां दे जो पावन सुंदर स्वरूप हैं वह सचखंड नूं जाणगे। जिन्हें भी संगतां बैठियां खड़के सतगुरां दे अदब सत्कार च आपां नमस्कार करना है और जिहड़ी संगतां मत्था टेक रहियां ने उन्हां भी वह एक जगह खड़ जाण क्योंकि महाराज दे सरूप सचखंड नूं जाणगे। सो आपां सारणी महाराज दा सत्कार च बड़े हाथ जोड़ के खड़ना है और सतनाम वाहिगुरू दा आपां सारणी ही जाप करना है। जिहड़ी संगतां मत्था टेक रहियां जल्दी जल्दी छेती छेती थोड़ा मत्था टेक के राह जिहड़ा हैगा वह खुला कर देना क्योंकि सतगुरू जी हुण सचखंड साहिब नूं जा रहे हैं। सो संगतान बेनती है कि हम वाहगुरु का नाम सिमरन का जाप करना है। सतनाम श्री वाहे गुरु साहिब जी, सतनाम श्री वाहे गुरु, सतनाम श्री वाहे गुरु साहिब जी, सतनाम श्री वाहे गुरु साहिब जी, सतनाम श्री वाहे गुरु साहिब जी, श्री वाहे गुरु साहिब जी, सतनाम श्री वाहे गुरु साहिब जी, सतनाम श्री वाहे गुरु साहिब जी, सतनाम श्री वाहे गुरु, सतनाम श्री वाहे गुरु साहिब जी। बोले सोनिहाल सत श्री अकाल, वाहेगुरु जी का खालसा वाहिगुरु जी की फतेह। सो जुड़ बैठे गुरु प्यारी सत्संग जीओ, जिमें इंग्लिश नवा साल अज शुरू हो चुका है 2024 च आपां सारे ने प्रवेश किया है। समुचे प्रबंध वालों सारे ग्रंथ सिंघां वालों सारी संगत को लख लख वधाइयां और जो सिखां दा जो नवा साल है वह मार्च तो चेत महीने की संगरांद तो आरंभ होंदा है। सो उस दिन भी इसे तरह संगत का हड़ आना चाहिए है, ता ही सानू पता लगना है जी सिखां दे बारे कि असीं कितना गुरु नाल प्यार करदे हाँ और जो इस समा सतगुरों ने सानू बख्शिश किए हैं उस मालिक प्रभु का धन श्री गुरु ग्रंथ साहब जी का कोटानकोट धनवाद करते हाँ। और सरदार करमजीत सिंह उन्हां वल्लों भी संगत का धनवाद है। उन्होंने भी जो सुरगवासी जथेदार भाई गुरदेव सिंह जी कौंके उन्हां दी मिथी आर्ट श्री अखंडपाठ साहब उन्होंने भी सेवा लई हुई सी सरदार करमजीत सिंह जी, उन्हां दा भी असीं बहुत बहुत धनवाद करते हाँ। और गुरु प्यारे सात संगत जी हो एक गड्डी है उसका नंबर है LS710SB या 5B हैगा। सो LS720SB एक गड्डी है रेंज रोवर गड्डी है, बाहर गलत तरीके नाल खड़ी है तो इसनों डबल येलो लाइन पर खड़ी है क्योंकि टिकट लग जानी। इसनों जिन्ना छेती हो सके मूव किया जाए, कई बार होर गड्डियां भी ब्लॉक हो जाती हैं। सो ये बेनती प्रवान करनी। और गुरु प्यारे सत्संग जीओ जो
27 जनवरी नूं अमर शहीद धन धन बाबा दीप सिंह जी का जन्म दिहाड़ा है। सो उस दिन भी आप सारी संगत ने कतरों होना है धन धन बाबा दीप सिंह जी के जन्म दिहाड़े की खुशियां अंदर जो इत्थे दी सेवादार संगत जो शामां नूं सेवा करदे ने और समूह संगत वालों प्रबंध वालों रल मिल के 25 जनवरी 26 जनवरी और 27 जनवरी नूं 25 जनवरी नूं तुरकी बाणी दे श्री अखंड पाठ साहिब आरंभ होणगे और 27 जनवरी नूं श्री अखंड पाठ साहिब जी दे भोग पाए जाणगे। उपरंत बहुत वड्डे पद्धर ते दीवान सजना है जिस विच पंथ दे महान दीवान कीर्तनी जथे कथाकार आ रहे हैं। सो आप संगतां ये समा जरूर नोट कर लेना, थले नोटिस बोर्ड ते भी लिखा जाएगा, उत्थों भी नोट करके अगे संगत नूं आपां ने दसी जाना है। और धन धन श्री गुरु गोबिंद सिंह महाराज जी का 17 जनवरी नूं पावन प्रकाश दिहाड़ा आ रहा है, उस दिन भी आप संगतां नूं दस दिता जाएगा, नोटिस बोर्ड ते इनफॉर्मेशन दी जानी है। तो सारा आप जिहड़ा प्रोग्राम है नोटिस बोर्ड ते नोट करके संगतां नूं दसी जाना है जी। आओ हुण सत्कारयोग ज्ञानी रशपाल सिंह जी उन्हां पासों 3 बजे तक गुरबाणी विचार गुरु त्याग शरण करके लाहे प्राप्त करते हैं जी। वाहिगुरु जी का खालसा, वाहिगुरु जी की फतेह। वाहिगुरु वाहे गुरु साहिब जी धन वाहे गुरु साहिब जियो पहला मरण कबूल जीवन की छड आसू हो सबना की रेणुका तो आओ हमारे पास मरण मुनसा सूर्या हक है जो होए मरण परवाणो सूरे से अगे अखिय है दरगह पावह साची मानो सफल मूरत सफला कढ़ी जित सचे नाल प्यार दुख संताप न लगाई जिस हर का नाम आधार बाह पकड़ गुर काढ़िया सोई उतरिया पार बाह पकड़ गुर काढ़िया सोई उतरिया पार परम सन्मान योग चबर शतर तख्तां दे मालक दीन दुनिया दे मालक पातशाह मनोचिंदियां दौलतां बरकतां रहमतां दे नाल निवाजण हारे पतत पावन सतगुरु श्री गुरु ग्रंथ साहिब जी दी परम पवित्र हजूरी दे विच दूरों नेड़ियों चल के पहुंची हुई पहुंच रही
सतगुरु साहिब जी की साजी निवाजी सतगुरु जी का खास रूप खालसा साध संगत जी वडभागे हाँ वडमुला समां साध संगत विच बैठण दा सानू प्राप्त होया है। सतगुरु सचे पातशाह जी इस समय की मंग आप मंगदे और बचन कहिंदे ने साध संग प्रभ देहो निवास सर्ब सुख नानक परगास। सतगुरु जी आप अरदास करके ते साध संगत विच निवास मंगदे पए क्योंकि संगत विचों ही सारे सुखां दी प्राप्ति भी हो जाती है, हिरदे विच नाम दा भजन दा ज्ञान दा प्रकाश भी हो जाता है। सतसंगत जी मिथी हुई एक मिथ जो ईसा जी दे जन्म तो साल मिथिया होया है। मैं मिथ शब्द तां वरतिया क्योंकि मिथी हुई है भी उन्हां दे जन्म दी सन तो जन्म दे साल तो वह सन मिथ लई ते चलदियां चलदियां वह 224 साल हो गए उन्हां दे जन्म नूं ते विश्व भर दे विच उस नूं नवा साल कह के मनाया जा रहा है। पर असल विच वेखिए ते नवा ते कुछ भी नहीं है सतसंगत जी, सब कुछ पुराना ही है ते फिर पुराने दा पुराना ही रह जाना। बस अज दा दिन कल दा दिन ये आपां कहना भी नवा 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 इन्हें भी पुराना हो जाना और इसनूं मुख रख करके समागम जिहड़े मनाए जा रहे जिथे आपां इस दिन नूं बड़ी खुशी दे नाल मना रहे हैं उत्थे समुची सिख कौम बड़े वैराग दे हिरदियां दे विच कौम दे तख्त दे जथेदार शहीद जथेदार भाई गुरदेव सिंह जी कौम के उन्हां दी शहादत दे दिहाड़े नूं ही समुचा जो पंथ मना रहा है। मेरे तो पहला आप जीआं ने गुरु सवारियां दी रसना तो जथेदार जी दे उपर जो तशद्दद कीते गए जो जबर जुल्म दी इंतहा कीती गई धक्का कीता गया गलत इल्जाम लगाए गए उह सारे आप जी ने बचन गुरु सवारियां दे मुख तो रसना तो बड़े ही विस्थार सहित सरवण कीते ने। आओ दास नूं तुहाडे दर्शनां दा समां मिलिया है, मन चित बिरतियां एकाग्र करिए और दास कथा दी आरंभता नाम तो करेगा। तुहाडे विच जिहड़े बाणी नूं प्यार करन वाले सज्जण बैठे आ, बाणी पढ़न वाले सज्जण बैठे आ, जिहड़े गुरु नानक देव साहिब जी दे सिधांत नूं चंगी तरह जाणदे आ, उहनां नूं पता है कि धन गुरु ग्रंथ साहिब सच्चे पातशाह जी की बाणी दे 1430 अंग ने ते भागां वाले उन्हां 1430 अंगां विच्चों सतगुरु जी का एक भी पावन अंग ऐसा नहीं जिथे नाम दे बारे बचन नहीं कीते। बार बार बचन नाम जपना, नाम सिमरना, नाम ध्याउणा, नाम आराधना, नाम हिरदे च वसाउणा, बार बार बचन इहो ही आउणगे बार बार। ते हदायत भी यो कीती है भी बारंबार बार प्रभ जपी है भी अमृत यो मन तन तरपी है। एक तो आप शहीदां दी याद भी जुड़ के बैठे हाँ, दूसरा जो एक मिथी हुई मिथ के मुताबक नवा साल तुसी मना रहे हो, एक पासे अंदर खुशी की भी लहर है, जिहड़े पंथ दर्दी ने उन्हां दे अंदर दर्द की भी भावना बनी हुई है। तो आओ दो मिनट लाहा लईए, नाम दे नाल जुड़िए, दास जपेगा और उसी आवाज विच उसी लय विच सारी संगत ने मेरा साथ दे के उच्ची आवाज विच गज के जपना है। ये बेनती प्रवान कर लियो, कोई रसना वांझी ना रहो, सारी संगत गज वज के आओ मिल के जपीए जी वाहेगुरु 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 वाहेगुरु।
Waheguru, 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 Waheguru. संगत जी जिन्ना वड्डा सतगुरां जीआं दा सुंदर विशाल दरबार है ते जिन्नी संगत अज जुड़ी हुई है ना उन्नी आवाज़ नहीं आ रही। जिहड़े वीर लाइन विच कतार विच खड़े दर्शनां वास्ते आ रहे मैं उन्हां नूं भी बेनती करदा भाई जप लो वाहिगुरु कहीए मुख पवित्र वाहिगुरु कहीए सब दुख दित्तर वाहिगुरु कहीए साफ चरित्र वाहिगुरु कहीए वैरी भी मित्र जे इत्थे आ के नहीं जपणा ते घर च आपां किन्ना क जपदे आ तुहानूं भी पता ते मैनूं भी पता ही है ਤਾਂ ਗੱਜ ਕੇ ਸਾਰੇ ਕਿਰਪਾ ਕਰੋ ਭਾਈ ਵਾਹਿਗੁਰੂ 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 कबीर जिस मरने ते जग डरै जिस मरने ते जग डरै मेरा मन आनंद मेरा मन आनंद मरने ही ते पाईए मरने ही ते पाईए पूरन परमानंद पूरन परमानंद ਵਾਹਿਗੁਰੂ 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 ਗੁਰਫਤਿਹ ਅਰਜ ਕਰਦਾ ਪ੍ਰਵਾਨ ਕਰੋ ਖਾਲਸਾ ਜੀ ਗੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਾਣੀ ਕੇ ਬੋਹਿਥੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਲਾਹੌਰ ਦੀ ਧਰਤੀ 'ਤੇ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਨੂੰ 5 ਦਿਨਾਂ ਦੇ ਅਸਹਿ ਅਕਹਿ ਕਸ਼ਟ ਦਿੱਤੇ ਜਾ ਰਹੇ ਸੀ ਸ਼ਹੀਦ ਕੀਤਾ ਜਾ ਰਿਹਾ ਸੀ ਉਬਲਦੀ ਦੇਗ ਵਿੱਚ ਉਬਾਲਿਆ ਜਾ ਰਿਹਾ ਸੀ ਸੀਸ ਦੇ ਉੱਪਰ ਤੱਤਾ ਰੇਤਾ ਪਾਇਆ ਜਾ ਰਿਹਾ ਸੀ ਤੱਤੀ ਤਵੀ 'ਤੇ ਪਾਤਸ਼ਾਹ ਚੌਂਕੜਾ ਲਾ ਕੇ ਬੈਠੇ ਹੋਏ ਅਸਹਿ ਅਤੇ ਅਕਹਿ ਤਸ਼ੱਦਦ ਉਸ ਵੇਲੇ ਦੇ ਮੁਗਲ ਹਾਕਮਾਂ ਦੇ ਵੱਲੋਂ ਕੀਤਾ ਗਿਆ ਔਰ ਮੇਰੇ ਸਤਿਗੁਰਾਂ ਜੀਆਂ ਨੂੰ ਸ਼ਹੀਦਾਂ ਦੇ ਸਰਤਾਜ ਦਾ ਖਿਤਾਬ ਆਪਾਂ ਦਿੱਤਾ ਸ਼ਹੀਦਾਂ ਦੇ ਸਰਤਾਜ ਮੇਰੇ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਮਹਾਰਾਜ ਅਤੇ ਗੁਰਮੁਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਮਾਨੋ ਆਪਣੀ ਸ਼ਹਾਦਤ ਦੇ ਕਰਕੇ ਇੱਕ ਸ਼ਹੀਦੀ ਦਾ ਬੂਟਾ ਲਾ ਗਏ ਸਤਿਗੁਰਾਂ ਨੇ ਬਚਨ ਕਹੇ ਵੀ ਇਹ ਤਾਂ ਸ਼ਹੀਦੀ ਹੈ ਸ਼ਹੀਦੀ ਦਾ ਬੂਟਾ ਲਾ ਚੱਲੇ ਹਾਂ ਸਮੇਂ ਨਾਲ ਇਹਨੇ ਵਧਣਾ ਵੀ ਹੈ ਇਹਨੇ ਪ੍ਰਫੁੱਲਤ ਹੋਣਾ ਹੈ ਔਰ ਥੋੜ੍ਹੇ ਦਿਨਾਂ ਦੇ ਵਿੱਚ ਇਹ ਸ਼ਹੀਦੀ ਦੇ ਬੂਟੇ ਦੇ ਫੁੱਲ ਸੰਸਾਰ ਵਿੱਚ ਖਿਲਰ ਜਾਣੇ ਆ ਇਸ ਸ਼ਹੀਦੀ ਦੇ ਬੂਟੇ ਨਾਲੋਂ ਫੁੱਲ ਝੜਨਗੇ ਅਤੇ ਚਾਂਦਨੀ ਚੌਂਕ ਦੇ ਵਿੱਚ ਕੋਈ ਆਪਣੀ ਸ਼ਹਾਦਤ ਦੇਵੇਗਾ ਇੱਕ ਪਰਾਏ ਧਰਮ ਨੂੰ ਬਚਾਉਣ ਖਾਤਰ ਇਸ਼ਾਰਾ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵੱਲੇ ਫਿਰ ਆਖਿਆ ਕਿ ਚਮਕੌਰ ਦੀ ਸਾਰੀ ਜਿਹੜੀ ਯੂਹ ਹੈ ਨਾ ਉਹ ਮਹਿਕ ਉੱਠੇਗੀ ਇਸੇ ਸ਼ਹੀਦੀ ਦੇ ਬੂਟੇ ਨਾਲੋਂ 2 ਬਹਾਰ ਦੀ ਰੁੱਤ ਵਿੱਚ ਫੁੱਲ ਟੁੱਟਣਗੇ ਅਤੇ ਉਹਨਾਂ ਫੁੱਲਾਂ ਦੀ ਖੁਸ਼ਬੋ ਦੇ ਨਾਲ ਸਾਰਾ ਚਮਕੌਰ ਮਹਿਕ ਉੱਠੇਗਾ
ਤੇ ਕਹਿੰਦੇ ਇੱਥੇ ਸ਼ਹੀਦੀਆਂ ਰੁਕਣੀਆਂ ਨਹੀਂ। ਇਹ ਸ਼ਹੀਦੀ ਦੇ ਬੂਟੇ ਨਾਲੋਂ ਦੋ ਫੁੱਲ ਅੱਧ ਖਿੜੇ ਤੋੜ ਲਏ ਜਾਵਣਗੇ, ਅੱਧ ਖਿੜੇ ਫੁੱਲ, ਜਿਹੜੇ ਪੂਰੇ ਨਹੀਂ ਖਿੜੇ, ਅੱਧ ਖਿੜੇ ਫੁੱਲ ਟੁੱਟਣਗੇ ਤੇ ਉਹ ਅੱਧ ਖਿੜੇ ਫੁੱਲਾਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਜਾਵੇਗਾ। ਤੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕਹੇ ਕਿ ਯਾਦ ਰੱਖਣਾ ਕਿ ਇਹ ਜੋ ਸ਼ਹੀਦੀ ਦਾ ਬੂਟਾ ਲਾ ਕੇ ਚੱਲੇ ਹਾਂ, ਬਾਕੀ ਕੁੱਲ ਦੁਨੀਆਂ ਦੇ ਬੂਟਿਆਂ 'ਤੇ ਪੱਤ ਝੜ ਆਉਂਦੀ ਹੈ, ਸਮੇਂ ਨਾਲ ਪੱਤੇ ਝੜ ਜਾਂਦੇ ਆ, ਪਰ ਇਸ ਸ਼ਹੀਦੀ ਦੇ ਬੂਟੇ 'ਤੇ ਕਦੇ ਪੱਤ ਝੜ ਨਹੀਂ ਆਉਣੀ। ਕਿਉਂ? ਕਿਉਂਕਿ ਬਾਕੀ ਜਿੰਨੇ ਰੁੱਖ ਬੂਟੇ ਆ ਉਹਦੀ ਜੜ੍ਹ ਵਿੱਚ ਪਾਣੀ ਪੈਂਦਾ ਹੈ। ਕਹਿੰਦੇ ਅਸੀਂ ਸ਼ਹੀਦੀ ਦੇ ਬੂਟੇ ਦੀ ਜੜ੍ਹ ਖੂਨ ਵਿੱਚ ਲਾਈ ਹੈ ਅਤੇ ਸਾਡੇ ਤੋਂ ਬਾਅਦ ਸਾਡੇ ਪੰਥ ਸਾਡੀ ਕੌਮ ਦੇ ਵਿੱਚ ਸ਼ਹੀਦੀਆਂ ਪੈਂਦੀਆਂ ਹੀ ਰਹਿਣੀਆਂ। ਸ਼ਹੀਦਾਂ ਨੇ ਆਪਣਾ ਕੀਮਤੀ ਲਹੂ ਇਹ ਬੂਟੇ ਦੀ ਜੜ੍ਹ ਵਿੱਚ ਪਾਉਂਦੇ ਰਹਿਣਾ, ਇਸ ਕਰਕੇ ਨਾ ਬੂਟਾ ਸੁੱਕਣਾ ਅਤੇ ਨਾ ਕਮਲਾਉਣਾ ਅਤੇ ਨਾ ਇਹਦੇ 'ਤੇ ਪੱਤ ਝੜੀ ਆਉਣੀ ਹੈ। ਸੰਗਤ ਜੀ, ਪਾਤਸ਼ਾਹ ਜੀ ਨੇ ਜੋ ਬਚਨ ਕਹੇ, ਲਿਖਣ ਵਾਲੇ ਪੰਜਾਬੀ ਦੇ ਸ਼ਾਇਰ ਨੇ ਬੜੇ ਸੋਹਣੇ ਲਿਖੇ। ਮਹਾਰਾਜ ਕਹਿੰਦੇ ਕਿ ਥੋੜ੍ਹੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇੰਜ ਸੰਸਾਰ ਅੰਦਰ, ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰੇ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ ਟੁੱਟੇ ਜਦੋਂ ਦੋ ਰੁੱਤ ਬਹਾਰੇ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰੇ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ 'ਤੇ, ਲਾਗੇ ਖਿਜਾ ਨੇ ਇਸ ਦੇ ਢੁੱਕਣਾ ਨਹੀਂ, ਕਿਉਂਕਿ ਲੱਗੀ ਔੜ ਤੇ ਇਹਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਕਦੇ ਮੁੱਕਣਾ ਹੀ ਨਹੀਂ। ਔਰ ਵਾਕਿਆ ਹੀ ਜਿਉਂ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤੇ ਉਸੇ ਵੇਲੇ ਹੀ ਥੋੜ੍ਹੇ ਸਮੇਂ ਬਾਅਦ ਹੀ ਸਤਿਗੁਰਾਂ ਜੀਆਂ ਦੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਧਾਰਨ ਕੀਤੀਆਂ, ਦੋ ਤਲਵਾਰਾਂ ਪਹਿਨ ਲਈਆਂ। ਜਿੱਥੇ ਪਹਿਲੀਆਂ ਪੰਜ ਪਾਤਸ਼ਾਹੀਆਂ ਨੇ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ, ਸਬਰ ਵਿੱਚ ਰਹਿ ਕੇ ਸਹਿਜ ਵਿੱਚ ਰਹਿ ਕੇ ਉਹਨਾਂ ਦਾ ਮੁਕਾਬਲਾ ਕੀਤਾ, ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਲੀ ਬਲਕਾਰ ਪਰਉਪਕਾਰੀ ਯੋਧੇ ਬਣ ਕੇ ਆਏ। ਕਿਉਂਕਿ ਭਾਈ ਗੁਰਦਾਸ ਸਾਹਿਬ ਜਦੋਂ ਮਹਾਰਾਜ ਦੇ ਬਾਰੇ ਲਿਖਦੇ ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਤਾਂ ਮੁਗਲੀਆ ਹਕੂਮਤ ਦੇ ਖਿਲਾਫ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਪਣੀਆਂ ਫੌਜਾਂ ਤਿਆਰ ਕੀਤੀਆਂ, ਜਿਵੇਂ ਦਿੱਲੀ ਵਿਖੇ ਉਹਨਾਂ ਦਾ ਤਖ਼ਤ ਸੀ, ਲਾਹੌਰ ਵਿਖੇ ਉਹਨਾਂ ਬਾਦਸ਼ਾਹਾਂ ਦੇ ਤਖ਼ਤ ਸਨ। ਸਤਿਗੁਰਾਂ ਜੀਆਂ ਨੇ ਤਖ਼ਤ ਅਸਥਾਪਨ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ। ਸਿੱਖ ਪੰਥ ਦਾ ਪਹਿਲਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਪਾਤਸ਼ਾਹ ਜੀਆਂ ਨੇ ਸਿਰਜਣਾ ਕੀਤੀ, ਤਖ਼ਤ ਬਣਾਇਆ, ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ, ਆਪਣਿਆਂ ਸਿੱਖਾਂ ਨੂੰ ਹਦਾਇਤ ਕੀਤੀ, ਹੁਕਮ ਕੀਤਾ ਭਾਈ ਅੱਗੇ ਤੁਸੀਂ ਆਉਂਦੇ ਹੋ ਦਸ਼ਾਲੇ ਲੈ ਕੇ ਆਉਂਦੇ ਹੋ, ਰੁਮਾਲੇ ਲੈ ਕੇ ਆਉਂਦੇ ਹੋ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਆਉਂਦੇ ਹੋ, ਬਸਤਰ ਲੈ ਕੇ ਆਉਂਦੇ ਹੋ, ਹੁਣ ਜਿੰਨੇ ਸਾਡੀ ਖੁਸ਼ੀ ਲੈਣੀ ਹੋਵੇ ਉਹ ਵਧੀਆ ਨਸਲ ਦੇ ਘੋੜੇ ਲੈ ਕੇ ਆਵੇ ਅਤੇ ਵਧੀਆ ਕਿਸਮ ਦੇ ਹਥਿਆਰ ਲੈ ਕੇ ਆਵੇ। ਭਾਵ ਮੁਗਲੀਆ ਹਕੂਮਤ ਦੇ ਖਿਲਾਫ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜਬਰ ਦਾ ਮੁਕਾਬਲਾ ਹੁਣ ਸਬਰ ਦੇ ਨਾਲ ਨਹੀਂ, ਜਬਰ ਦਾ ਮੂੰਹ ਤੋੜ ਕੇ ਦੇਣ ਦਾ ਫੈਸਲਾ ਲੈ ਲਿਆ ਜੀ। ਤਾਂ ਚਾਰ ਜੰਗ ਲੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਹ ਜੋ ਅਣਖ ਦੇ ਨਾਂ 'ਤੇ ਗਊ ਗਰੀਬ ਦੀ ਰੱਖਿਆ ਦੇ ਵਾਸਤੇ ਜੰਗ ਲੜੇ, ਛੇਵੇਂ ਜਾਮੇ ਵਿੱਚ ਮਹਾਰਾਜ ਸਾਹਿਬ ਜੀ ਨੇ ਉਹਨਾਂ ਸਾਰੇ ਜੰਗਾਂ ਵਿੱਚ ਜਿੱਤ ਵੀ ਹੋਈ ਅਤੇ ਕਈ ਸਿੱਖ ਸ਼ਹੀਦ ਹੋਏ, ਸ਼ਹਾਦਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਚੱਲਦਿਆਂ ਚੱਲਦਿਆਂ ਸਮਾਂ ਆਇਆ ਨੌਵੇਂ ਸਤਿਗੁਰਾਂ ਜੀਆਂ ਦਾ, ਜੋ ਕਿ ਗੁਰੂ ਅਰਜਨ ਦੇਵ ਜੀ ਵੀ ਇਸ਼ਾਰਾ ਕਰ ਗਏ ਸੀ ਵੀ ਚਾਂਦਨੀ ਚੌਂਕ ਵਿੱਚ ਵੀ ਕੋਈ ਸ਼ਹੀਦ ਹੋਵੇਗਾ। ਉਹ ਇਸ਼ਾਰਾ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲੇ, ਅਤੇ ਮੌਕੇ ਦੀ ਹਕੂਮਤ ਉਹਨਾਂ ਦੇ ਅੱਗੇ ਵੀ ਸ਼ਰਤਾਂ ਇਹੋ ਹੀ ਰੱਖਦੀ ਹੈ
ਵੀ ਤੁਸੀਂ ਆਪਣਾ ਧਰਮ ਜਿਹੜਾ ਉਹ ਤਬਦੀਲ ਕਰ ਲਓ। ਤਿੰਨ ਬਚਨ ਕਹਿੰਦੇ ਆ, ਤਿੰਨ ਸ਼ਰਤਾਂ ਰੱਖਦੇ ਆ ਮਹਾਰਾਜ ਦੇ ਅੱਗੇ ਵੀ ਜਾਂ ਤੇ ਕਰਾਮਾਤ ਵਿਖਾਲ ਦਿਓ, ਦੀਨ ਮੁਹੰਮਦ ਦੀ ਕਬੂਲ ਕਰੋ, ਕਲਮਾ ਪੜ੍ਹਦੇ ਹੋ, ਜਾਂ ਫਿਰ ਕੋਈ ਕਰਾਮਾਤ ਵਿਖਾਲ ਦਿਓ, ਨਹੀਂ ਤੇ ਤੁਹਾਨੂੰ ਕਤਲ ਕੀਤਾ ਜਾਵੇਗਾ। ਤਾਂ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਧਰਮ ਤੁਸਾਂ ਨੂੰ ਤੁਹਾਡਾ ਪਿਆਰਾ, ਸਾਨੂੰ ਸਾਡਾ ਪਿਆਰਾ ਧਰਮ ਛੱਡਾਂਗੇ ਨਹੀਂ, ਕਰਾਮਾਤ ਨਾਮ ਕਹਿਰ ਦਾ ਕਰਾਮਾਤ ਵਿਖਾਵਾਂਗੇ ਨਹੀਂ। ਹਾਂ ਔਰੰਗਜ਼ੇਬ, ਤੂੰ ਕਾਤਲ ਬਣ, ਮੈਂ ਕਤਲ ਹੋਣ ਵਾਸਤੇ ਆਇਆ ਹਾਂ, ਤੂੰ ਕਤਲ ਕਰ, ਮੈਂ ਕਤਲ ਹੋਣ ਵਾਸਤੇ ਆਇਆ ਹਾਂ। ਤਾਂ ਬੜਾ ਉਹਨੇ ਜ਼ੋਰ ਲਾਇਆ ਸੀ ਕਾਜ਼ੀ ਦੇ ਰਾਹੀਂ, ਬੜਾ ਦਬਾਅ ਬਣਾਉਣ ਦਾ ਯਤਨ ਕੀਤਾ ਸੀ। ਤਿੰਨਾਂ ਜਾਣਿਆਂ ਨੂੰ ਭੇਜਿਆ, ਕਾਜ਼ੀ ਨੂੰ ਭੇਜਿਆ, ਜਲਾਦ ਜਲਾਲੋਦੀਨ ਨੂੰ ਭੇਜਿਆ, ਦਰੋਗੇ ਨੂੰ ਭੇਜਿਆ ਵੀ ਜਾਓ ਕਿਸੇ ਤਰ੍ਹਾਂ ਜਾ ਕੇ ਗੁਰੂ ਨੂੰ ਮਨਾਓ, ਸਾਡੀ ਕੋਈ ਰਹਿ ਜਾਵੇ। ਹੁਣ ਤਿੰਨੇ ਜਾਣੇ ਆਏ, ਬਚਨ ਧਿਆਨ ਨਾਲ ਸੁਣਿਓ, ਗੱਲ ਸ਼ਹੀਦਾਂ ਦੀ ਮੈਂ ਕਰਨੀ ਹੈ। ਤਿੰਨੇ ਜਾਣੇ ਆਏ ਇਕੱਠੇ ਹੋ ਕੇ ਮਹਾਰਾਜ ਦੇ ਸਨਮੁਖ ਪੇਸ਼ ਹੋਏ ਤਿੰਨੇ ਜਾਣੇ, ਤੇ ਕਾਜ਼ੀ ਕਹਿੰਦਾ ਜੀ ਅਜੇ ਵੀ ਤੁਸੀਂ ਮੰਨ ਜਾਓ, ਅਜੇ ਵੀ ਤੁਸੀਂ ਕਲਮਾ ਪੜ੍ਹਦੇ ਹੋ, ਨਹੀਂ ਤੇ ਮੈਂ ਖਾਨਦਾਨੀ ਕਾਜ਼ੀ ਹਾਂ, ਮੈਂ ਫਤਵਾ ਤੁਹਾਡੇ ਨਾਂ ਦਾ ਲਾ ਦੇਣਾ। ਅਜੇ ਜਲਾਦ ਕਹਿੰਦਾ ਜੀ ਮੈਂ ਖਾਨਦਾਨੀ ਜਲਾਦ ਹਾਂ, ਜੋ ਕਾਜ਼ੀ ਨੇ ਫਤਵਾ ਲਾਇਆ ਮੈਂ ਉਸੇ ਤਰ੍ਹਾਂ ਤੁਹਾਨੂੰ ਕਤਲ ਕਰ ਦੇਣਾ, ਮੇਰੇ ਹੱਥ ਨਹੀਂ ਕੰਬਣਗੇ, ਮੈਂ ਖਾਨਦਾਨੀ ਜਲਾਦ ਹਾਂ। ਦਰੋਗਾ ਕਹਿੰਦਾ ਜੀ ਮੰਨ ਜਾਓ, ਮੈਂ ਖਾਨਦਾਨੀ ਦਰੋਗਾ ਹਾਂ। ਤਾਂ ਇਹਨਾਂ ਤਿੰਨਾਂ ਨੇ ਜਦੋਂ ਖਾਨਦਾਨੀ ਦੀ ਗੱਲ ਕੀਤੀ ਨਾ, ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਥੋੜ੍ਹਾ ਜਿਹਾ ਮੁਸਕਰਾਏ ਇਹਨਾਂ ਵੱਲ ਵੇਖ ਕੇ, ਕਹਿੰਦੇ ਫਿਰ ਮੇਰੇ ਮਾਲਕ ਨੇ ਸਬੱਬ ਬੜਾ ਸੋਹਣਾ ਬਣਾਇਆ, ਕਾਜ਼ੀ ਤੂੰ ਖਾਨਦਾਨੀ ਕਾਜ਼ੀ ਹੈ, ਜਲਾਦ ਤੂੰ ਖਾਨਦਾਨੀ ਜਲਾਦ ਹੈ, ਦਰੋਗਿਆ ਤੂੰ ਖਾਨਦਾਨੀ ਦਰੋਗਾ, ਫਿਰ ਯਾਦ ਰੱਖਿਓ ਮੈਂ ਖਾਨਦਾਨੀ ਸ਼ਹੀਦ ਹਾਂ। ਮੇਰੇ ਵੱਡੇ ਸ਼ਹੀਦ ਹੋਏ ਨੇ, ਮੇਰੇ ਦਾਦਾ ਜੀ ਸ਼ਹੀਦ ਹੋਏ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਅੱਜ ਮੈਂ ਇੱਥੇ ਸ਼ਹੀਦ ਹੋਣਾ, ਤੇ ਚੇਤੇ ਰੱਖਿਓ ਇੱਕ ਫਰਕ ਪੈ ਜਾਣਾ। ਜੇ ਕਹਿੰਦੇ ਕੀ ਫਰਕ ਪੈ ਜਾਣਾ, ਤੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੁਹਾਡੀਆਂ ਖਾਨਦਾਨੀਆਂ ਵਿੱਚੋਂ ਕਾਜ਼ੀ ਪੁਣਾ ਦਰੋਗਾ ਚਾਰੀਆਂ ਜਾਂਦੀਆਂ ਰਹਿਣੀਆਂ, ਜਲਾਦ ਪੁਣਾ ਜਾਂਦਾ ਰਹਿਣਾ, ਮੈਂ ਖਾਨਦਾਨੀ ਸ਼ਹੀਦ, ਮੇਰੇ ਦਾਦਾ ਜੀ ਸ਼ਹੀਦ, ਮੈਂ ਸ਼ਹੀਦ ਹੋਣਾ, ਮੇਰੇ ਪੋਤਿਆਂ ਵੀ ਸ਼ਹੀਦੀਆਂ ਪਾਉਣੀਆਂ ਨੇ, ਮੇਰੀ ਕੁੱਲ ਵਿੱਚ ਮੇਰੀ ਪੀੜ੍ਹੀ ਵਿੱਚ ਸ਼ਹੀਦੀਆਂ ਪੈਂਦੀਆਂ ਹੀ ਰਹਿਣੀਆਂ ਨੇ। ਤਾਂ ਕਾਜ਼ੀ ਨੇ ਫਤਵਾ ਲਾਇਆ ਸੀ ਕਿ ਇਹਨਾਂ ਦਾ ਸੀਸ ਇਹਨਾਂ ਦੇ ਧੜ ਤੋਂ ਜੁਦਾ ਕੀਤਾ ਜਾਵੇ। ਜਲਾਦ ਜਲਾਲੋਦੀਨ ਬਹੁਤ ਭਾਰੀ ਤੇਗ ਲੈ ਕੇ ਆਇਆ, ਜਿਸ ਤੇਗ ਨਾਲ ਸਤਿਗੁਰਾਂ ਜੀਆਂ ਦੇ ਸੀਸ ਨੂੰ ਇੰਨੇ ਝਟਕਾਉਣਾ ਹੈ, ਮਰਨ ਨੂੰ ਕਤਲ ਕਰਨਾ। ਤੇ ਜਲਾਦ ਨੇ ਆਖਰੀ ਵਾਰ ਕੋਸ਼ਿਸ਼ ਕਰਨੀ ਚਾਹੀ ਵੀ ਖੌਰੇ ਡਰ ਜਾਣਗੇ ਮੇਰੀ ਤੇਗ ਵੇਖ ਕੇ, ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਕਦੇ ਪਿੱਛੇ ਜਾਂਦਾ। ਮਹਾਰਾਜ ਇਹਦੇ ਮਨ ਦੀ ਜਾਣ ਗਏ ਤੇ ਆਖਿਆ ਜਲਾਦਾ ਐਵੇਂ ਫੇਰੀਆਂ ਨਾ ਕੱਢ, ਜਿਸ ਕੰਮ ਵਾਸਤੇ ਔਰੰਗੇ ਨੇ ਭੇਜਿਆ ਆਪਣਾ ਉਹ ਕਰਮ ਕਰ, ਮੈਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ, ਕਿਉਂਕਿ ਹਜ਼ੂਰ ਮਾਨੋ ਕਹਿੰਦੇ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਕੱਢ ਲੈ ਸੌ ਤੇਗਾਂ, ਮੈਨੂੰ ਲੱਕ ਬਹਿ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਵੇਖ, ਬਾਪੂ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ, ਤੇਰਿਆ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵੇਖੇ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਉਹ ਲੱਖਾਂ ਲਵੇਗੀ ਤੇਰੀਆਂ ਖੋ ਤੇਗਾਂ। ਆਖਿਆ ਤੇਗ ਦਾ ਮੈਨੂੰ ਡਰ ਨਾ ਦੇ, ਮੇਰੇ ਦਾਦੇ ਨੇ ਦੋ ਪਹਿਨੀਆਂ ਸੀ ਮੀਰੀ ਪੀਰੀ ਦੀ, ਮੈਂ ਉਹਨਾਂ ਦੀ ਸ਼ਾਮ ਵਿੱਚ ਵੱਡਾ ਹੋਇਆ ਹਾਂ, ਮੇਰਾ ਆਪਣਾ ਨਾਮ ਤੇਗ ਬਹਾਦਰ ਹੈ, ਮੇਰੇ ਪੁੱਤਰ ਨੇ ਉਹ ਤੇਗ ਚਲਾਉਣੀ ਹੈ ਜਿਸ ਨੇ ਰਣ ਤੱਤੇ ਮੈਦਾਨ ਵਿੱਚ ਲੱਖਾਂ ਤੁਹਾਡੀਆਂ ਤੇਗਾਂ ਖੋ ਕੇ ਲੈ ਜਾਣੀਆਂ। ਇਸ਼ਾਰਾ ਸੀ ਚਮਕੌਰ ਸਾਹਿਬ ਦੀ ਜੰਗ ਵਾਲੇ ਪਾਸੇ। ਤਾਂ ਮੇਰੇ ਸਤਿਗੁਰੂ ਜੀ ਸ਼ਹੀਦ ਹੁੰਦੇ ਨੇ, ਦਿੱਲੀ ਦੀ ਧਰਤੀ 'ਤੇ ਹਾਹਾਕਾਰ ਮੱਚਦੀ ਹੈ। ਈਸਵੀ ਸੰਨ 1675 ਮਹੀਨਾ ਨਵੰਬਰ ਦਾ ਜਦੋਂ ਸਤਿਗੁਰਾਂ ਜੀਆਂ ਨੂੰ ਕਤਲ ਕੀਤਾ, ਦਿੱਲੀ ਵਿੱਚ ਹਾਹਾਕਾਰ ਮਚੀ, ਸਾ ਸੰਗਤ ਜੀ ਹਾਹਾਕਾਰ ਮਚੀ। ਇਸ ਹਾਹਾਕਾਰ ਦਾ ਜ਼ਿਕਰ ਜਿੱਥੇ ਇਤਿਹਾਸ ਦੇ ਗ੍ਰੰਥਾਂ ਵਿੱਚ ਸਾਨੂੰ ਮਿਲਦਾ ਹੈ, ਉੱਥੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆਪਾਂ ਬਾਣੀ ਵਿੱਚੋਂ ਬਚਨ ਪੜ੍ਹਦੇ ਹਾਂ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ। ਤੇ ਨਾਲ ਪੜਿਓ ਮੇਰੇ, ਜੈ 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 ਸੁਰ ਲੋਕ, ਜੈ 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 ਸੁਰ ਲੋਕ।
संगत जी एक सच्चा बचन कहवा, मैं थोड़ा दूरों आया तो मैं कुछ छकिया नहीं, बस इस तरह दरबार से आके तो कथा की हाजरी से बैठ गया। तो तुम जी मैं लगता भी छक के बैठे हो गए, तो आवाज़ नहीं निकलती पई, चाह पानी छक के बैठे हो, थोड़ा गज के कृपा करो, गज के बोलो सारे जाने। गुरु की गोदी में बैठे हुए हैं, आप शहीदों की याद मना रहे हैं, गज के कृपा करो। जय 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 सुर लोक, जय 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 सुर लोक। सो दिल्ली की धरती ते हाहाकार मची, देवत्या दे लोक विच जय जयकार हो गई। मेरे पातशाह जी शहीद होए, बाबा जैता जी सीस लैके आउंदे आ कीरतपुर साहब की धरती ते, जदों मिलदे आ ते कलगियां वाला पातशाह बाल उम्र गोबिंद राय 9 साल की उम्र पुछदे आ, बाबा जैतिया कल्ला ही मेरे पिता का सीस लैके आ गया, उत्थे होर सिख नहीं सी हैगे। आख्या पातशाह बड़ा वड्डा इकट्ठ सी, हिंदू बहुत सी, मुसलमान बहुत सी, तेरे सिखां दी भी गिणती बहुत ज्यादा सी, पर सतगुरा पता ही नहीं सी लगदा पिया भी हिंदू कौन है, मुसलमान कौन है, सिख कौन है। ते उत्थे जिथे बाबे नू छाती ना लाया, गुरु पातशाह ने आख्या रंगरेटे गुरु के बेटे, ते आख्या बाबा जैतिया कोई गल नहीं, जे मेरे सिख दा उत्थे पता नहीं ना लग्या, पहचान नहीं आई, कुछ सालां दा समा होर है, 23-24 साल होर लंघने आ, ते मैं अपने सिख नूं एदां दा सिंघ बनाउणा, एदां दा शस्त्रधारी बनाउणा, उहदे सिर ते मैं सोहणी दस्तार सजाउणी आ, गात्रे उहनूं कृपाण देणी, तेड़क शहरा पाउणा, ते जदों मेरा साबत सूरत सिंघ गुरू का खालसा लखां दे इकट्ठ विच इक जाके खलोवेगा, पता लगेगा गोबिंद सिंह दा सिंघ खलोता होया है, उहनूं बोल के नहीं दसणा पवेगा। पर अज सत संगत जी जिहड़ा स्वरूप सानूं दित्ता सी ना मेरे महाराज ने, आपां उहनूं विगाड़दे पए आ। पहले पातशाह जी ने भी सानूं इह बचन दित्ते आ कि काजी रुकण दीन नूं बचन कहे सी, उह वाले साबत सूरत रब दी भन्ने बेईमान, दरगह ढोई ना मिले काफर कुत्ता शैतान। ये रब की साबत सूरत है, ये दाड़ा, ये दस्तार, ये सतगुरां ने सानू चिन्ह बख्शे आ, इन्हां दी भन तोड़ ना करिए। साबत सूरत दस्तार सिरा, गुरु की बाणी में लिखिया है, जिन्हां ने केस कतल कराए आ भाई की लैणा जे, ये केस कतल करा करा के की मिल गया अज तक तुहानू, ये वाहिगुरु जी की दात है। श्रीमान संत ज्ञानी जरनैल सिंह जी खालसा पिंडर वाले महापुरशां नूं कोई नौजवान जिन्हें केस कतल किए हुए सी वो आके मिलिया, कहिंदे महापुरशो एक ते तुहाडे कोलों डर भी लगता है, तुसीं वीर रस विच रहिंदे हो, पर बड़ी हिम्मत करके मैं तुहाडे दर्शनां वास्ते पहुंचिया, ते कृपा करो मैनूं जुगती दसो कि मैं केस कतल कराउणा, मैं केस रखने चाहुणा, किदां रखां। ते बाबे जरनैल सिंह ने सीधा जिहा जवाब दिता, कहिंदे फिर गभरूआ नौजवाना, बहुता कुछ करन दी लोड़ नहीं, तू कटाउणे छड़ दे रखे ते आपे जाने आ। आखो सतनाम श्री, तू कटाउणे छड़ दे रखे ते आपे जाने आ, इह महापुरशां दा जवाब सी। इस करके जिन्हां ने केस कतल कराया, मैं उहनां नूं इह महापुरशां दा बचन दे के जा रहा, पल्ले च बन लिओ, कटाउणे छड़ दिओ, रखे ते आपे जाने, रखण दी नहीं लोड़ पैणी। ये अकाल पुरख ने आप माता दे गर्भ दे विच साडे सिर ते दित्ते आ, असीं कटाई जाने आ ओह आई जांदे आ, सानूं शर्म नहीं आउंदी, कटाई जाने आ ओह आई जांदे आ, कटाई जाने ओह आई जांदे आ। उहदे असूल नूं समझ लईए, कुदरत दे इस सुनहरी असूल नूं समझ लईए, खैर अपनी सिखी नूं सांभीए, अपने सिर दे जूड़े नूं सांभीए, अपनी गुरमुखी नूं सांभीए, पंजाबी नूं सांभीए, ऊड़े नूं सांभीए, ऊड़ा भी सांभीए ते जूड़ा भी सांभीए, अज सांभण दी लोड़ है। मैं इस धरती ते पहली दफा आया संगत जी, इत्थे मैनू सिखी दा गूढ़ा रंग वेखण नूं मिलदा पिया है, ते मन खुश हो रहा है। जिस भी गुरु घर विच जाना, नौजवान दाड़ियां वाले मिलदे पए आ, सिरां ते दमालियां वाले मिलदे पए आ, इत्थों दी आबो हवा ही कोई ऐसी है,
पंजाब तो दूर आके तुहानू रंग चढ़दा पिया ते महाराज इस रंग नू होर गूढ़ा करे आखो सतनाम श्री। तां साबत सूरत गुरु का एक सिंह लखां करोड़ां विच जाके भी खलो जावे ते साध संग जी दसण दी लोड़ नहीं भी मैं गुरु का सिंह हां, पता अपने आप ही लगता है। अज साडे सिर ते टोपियां आ गईयां जो कि बहुत सतसंग जी कह लो कि अफसोस वाली गल है, जेना टोपी पा के घूमदे विच बाजारां दे क्यों गड्डियां ते लिखाउणा पैंदा पुत सरदारां दे। दाड़ा प्रकाश कर लो, सिर ते दस्तार सजा लो ते तुहानू अपने साधना ते लिखा के नहीं दसना पैना भी मैं सरदारां दा पुत हां। जिधरों फेरा पै गया पता लगूगा भी सरदारां दा काका फेरा मार गया, दसण दी लोड़ नहीं पैणी। खैर सतगुरां ने खालसा साजिया जी, खालसे नू आन मान शान बख्शी ते इन्ना माण दिता, आख्या खालसा मेरो रूप है खास, खालसे मैं हाँ करो निवास। धर्म दे नां ते मेरे पातशाह जी ने 14 वड्डे जंग लड़े ते 14 जंगां विच धन गुरु गोबिंद सिंह साहिब सच्चे पातशाह जी दी फतेह हुंदी है, जित हुंदी है। और समा अपनी चाले चलदा गया, समा आया 1704 ईस्वी दा, सतसंग जी 1704 ईस्वी सन दा समा, महीना दसंबर दा, जिहड़ा पोह दा महीना, पिछला हफ्ता सारा ही लंघ के गया। ये आला समा आनंदगढ़ दे किले नूं घेरा, आनंदपुर साहब नूं घेरा पाया गया, 22 धार दियां 22 दियां 22 फौजां आईयां, दिल्ली तों वड्डा लाम लश्कर, सरहंद दा सूबेदार, लाहौर दा सूबेदार, कश्मीर दा सूबेदार, आपो अपनियां फौजां लै के 10 लाख तों वध जिहड़ी फौज है इहदा घेरा है। 7-8 महीने घेरा पिया रहा, हालात बद तों बदतर हुंदे गए और सिंह फिर व्याकल होए, कहिंदे आ कि पातशाह हुण भुख नहीं जरी जांदी। जो इतिहास ने बचन सांभे आ कि सिंह कहिंदे मारे भुख जरी नहीं जांदी, ते आप जी ये हुण आप कह रहे आपां किला छड्ड दईए। सतगुरां ने परतावा दिता, ये गड्डियां दे उपर टुटे छित्तर पुराने जिहड़े बर्तन सी, फटे पुराने भांडे बस्तर टुटे भांडे वो लद्दे ते कीमती दशाले नाल ढाके जदों गड्डे बाहर तोरे ते उन्होंने हमला करके सारा लुटना चाहिया। परतावा दिता भी ये धोखा करनगे, फिर उन्होंने कसमां चुकियां, वादे कीते, सौवां चुकियां ते 7-8 पोह दी विचली रात नूं पातशाह जी ने ना चाहुंदिया आनंदपुरी नूं छड्डिया ते अजे कीरतपुर साहब तक पातशाह जांदे आ ते टिड्डी दल चढ़ के आ जाता, हमलावर हो के आ जाते, पातशाह जी डट के मुकाबला करते आ, नाले ते सिंह जूझते आ, शहीदियां पैंदियां नाले, सरसा दे उरले किनारे ते पातशाह जी आसा जी दी वार दा कीर्तन गायन करते आ, परिवार विछड़ जाता, 3 हिस्से हो जाते आ। चमकौर दा जंग मेरे पातशाह जी लड़दे आ ते जंग चमकौर दे विच वड्डे साहिबजादे 5 प्यारियां दे विचों 3 प्यारे भी उत्थे शहीदियां पा जाते आ। साका सरहंद आप जी पिछला सारा हफ्ता गुरु दे सवारियां तो सुनते रहे हो, मैं केवल पंछी झात मार के लंघदा पिया। छोटे साहबजादे शहीद होए, सन्मान योग माता गुजर कौर जी शहीद हो गए, वड्डे साहबजादे शहीद होए ते सतसंग जी वो कलगियां वाला मेरा पातशाह जदों चमकौर दी गढ़ी दे विचों पातशाह जी खालसे दा हुक्म मन के लगे ना निकलन, क्योंकि खालसे ने पहलों बेनती की सी महाराज गढ़ी छड जाओ, जे तुसी रहिंदे हो दोबारा तो सिंघां नू साज लाओगे, जे तुहाडी इत्थे शहीदी पैंदी है पंथ जिहड़ा हो सकदा खत्म हो जावे, साडी बेनती मनो तुसी गढ़ी छड के चले जाओ। ते मेरे धन पातशाह जी कहिंदे नहीं खालसा जी इस तरह नहीं हो सकदा। फिर 5 सिंघां ने हुक्म कीता सी, नहीं असीं हुक्म करदे आ, तुसी सानू हक दित्ता है, असीं हुक्म करदे आ गढ़ी छड के चले जाओ। तां गुरु गोबिंद सिंह पातशाह अपने खालसे दा हुक्म मन के जदों चमकौर दी गढ़ी नूं छड्डदे आ ना, हुण इत्थे भी मेरी बेनती ध्यान नाल सुणियो, जे जिथे मैं इतिहास सुना रहा उत्थे मेरे मन दा इह मनोरथ है भी अज जिहड़ी साडी समाजक धार्मिक हालत बन चुकी, मैं उत्ते भी थोड़ी जी चोट करदा जावां। हो सकदा कोई बचन सुन के किसी दे हिरदे नूं टुंब जावे, वह सिक्खी वाले घर विच वापस परते आवे, तां बेनती ध्यान नाल सुणिया। जदों
धन गुरु गोबिंद सिंह साहब सचे पातशाह जी गड़ी दे विच्चों लगे ना निकलन ते कहिंदे मेरे कलगियां वाले पातशाह ने अपने चरणां दे विच्चों जोड़ा खोल दिता जोड़ा उतार दिता। सिंह कहिंदे महाराज रेतला इलाका है थां थां ते दब उगी होई है थोर उगी होई है सतगुरा तेरे चरण बड़े मलूक ने ये दब दे कंडे तेरियां मलूक कड्डियां दे विच्चों लहू कढ देणगे तुसीं जोड़ा क्यों खोल दिता है जोड़ा पा लो। ते उत्थे गुरु गोबिंद सिंह साहब सचे पातशाह दा अपने खालसे नूं उत्तर सी खालसा जी असानू भी पता है भी रेतला इलाका है दब थोर उगी होई है राह विच कंडे विछे होए आ पर कहिंदे साडी भी बेनती सुनो सारा दिन जंग होया है जंग विच मेरे जान तो प्यारे मेरे सिंह शहीद होए आ मेरे शहीद सिंघां दे शरीर उत्थे पए आ लड़दियां दे उन्हां दे सिरां तों दस्तारां वध गईयां होवणगियां उन्हां दे केस खुले होवणगे रात दा हनेरा है मैं अपने चरणां दा जोड़ा खालसा जी तां खोलिया भी गोबिंद सिंह दे चरणां दा जोड़ा सिंघां दे केसां ते ना आ जावे। इन्ना सत्कार केसां दा महाराज ने कीता इन्ना सत्कार अपने चरणां विच कंडे वजण दी परवाह नहीं कीती कंडे वजदे आ मेरे चरण छलनी छलनी हो जावण पर मैं नहीं चाहुंदा मेरे पैर मेरे चरण मेरिया सिंघां दे केसां ते आउण। आखो सतनाम श्री। ते जिहड़े अपने आप नूं अज सिख कहिंदे आ जिन्हां ने अपने नावां दे पिछे खालसा जी सिंघ शब्द लाया होया है ते सतगुरां जीआं दी इस सिखी दी दात नूं जा करके कटिंग सलूनां दे उपर नालियां दे विच रोड़दे पए आ जाके बापू नूं किहड़ा मूंह विखावांगे। ਇਹ ਸਿੱਖੀ ਬੜੇ ਮਹਿੰਗੇ ਮੁੱਲ ਪਈ ਹੈ ਇਹਨਾਂ ਬਚਨਾਂ ਨੂੰ ਇਤਰਾਜ਼ ਵਾਲੇ ਪਾਸੇ ਨਾ ਲੈ ਕੇ ਜਾਇਓ ਜੇ ਇਤਰਾਜ਼ ਨਾ ਕਰਿਓ ਕਿਉਂਕਿ ਕਈ ਵਾਰ ਗੁੱਸਾ ਕਰ ਲੈਂਦੇ ਆ ਵੀ ਇਸ ਤਰ੍ਹਾਂ ਕਿਉਂ ਕਹਿ ਦਿੱਤਾ ਜੀ ਇਹ ਗੁੱਸੇ ਵਾਲੇ ਬਚਨ ਨਹੀਂ ਇਹ ਵਿਚਾਰ ਵਾਲੇ ਬਚਨ ਆ ਇਹ ਸਿੱਖਿਆਦਾਇਕ ਬਚਨ ਆ। ਕਿਸੇ ਨੇ ਕਿਸੇ ਨੂੰ ਪੁੱਛਿਆ ਵੀ ਮਿਰਚਾਂ ਕਦੋਂ ਲੱਗਦੀਆਂ ਨੇ ਉਹਨੇ ਤੇ ਪੁੱਛਿਆ ਸੀ ਵੀ ਕਿਹੜੀ ਰੁੱਤ ਵਿੱਚ ਲੱਗਦੀਆਂ ਕਿਹੜੇ ਮੌਸਮ 'ਚ ਲੱਗਦੀਆਂ ਉਹ ਕਹਿੰਦਾ ਦੱਸੀ ਖਾਂ ਮਿਰਚਾਂ ਕਦੋਂ ਲੱਗਦੀਆਂ ਨੇ। ਪਗਲਾ ਤਾਰਕਿਕ ਬੁੱਧੀ ਵਾਲਾ ਸੀ ਵਿਅੰਗਮਈ ਬੁੱਧੀ ਵਾਲਾ ਸੀ ਉਹ ਕਹਿੰਦਾ ਜਦੋਂ ਸੱਚ ਬੋਲੀਏ ਮਿਰਚਾਂ ਤੇ ਉਦੋਂ ਲੱਗਦੀਆਂ ਹੁੰਦੀਆਂ ਨੇ। ਆਖੋ ਸਤਨਾਮ ਸ਼੍ਰੀ। ਕਹਿੰਦਾ ਮਿਰਚਾਂ ਕਦੋਂ ਲੱਗਦੀਆਂ ਕਹਿੰਦਾ ਜਦੋਂ ਸੱਚ ਬੋਲੀਏ। ਤਾਂ ਇਹ ਬਚਨ ਸੱਚੇ ਨੇ ਇਹ ਬਚਨ ਪੱਕੇ ਨੇ ਸਾਨੂੰ ਖਾਸ ਰੂਪ ਦੀ ਮੋਹਰ ਲਾਈ ਪਾਤਸ਼ਾਹ ਨੇ ਤੇ ਜੇ ਆਪਾਂ ਕੇਸ ਕਤਲ ਕਰਾਉਂਦੇ ਹਾਂ ਪਿਆਰਿਓ ਫਿਰ ਕੀ ਜਾ ਕੇ ਬਾਪੂ ਨੂੰ ਮੂੰਹ ਵਿਖਾਵਾਂਗੇ। ਰਹੋ ਵਿਚਾਰ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਵੀ ਨਹੀਂ ਹਿੰਮਤ ਹਾਰਦੇ ਤੇ ਉੱਥੇ ਮਾਛੀਵਾੜ ਦੇ ਜੰਗਲਾਂ ਵਿੱਚ ਸੁੱਤੇ ਹੋਏ ਵੀ ਇਹੋ ਹੀ ਬਚਨ ਕਹਿੰਦੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇਂਗ ਕਸਾਈਆਂ ਦਾ ਸਹਿਣਾ ਤੇ ਉਸ ਜੁੜੀ ਹੋਈ ਸੁਰਤ ਵਿੱਚੋਂ ਆਵਾਜ਼ ਇਹੋ ਹੀ ਆਉਂਦੀ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਉਹ ਭੱਠ ਖੇੜਿਆਂ ਦਾ ਰਹਿਣਾ। ਫਿਰ ਵੀ ਪਾਤਸ਼ਾਹ ਜੀ ਨੇ ਇੱਕ ਜੰਗ ਲੜਿਆ ਉੱਥੇ ਵੀ ਸ਼ਹੀਦੀਆਂ ਹੋਈਆਂ ਜੀ। ਸਮਾਂ ਆਪਣੀ ਚਾਲੇ ਚੱਲਦਾ ਗਿਆ ਸਮਾਂ ਆ ਗਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਸ਼ਹੀਦ ਹੋਏ। ਸਮਾਂ ਆਪਣੀ ਚਾਲੇ ਚੱਲਦਾ ਗਿਆ ਸਮਾਂ ਆ ਗਿਆ ਜ਼ਕਰੀਆ ਖਾਨ ਵਰਗਿਆਂ ਵਰਗਾ ਉਹਨਾਂ ਦਾ ਸਮਾਂ ਆਇਆ ਮੀਰ ਮੰਨੂ ਵਰਗਿਆਂ ਦਾ ਸਮਾਂ ਆਇਆ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ। ਅੱਜ ਤੇ ਫਿਰ ਕਹਿਣਾ ਵੀ ਬਾਬਾ ਉੱਥੇ ਮੁੜ ਮੁੜ ਕੇ ਆਉਂਦਾ ਉੱਥੇ ਆਉਣਾ ਪੈਣਾ। ਅੱਜ ਤੇ ਪੱਲੇ ਵਿੱਚੋਂ ਰੁਪਈਏ ਖਰਚ ਕੇ ਜੇਬ ਵਿੱਚੋਂ ਪੌਂਡ ਖਰਚ ਕੇ ਤੁਸੀਂ ਆਪਣੀ ਦਾੜੀ ਤੇ ਆਪਣੇ ਕੇਸ ਮਨਾ ਕੇ ਆਉਂਦੇ ਨਾ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੋ ਗੁਰਮੁਖੋ ਉਹ ਵੇਲਾ ਸੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਸੀ। ਮੁਗਲੀਆ ਹਕੂਮਤ ਨੇ ਫੁਰਮਾਨ ਜਾਰੀ ਕੀਤਾ ਸੀ ਵੀ ਜਿਹੜਾ ਵੀ ਕੋਈ ਸਾਡਾ ਸਿਪਾਹੀ ਇੱਕ ਸਿੰਘ ਦਾ ਸਿਰ ਵੱਢ ਕੇ ਲਿਆਵੇਗਾ ਕੇਸਾਂ ਸਮੇਤ ਉਹਨੂੰ 80 ਰੁਪਈਏ ਦਿੱਤੇ ਜਾਣਗੇ। ਉਹਨਾਂ ਵੇਲਿਆਂ ਦੇ 80 ਰੁਪਈਏ ਦਿੱਤੇ ਜਾਂਦੇ ਸੀ ਹਕੂਮਤ ਵੱਲੋਂ ਜਿਹੜਾ ਸਿੰਘ ਦਾ ਸਿਰ ਵੱਢ ਕੇ ਲਿਆਉਂਦਾ ਸੀ। ਕੇਸ ਕਤਲ ਕਰਨੇ ਤੇ ਬੜੀ ਦੂਰ ਦੀ ਗੱਲ ਸੀ। ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪੜੀ ਲਵਾ ਦਿੱਤੀ ਉਹ ਵੀ ਸ਼ਹੀਦ ਹੋਏ। ਅਰਦਾਸ ਵਿੱਚ ਇੱਕ ਬੰਦ ਆਪਾਂ ਪੂਰਾ ਸ਼ਹੀਦ ਸਿੰਘਾਂ ਦਾ ਪੜ੍ਹਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ
ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਗੱਜ ਕੇ ਬੋਲੋ ਜੀ, ਵਾਹਿਗੁਰੂ। ਜੇ ਸ਼ਹੀਦਾਂ ਨੇ ਸ਼ਹੀਦੀਆਂ ਪਾਈਆਂ ਤੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਿਆ ਜਾਂਦਾ ਹਰ ਅਰਦਾਸ ਵਿੱਚ। ਜੋ ਆਸ਼ਕ ਹੈ ਸ਼ਹਾਦਤ ਕੇ, ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਵਰਗੇ, ਜੋ ਆਸ਼ਕ ਹੈ ਸ਼ਹਾਦਤ ਕੇ, ਵੋ ਜੀਨਾ ਛੋੜ ਦਿੱਤੇ ਹੈ। ਜਿਨ੍ਹਾਂ ਨੇ ਮਨ ਵਿੱਚ ਠਾਣ ਲਈ ਹੋਵੇ ਨਾ ਵੀ ਅਸੀਂ ਸ਼ਹੀਦ ਹੋਣਾ ਹੈ, ਜਿਨ੍ਹਾਂ ਨੇ ਮੌਤ ਨੂੰ ਕਬੂਲ ਕਰ ਲਿਆ ਹੋਵੇ, ਮੌਤ ਦਾ ਹੀ ਵੱਡਾ ਡਰ ਹੈ ਨਾ। ਅਜੇ ਆਪਾਂ ਆਪਣੀ ਸਿਹਤ ਦਾ ਖਿਆਲ ਰੱਖਦੇ ਹਾਂ, ਖਾਣ ਪੀਣ ਦਾ ਖਿਆਲ ਰੱਖਦੇ ਹਾਂ, ਰੱਖਣਾ ਵੀ ਚਾਹੀਦਾ, ਇਹਨੂੰ ਤਰਕ ਵਾਲੇ ਪਾਸੇ ਨਾ ਲੈ ਜਿਓ, ਰੱਖਣਾ ਚਾਹੀਦਾ, ਸਿਹਤ ਦਾ ਖਿਆਲ ਰੱਖਦੇ ਹਾਂ। ਕਿਉਂ? ਮੇਰੀ ਸਿਹਤ ਸਹੀ ਰਹੇ, ਮੈਂ ਲੰਮਾ ਸਮਾਂ ਜੀਵਿਤ ਰਹਾਂ। ਜੋ ਅੱਜ ਡਾਕਟਰ ਤੁਹਾਨੂੰ ਸਲਾਹਾਂ ਦਿੰਦੇ ਆ ਵੀ ਪਾਣੀ ਤੱਤਾ ਪੀਣਾ ਕਿ ਠੰਡਾ ਪੀਣਾ, ਦੁੱਧ ਕਿਵੇਂ ਦਾ ਪੀਣਾ, ਮਲਾਈ ਵਾਲਾ ਪੀਣਾ ਕਿ ਮਲਾਈ ਲਾਹ ਕੇ ਪੀਣਾ, ਕਹਿਣ ਦਾ ਭਾਵ ਜੋ ਡਾਕਟਰ ਸਲਾਹ ਦਿੰਦੇ ਆ ਅਤੇ ਆਪਾਂ ਉਹਦੇ ਮੁਤਾਬਕ ਚੱਲਦੇ ਹਾਂ ਅਤੇ ਪਿੱਛੇ ਕਾਰਨ ਕੀ ਆ, ਮੈਂ ਲੰਮਾ ਸਮਾਂ ਜੀਵਾਂ। ਆਖੋ ਸਤਨਾਮ ਸ਼੍ਰੀ, ਇਹੋ ਹੀ ਆ ਨਾ, ਇਹਨੂੰ ਸਵੀਕਾਰ ਕਰੀਏ ਆਪਾਂ, ਰੀਜ਼ਨ ਇਹੋ ਹੀ ਆ ਵੀ ਮੈਂ ਲੰਮਾ ਸਮਾਂ ਜੀਵਾਂ। ਪਰ ਜਿਹੜੇ ਸ਼ਹੀਦ ਹੁੰਦੇ ਆ ਨਾ, ਉਹ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦੇ ਆ, ਉਹ ਬਾਣੀ ਦੇ ਬੋਲਾਂ 'ਤੇ ਪਹਿਰਾ ਦਿੰਦੇ ਆ। ਉਹਨਾਂ ਦੀ ਅਵਸਥਾ ਇਹ ਬਣੀ ਹੁੰਦੀ, ਉਹਨਾਂ ਨੇ ਗੁਰੂ ਨਾਨਕ ਦੇ ਬੋਲਾਂ ਨੂੰ ਪੜ੍ਹਿਆ ਹੁੰਦਾ ਹੈ। ਕਿਹੜੇ ਬੋਲ ਮੇਰੇ ਨਾਲ ਪੜ੍ਹਦੇ ਹੋ? ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ। ਅੱਜ ਨਾ ਕਈ ਲੋਕ ਇਹ ਵੀ ਕਿੰਤੂ ਕਰ ਲੈਂਦੇ ਆ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕੋਈ ਹੋਰ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਿਚਾਰਧਾਰਾ ਕੋਈ ਹੋਰ ਸੀ, ਇਸ ਤਰ੍ਹਾਂ ਦਾ ਵੀ ਪ੍ਰਚਾਰ ਕੀਤਾ ਕਰਵਾਇਆ ਜਾਂਦਾ ਅੱਜ। ਪਰ ਨਹੀਂ, ਉਹ ਲੋਕ ਭੁਲੱਕੜ ਨੇ, ਮੈਂ ਤਾਂ ਇਹੋ ਕਹੂੰਗਾ, ਉਹ ਭੁੱਲੇ ਹੋਏ ਨੇ, ਖੁੰਝੇ ਹੋਏ ਨੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੀ ਨਹੀਂ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੀ ਨਹੀਂ। ਕਹਿੰਦੇ ਗੁਰੂ ਨਾਨਕ ਦੇਵ ਜੀ ਤਾਂ ਸਹਿਜ ਵਿੱਚ ਰਹੇ, ਜੇ ਵਾਕਿਆ ਗੁਰੂ ਨਾਨਕ ਦੇਵ ਸਾਹਿਬ ਜੀ ਸਹਿਜ ਵਿੱਚ ਰਹੇ ਹੁੰਦੇ ਅਤੇ ਉਹਨਾਂ ਦੇ ਹਿਰਦੇ ਵਿੱਚੋਂ ਆ ਬਚਨ ਨਾ ਆਉਂਦੇ ਜੋ ਆਪਾਂ ਆ ਹੁਣ ਪੜ੍ਹੇ ਆ ਮਿਲ ਕੇ। ਇਹ ਬਚਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ। ਕਹਿੰਦੇ ਪਿਆਰਿਆ, ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਚਾਅ ਹੈ, ਇਹ ਖੇਡ ਖੇਡਣੀ ਸੌਖੀ ਨਹੀਂ, ਆਪਣਾ ਸਿਰ ਤਲੀ 'ਤੇ ਰੱਖ ਕੇ ਆਵੀਂ, ਭਾਵ ਤੈਨੂੰ ਆਪਣਾ ਸਿਰ ਦੇਣਾ ਪੈਣਾ ਹੀ, ਤੈਨੂੰ ਮੌਤ ਨੂੰ ਕਬੂਲ ਕਰਨਾ ਪੈਣਾ ਹੀ। ਜੇ ਗੁਰੂ ਨਾਨਕ ਸਾਹਿਬ ਦੇ ਬੋਲ, ਜੇ ਗੁਰੂ ਨਾਨਕ ਸਾਹਿਬ ਵਾਕਿਆ ਸਹਿਜ ਵਿੱਚ ਹੀ ਰਹੇ ਹੁੰਦੇ ਅਤੇ ਜਦੋਂ ਬਾਬਰ ਪਾਤਸ਼ਾਹ ਜੀ ਦੇ ਸਾਹਮਣੇ ਆਉਂਦਾ ਮੌਕੇ ਦਾ ਹਾਕਮ, ਅਤੇ ਗੁਰੂ ਪਾਤਸ਼ਾਹ ਨੇ ਆਖਿਆ ਸੀ, ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਉਹ ਅਣਖੀ ਨੇ, ਉਹ ਇਖਲਾਕ ਵਾਲੇ ਨੇ ਜਿਨ੍ਹਾਂ ਨੇ ਮੌਕੇ ਦੇ ਬਾਦਸ਼ਾਹ ਬਾਬਰ ਨੂੰ ਉਹਦੇ ਮੂੰਹ 'ਤੇ ਜਾਬਰ ਕਹਿ ਕੇ ਬੁਲਾਇਆ ਸੀ, ਕਹਿੰਦੇ ਤੂੰ ਜਾਬਰ ਹੈ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਵਾਕਿਆ ਸਹਿਜ ਵਿੱਚ ਹੀ ਸਾਰੀ ਉਮਰ ਆਪਣੀ ਉਹਨਾਂ ਨੇ ਬਿਤਾਈ ਹੁੰਦੀ ਅਤੇ ਉਹਨਾਂ ਦੀ ਬਾਣੀ ਵਿੱਚੋਂ ਇਹ ਆਵਾਜ਼ ਨਾ ਆਉਂਦੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਛ ਖਾਏ। ਕਹਿੰਦੇ ਜੇ ਜੀਂਦੇ ਜੀ ਪਤ ਲੈ ਗਈ ਨਾ, ਇੱਜ਼ਤ ਜਾਂਦੀ ਰਹੀ ਅਤੇ ਕਹਿੰਦੇ ਤੇਰਾ ਖਾਧਾ ਪੀਤਾ ਸਾਰਾ ਹਰਾਮ ਹੀ ਹੈ, ਕਿਸੇ ਕੋਈ ਫਾਇਦਾ ਨਹੀਂ। ਜੇ ਇੱਜ਼ਤ ਨੂੰ ਕਿਸੇ ਨੇ ਹੱਥ ਪਾ ਲਿਆ ਅਤੇ ਤਾਂ ਸਾਡੀ ਕੌਮ ਅੰਦਰ, ਸਾਡੇ ਪੰਥ ਅੰਦਰ, ਗੁਰੂ ਸਾਹਿਬਾਂ ਦੇ ਵੇਲੇ ਤੋਂ ਲੈ ਕਰਕੇ ਵਰਤਮਾਨ ਸਮੇਂ ਤੱਕ ਜਿੰਨੀਆਂ ਸ਼ਹੀਦੀਆਂ ਪਈਆਂ ਨੇ ਉਹ ਗੈਰਤ ਦਾ ਪ੍ਰਤੀਕ ਨੇ, ਉਹ ਅਣਖ ਦੇ ਨਾਂ 'ਤੇ ਸ਼ਹੀਦੀਆਂ ਹੋਈਆਂ ਨੇ, ਉਹ ਪੰਥ ਦੀ ਚੜ੍ਹਦੀ ਕਲਾ ਰੱਖਣ ਵਾਸਤੇ ਸ਼ਹੀਦੀਆਂ ਹੋਈਆਂ ਨੇ। ਅਤੇ ਜਿਹੜੇ ਸ਼ਹੀਦ ਨੇ ਉਹ ਸਿਰ 'ਤੇ ਕਫਨ ਬੰਨ ਲੈਂਦੇ ਆ, ਉਹਨਾਂ ਨੇ ਬਾਣੀ ਦੇ ਬੋਲ ਮਨ ਵਿੱਚ ਵਸਾਏ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਹੈ ਵੀ ਗੁਰੂ ਮੇਰਾ ਕਹਿੰਦਾ ਕੀ ਕਹਿੰਦਾ ਹੈ। ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ,
गुरु पातशाह कहिंदे मरना पहलों कबूल करी, मौत नूं पहलों गल दे नाल ला ते जीवन दी आस छड दे। तां शहीद सिंघां ने इन्हां बचनां ते पहरा दित्ता हुंदा जिहड़ा मैं बचन सुनाउण लगा सी, जो आशक हैं शहादत के वो जीना छोड़ देते हैं, खिलौना समझ के जिस्म को खुशी से फोड़ देते हैं, ना तख्तो ताज ना हूरों की हसरत, खुदा भी दे खुदाई तो वह मोड़ देते हैं। शहीद की जो मौत है वह कौम की हयात है, हयात कहिंदे अमृत नूं। जदों एक कोई शहीद शहीदी पाउंदा है ना, वह शहीदी सारी कौम वास्ते अमृत का काम करती है। एक शहीद हो के सारी कौम नूं अमर कर जांदा है। शहीद की जो मौत है वह कौम की हयात है, हयात तो हयात वो मौत भी हयात है। कहिंदे शहीद की मौत अमृत नालों भी कीमती है। ते लिखण वाला ये गल लिखता है कि शहीदों की कतलगाह से क्या बेहतर है काबा। मुसलमान भरावां दा जिहड़ा सारियां तो वड्डा धर्म दा स्थान, सतसंग जी सऊदीया अरब दे विच मक्के शहर अंदर स्थान जिन्हों वो काबा कह के मनदे आ, ते हज दी यात्रा ते उत्थे जांदे आ, ते उन्हों बड़ा पवित्र मानदे मुसलमान वीर। ते लिखण वाला कहिंदा शहीदों की कतलगाह से क्या बेहतर है काबा, शहीदों की खाक पे तो खुदा भी कुर्बान होता है। जिथे शहीद शहीदी पा जांदे आ ना प्यारिओ, मानो के ओ स्थान काबे दे नालों भी उच्चा, काबे नालों सुच्चा, काबे नालों भी पवित्र हो जांदा को सतनाम श्री। इन्हां शहीदियां दे सिलसिले दे विच जथेदार गुरदेव सिंह जी कहूं कि जिन्हां बारे तुसीं मेरे तो पहला बड़े विस्थार नाल सारे जिहड़े बचन आ ओ सरवण कीते आ, एक्टिंग जथेदार अकाल तख्त साहिब जी दे उन्हां नूं लाया गया और हर फैसले का उन्होंने बड़ा सोहना जिहड़ा सी ना वो सारियां दे विच रखना, किसी नाल धक्का नहीं करना, अन्याय नहीं करना, हर फैसले विच उन्होंने न्याय करना। पंचायतां भी आके उन्होंने कोलों फैसले करवाउंदियां सन। तां जथेदार जी नूं अरैसट किया गया, गिरफ्तार किया गया, ते आण मनुखी तशद्दद, सतसंग जी बहुत ज़्यादा तशद्दद। ते मैं ये गल कहना कई वार ना कुछ लोग साडे इतिहास से शक कर लेंदे आ, जिहड़ा आपां अरदास विच इतिहास पढ़ते हैं ना, जिहड़ा आपां पहलों अगे पैरा पढ़ के हटे हाँ सिंघां सिंघणियां वाला, ते कई ना लोग जिहड़े तर्कां वाले आ तारकिक बुद्धि वाले आ, उह कहिंदे जी बंद बंद किदां कटिया जा सकदा है, खोपड़ी किदां लै सकदी है। चलो ये तो हुण पुराना इतिहास साडा है ना, ते जे वर्तमान दे शहीदां दा इतिहास पढ़ोगे ते गुरमुखो तसीहे तशद्दद मुगलां ने भी सिंघां ते बड़ा कीता जी, चरखड़ी दे नाल बन करके तुंबा तुंबा करके सिंघां नूं उड़ाया जांदा रहा, तुंबा तुंबा करके बंद बंद कटिया गया, देगां च उबालिया गया, सिरां तो खोपड़ उतारे गए। भाई जय सिंह खलकट नूं पुठियां बन के रुख नाल पुठी जिहड़ी उन्हां दी खल सी उतार दित्ती गई। किन्ने घनौने जिहड़े तसीहे दे करके शहीदां नूं शहीद कीता गया, भावें उह मुगल सरकार सी, भावें मुड़ के इस मुल्क ते साडे मुल्क ते इन्हां वालियां ने कब्जा कीता जिथे अज आपां आ के बैठे हाँ, इन्हां ने कब्जा कीता, भावें ये लोग सी इन्हां ने भी बड़े तशद्दद कीते, बड़ियां शहीदियां होईयां, ते भावें हुण दी जिहड़ी सरकार है सतसंग जिहड़ियां सरकारां बाद विच आईयां उन्हां ने भी बड़े तशद्दद कीते, बड़े तसीहे दित्ते, ते जेलां दे विच बंद करके, काल कोठड़ियां दे विच बंद करके अण मनु जिहड़े अण मनुखी तशद्दद आ जिहड़े बोलां विच बोल के बयान ही नहीं कीते जा सकदे। जथेदार जीआं दे जिहड़े नाजुक अंग ने सतसंग जी, मैं नाजुक शब्द वरत लवां, समझण वाले समझ जाणगे, तन तो पूरा नगन करके जथेदार साहब जी नूं उन्हां दे नाजुक अंगां ते ठुड्डे मारे गए, उत्थों लहू दी धारा वगदी है। इन्ना वड्डा धक्का, इन्ना वड्डा तशद्दद कीता गया, फिर गोली मार के शहीद कीता, शरीर दे टुकड़े टुकड़े करके दरिया विच रोड़े गए, ते अज तक सानूं इंसाफ नहीं मिल सकिया। आपां शहीदां दी याद विच जुड़ के बैठे हाँ, जथेदार जीआं दा शहीदी दिहाड़ा इत्थों दी जिहड़ी संगत है मना रही है, ते ये जिहड़े साडी कौम दे शहीद आ ना, इन्हां दे विच इन्ना जज्बा कित्थों भरिया। सतसंग जी इन्हां ने इतिहास पढ़िया सी, धन श्री गुरु गोबिंद सिंह साहिब सच्चे पातशाह जीआं दा, इन्हां ने इतिहास पढ़िया सी बाबा बंदा सिंह जी बहादुर होरां दा, इन्हां ने इतिहास पढ़िया सी
श्री मान संत ज्ञानी जरनैल सिंह जी खालसा भिंडरां वाले महापुरशां दा तां जेड़े पाए पूरनिया ते गुरु गोबिंद सिंह साहब सच्चे पातशाह जी चले बाबा बंदा सिंह बहादुर साहब जी चले उन्हां ही पाए पूरनिया ते साडी कौम दे शहीदां ने पहरा दिता ते मौत नूं गल दे नाल ला के ते साध संगत जी हसदे मत्थे उन्हां ने शहीदी नूं प्रवान किया है। जंगां विच शहीदियां होईयां, जेलां विच शहीदियां होईयां, अज भी साढ़े सिंह जेलां दीआं सलाखां दे पिछे बंद कीते आ, सजावां पूरियां होण दे बावजूद भी उन्हां नूं छड्डिया नहीं जा रहा, किन्ना वड्डा धक्का है। कित्थे है कानून, कित्थे है लॉ एंड ऑर्डर खालसा जी? सज़ा जिन्नी होई होवे उह वी पूरी हो गई होवे ते फिर भी जेलां विच बंद कीता होवे, इदों वड्डा धक्का की होवेगा? इदों वड्डा अन्याय की होवेगा? इदों वड्डी बेइंसाफी की होवेगी? जंगां विच सिंघ शहीद होए, मोर्चियां विच सिंघ शहीद होए, जेलां विच सिंघ शहीद हुंदे पए आ, पर साध संगत जी परवाह कोई नहीं, क्योंकि बाणी उत्साह दिंदी है, बाणी अंदर एक एनर्जी भरती है। बाणी विचों जदों ये आवाज़ आउंदी है, गगन दमामा बाजेओ परेओ निशाना घाओ, तो फिर शहीद सिंह कमर कसा कर लेंदे आ, ते आपां सारे उन्हां दी याद विच पढ़ दीए पंक्ति, खेत जो मांडे सूरमा, खेत जो मांडे सूरमा। अब जूजन को दाओ, अब जूजन को दाओ, गगन दमामा बाजेओ परेओ निशाने काओ, खेत जो मांडेओ सूरमा, अब जूजन को दाओ, सूरा सो पहचानी है, जो लरै दीन के हेत, पुरजा पुरजा कट मरै कब हूं ना छाडा खेत। वह तो यो ही वर मंगते आ, देह शिवा बर मोह इह, शुभ करमन ते कब हूं ना टरू ना डरू, और सौ जब जाए लरू, निश्चय करे अपनी जीत करूं, अर सिख हूं अपने ही मन कहो, यह लालच हाओ गुण तो उचरा, जब आप की औद निदान बने, अत ही रण मैं तब जूझ मरूं। वह फिर जूझ के मरदे आ, वो अमर हो जाते आ, ते सारी कौम दे विच एक नवा जोश भर जाते आ, ते तुसी नवा साल भी मना रहे हो। और अंत ते एक बेनती इस नवे साल के संबंध में, साध संगत जी मैं आरंभ में भी इशारा कर दिता सी भी नवा तो कुछ भी नहीं है, जे बाणी नूं पढ़ोगे ना नाराज ना हो जाओ मेरे नाल, भी एक घंटा शहीदां की कथा सुना के तो बाबा की लगा हुण करन, मैं तुहानूं नाराज नहीं लगा करन, सच्चाई तो जाणू करवाउणा साडा फर्ज है। सची नवा कुछ भी नहीं जे हैगा, सानू एक वहम हो गया बस भी नवा है, नवा कुछ भी नहीं हैगा। जे नवा है तो नवा है केवल मेरा वाहिगुरु परमात्मा, जे नवा है तो नवा है मेरा सतगुरु साहिब, मेरा नीत नवा सदा सदा दातार। नवा तो वह जिहड़ा कदे पुराना ना होवे, एक अकाल पुरख ही नवा है, उन्हें ही नवा नकोर रहना है। सतगुरु जी नवे नकोर रहणगे, ये साल ते आउंदे जांदे आ, अज ये नवा है कल नूं इन्हें पुराना हो जाना। आखो सतनाम श्री, जिहनूं तुसीं अज नवा कहिंदे, 23 नूं भी नवा आखिया सी, 22 नूं भी नवा कह के मनाया। भारतीआं मैं कहिंदा भी वट्सएप दे ग्रुप भर गए आ, फोनां दीआं बाहवां खड़ियां हो गईआं इन्हां मैसेजां दे नाल, तुहाडीआं वी होईआं होणीआं, मेरीआं कल्ले दीआं तां नहीं, फोन विचारे ना हैंग हो गए आ। 2024 2024 कदे आतिशबाजी दीआं फोटोआं लगीआं नाल ऐ फोन भर गए अपने, पर हुण थोड़ा जिहा तवज्जो दे के विचारे हो, हाँ कि निकलिआ की, इहदे विच्चों की मिलना है सानूं, इहो कुछ ही बस, हर साल इहो कुछ। मेरे जो ख्याल बाणी नूं पढ़ के बने, मैं थोपदा नहीं तुहाडे ते, मुबारक है, मैं तुहानूं वधाई दिंदा, मुबारक भी आखदा, गुरु साहिब तुहानूं चढ़दी कला विच रखण। पर मैं इतना मनदा, मैं ना शब्द वरतां जो गुरमत मैनू कहिंदी है ना, उहदे मुताबक मैनू इतना लगदा कि चलो ठीक है, जे आपां नवां साल मना रहे हां, है नहीं आपां मना रहे हां, ईसा जी नाल संबंध है इन्हां दा, आ जिहड़ी आपां कंट्री च बैठे हां ना, इन्हां दा बहुत वड्डा दिन है अज दा, ईसा जी दा जन्म है, उत्थों ये साल शुरू होया। इंज कह लो भी अज तो 2024 साल पहला ईसा मसीह इस दुनिया में आए, इस जगत में आए, उन्हों का जन्म होया 2024 साल पहला, तो अज 2024 चढ़ गया जी, 2024 साल हो गए।
पर हुण अपनी सुरती नूं थोड़ा जिहा पछा लैके जायो, उच्चा लैके जायो भी इह सिर्फ 2024 ते की 2024 तों पहलां साल नहीं सी चढ़दे। आखो सतनाम श्री। 2024 तों पहलां जदों एक हुण 2024 ते एक जदों एक मन्निया सी ते की उस एक तों पहलां साल नहीं सी चढ़दे, उदों भी चढ़दे सी। एक मिथ मिथ के ते आपां इस चीज़ दे नाल जुड़ गए हाँ। गुरमत दे मुताबक जिहड़े अपने आप नूं खालसे मन्नदे आ, अपने आप नूं सिख मन्नदे आ, अपने आप नूं गुरु नानक साहिब दे वारस मन्नदे आ, जिहड़े धन गुरु ग्रंथ साहिब जी नूं मत्था टेकदे आ, बेनती ध्यान नाल सुणिओ जी, जिहड़े धन गुरु ग्रंथ साहिब जी नूं मत्था टेकदे आ जां जिन्हां ने जीवन विच सहज पाठ कीता होवे ना, तुहानूं जनवरी किते नहीं लिखिआ मिलणा बाणी विच, ना जनवरी, ना फरवरी, ना मार्च, ना अप्रैल। साडी मजबूरी है भी सानू इन्हां महीनियां नाल चलना पै रहा, साडी मजबूरी है, अगलियां दी चढ़ाई है जी, सिफत करनी बनदी है। ईसा जी बारे बोलना पवेगा, ईसाइयां बारे बोलना पवेगा, उन्हां ने अपने एक शहीद की कुरबानी नू दुनिया विच इन्ने सोहणे ढंग नाल पेश किया भी सारी दुनिया उन्हां दी ईसवी सन नाल चलदी पई है जी। आपां भी चलदे पए च कोई शक नहीं, मुसलमान बड़े कट्टड़ ने। मैं अरब देशों में भी जाके आया जी, अरब देशों में भी मैं हाजरी भर के आया प्रचार वास्ते, गुरु साहब ने भेजिया, गए उत्थे भी जेडे दिन वार आ ना जिहड़ियां डेटा ने इसे कैलेंडर दे नाल उह अपना दफ्तरी काम करते पए आ। मुसलमान कौम इन्नी कट्टड़ है ते मैं इन्हां लोकां नूं वधाई जरूर दिना, ईसाई वीरां नूं जरूर वधाई दिना, तुसीं वधाई दे पात्र हो मेरे ईसाई वीरो। तुहाडी कौम दा एक शहीद ईसा मसीह, तुसी ओदी कुरबानी नूं कुल विश्व दे विच इन्ने सोहणे ढंग नाल पेश कीता भी दुनिया तुहाडे कैलेंडर नाल चलण वास्ते मजबूर होई पई है, ते असीं अपने वल झाती मारियो। ये उहनां दा इक शहीद, दुनिया उहनां दे कैलेंडर दे नाल चलदी पई है, ते साडी कौम शहीदां नाल भरी होई है, ते असीं अपने शहीदां दा कोई मुल नहीं पवा सके। ये साडी बदकिस्मती कह लो, ये साडी सौड़ी सोच कह लो, ਇਹ ਸਾਡੀ ਕੌਮ ਦੇ ਵਿੱਚ ਪਿਆ ਹੋਇਆ ਪਾਟਕ ਕਹਿ ਲਓ, ਇਹ ਸਾਡੀ ਕੌਮ ਦੇ ਵਿੱਚ ਬਣੀਆਂ ਹੋਈਆਂ ਧੜੇਬੰਦੀਆਂ ਕਹਿ ਲਓ ਵੀ ਅਸੀਂ ਆਪਣੇ ਸ਼ਹੀਦਾਂ ਦਾ ਪੂਰਾ ਮੁੱਲ ਪਵਾ ਹੀ ਨਹੀਂ ਸਕੇ। ਅਤੇ ਇਸ ਜਿਹਨੂੰ ਤੁਸੀਂ ਨਵਾਂ ਸਾਲ ਕਹਿ ਕੇ ਮਨਾ ਰਹੇ ਹੋ, ਆਓ ਅੱਜ ਦੇ ਦਿਨ ਨੂੰ ਮੁੱਖ ਰੱਖ ਕੇ ਆਪਾਂ ਵੀ ਅਰਦਾਸਾ ਇਹ ਸੋਧੀਏ ਪਾਤਸ਼ਾਹ, ਆ ਜਿੱਦਾਂ ਈਸਾਈ ਭਰਾਵਾਂ ਦਾ ਨਵਾਂ ਸਾਲ ਮਨਾਇਆ ਜਾ ਰਿਹਾ, ਮੈਂ ਸ਼ਬਦ ਵਰਤਿਆ ਈਸਾਈ ਭਰਾਵਾਂ ਦਾ, ਉਹਨਾਂ ਦਾ ਹੈ, ਆਪਣਾ ਚੇਤ ਵਿੱਚ ਆਉਣਾ ਹੈ। ਆਖੋ ਸਤਨਾਮ ਸ਼੍ਰੀ। ਇੱਥੇ ਪ੍ਰਬੰਧ ਵੱਲੋਂ ਵੀ ਬੇਨਤੀਆਂ ਮੈਂ ਸੁਣੀਆਂ, ਬੇਨਤੀ ਕੀਤੀ ਜਾ ਰਹੀ ਹੈ, ਸਿੱਖੋ ਸਵਾਦ ਤਾਂ ਹੈ ਜਿੱਦਣ ਪੜ੍ਹਨਾ ਹੈ ਗੁਰੂ ਘਰ ਦੇ ਵਿੱਚੋਂ ਆਵਾਜ਼ ਆਉਣੀ ਹੈ, ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਘਣਾ। ਆ ਜਿੰਨਾ ਉਤਸ਼ਾਹ ਅੱਜ ਤੁਹਾਡੇ ਅੰਦਰ ਹੈ ਨਾ, ਇਦੋਂ ਦੂਣਾ ਚਾਉਣਾ ਉਤਸ਼ਾਹ ਉਦੋਂ ਤੁਹਾਡੇ ਅੰਦਰ ਆਉਣਾ ਚਾਹੀਦਾ ਹੈ। ਉਦੋਂ ਵੀ ਗੁਰੂ ਘਰ ਇਸੇ ਤਰ੍ਹਾਂ ਆ ਕੇ ਹਾਜ਼ਰੀਆਂ ਭਰਿਓ, ਉਦੋਂ ਵੀ ਆ ਕੇ ਇਸੇ ਤਰ੍ਹਾਂ ਅਰਦਾਸਾਂ ਕਰਵਾਇਓ। ਸੋ ਮਿੱਥੀ ਹੋਈ ਬਿੱਥ ਦੇ ਮੁਤਾਬਕ ਜੋ ਤੁਸੀਂ ਭਾਈ ਨਵਾਂ ਸਾਲ ਮਨਾਉਂਦੇ ਹੋ, ਮੈਂ ਫਿਰ ਵੀ ਤੁਹਾਨੂੰ ਵਧਾਈ ਆਖਦਾ ਅਤੇ ਇਹੋ ਹੀ ਅਰਦਾਸ ਕਰਕੇ ਜਾਣਾ ਪਾਤਸ਼ਾਹ ਜੀ, ਆਉਣ ਵਾਲਾ ਸਮਾਂ, ਮੈਂ ਨਵਾਂ ਸਾਲ ਸ਼ਬਦ ਨਹੀਂ ਵਰਤਾਂਗਾ ਜੀ, ਪਿਛਲਾ ਸਮਾਂ ਵਾਹਿਗੁਰੂ ਜੀ ਦੀ ਯਾਦ ਮੌਜ ਭਾਣੇ ਵਿੱਚ ਲੰਘ ਚੁੱਕਾ, ਅਤੇ ਆਉਣ ਵਾਲਾ ਜਿੰਨਾ ਵੀ ਸਮਾਂ ਹੈ, ਕਿਉਂਕਿ ਮੈਨੂੰ ਨਹੀਂ ਪਤਾ ਮੈਂ ਕਿੰਨੇ ਸਾਲ ਦੁਨੀਆਂ 'ਚ ਰਹਿਣਾ, ਤੁਹਾਨੂੰ ਨਹੀਂ ਪਤਾ ਕਿੰਨੇ ਸਾਲ ਰਹਿਣਾ ਹੈ, ਹਾਂ ਆਉਣ ਵਾਲਾ ਸਮਾਂ ਮੈਂ ਸ਼ਬਦ ਵਰਤ ਲਵਾਂ, ਉਹ ਸਾਡਾ ਸਾਰਿਆਂ ਦਾ ਸੋਹਣਾ ਆਵੇ, ਉਹ ਗੁਰੂ ਕਿਰਪਾ ਕਰੇ, ਪੜ੍ਹ ਕੇ ਫਤਿਹ ਬੁਲਾਈਏ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਘਰ ਪਰਿਵਾਰਾਂ ਕਾਰੋਬਾਰਾਂ ਵਿੱਚ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਦੀ ਦਾਤ ਬਖਸ਼ਿਸ਼ ਕਰਨ। ਸਾਡਾ ਸਾਰਿਆਂ ਦਾ ਗਾਵਿਆ, ਸੁਣਿਆ, ਬੋਲਿਆ, ਪੜ੍ਹਿਆ, ਵਿਚਾਰਿਆ ਹੋਇਆ ਮੇਰੇ ਪਾਤਸ਼ਾਹ ਜੀ ਪ੍ਰਵਾਨ ਕਰ ਲੈਣ। ਜਿੰਨਾ ਸਮਾਂ ਪ੍ਰਬੰਧ ਵੱਲੋਂ ਦਾਸ ਨੂੰ ਦਿੱਤਾ ਗਿਆ ਸੀ, ਉਹ ਸਮੇਂ ਦੀ ਸਤਸੰਗ ਜੀ ਇੱਥੇ ਸਮਾਪਤੀ ਹੋਈ ਹੈ। ਸ਼ਹੀਦਾਂ ਸਿੰਘਾਂ ਦੇ ਬਾਰੇ ਬੋਲਦਿਆਂ ਹੋਇਆਂ, ਧੰਨ ਮੇਰੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਬਾਰੇ ਇਤਿਹਾਸ ਵਿੱਚੋਂ ਬੇਨਤੀਆਂ ਕਰਦਿਆਂ ਹੋਇਆਂ, ਗੁਰਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਦਿਆਂ ਹੋਇਆਂ,
ਸ਼ਹੀਦ ਸਿੰਘਾਂ ਦੀਆਂ ਸਾਖੀਆਂ ਸੁਣਾਉਂਦਿਆਂ ਹੋਇਆਂ ਗੁਰਮਤਿ ਦੇ ਬਚਨ ਕਹਿੰਦਿਆਂ ਹੋਇਆਂ ਮੇਰੇ ਕੋਲੋਂ ਹੋ ਗਈਆਂ ਭੁੱਲਾਂ ਮੇਰੀ ਝੋਲੀ 'ਚ ਪਾ ਕੇ ਮੈਨੂੰ ਮਾਫ਼ੀ ਦੇ ਦਿਓ, ਅਸੀਸ ਦੇ ਦਿਓ ਪਾਤਸ਼ਾਹ ਜੀ, ਤਨ ਮਨ ਦੀ ਤੰਦਰੁਸਤੀ ਬਖਸ਼ਿਸ਼ ਕਰਦਿਆਂ ਹੋਇਆਂ ਚੜ੍ਹਦੀ ਕਲਾ ਦੇ ਨਾਲ ਇਹ ਪ੍ਰਚਾਰ ਦੀਆਂ ਸੇਵਾਵਾਂ ਇਸੇ ਤਰ੍ਹਾਂ ਲੈਂਦੇ ਰਹਿਣ। ਕੋਟਾਨ ਕੋਟ ਸ਼ੁਕਰ ਮੇਰੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਆਪ ਜਿੰਨੀ ਸੰਗਤ ਚੱਲ ਕੇ ਆਏ ਹੋ, ਸਾਰੀ ਸੰਗਤ ਨੂੰ ਗੁਰੂ ਘਰ ਦੇ ਪ੍ਰਬੰਧ ਵੱਲੋਂ ਜੀਓ ਆਇਆਂ ਨੂੰ ਆਖਦੇ ਹਾਂ, ਸਾਰੀ ਸੰਗਤ ਦਾ ਪਹੁੰਚਣ 'ਤੇ ਧੰਨਵਾਦ ਕਰਦੇ ਹਾਂ। ਗੁਰੂ ਘਰ ਦੇ ਸਮੂਹ ਜਿੰਨੇ ਪ੍ਰਬੰਧਕ ਜਨ ਹਨ ਉਹਨਾਂ ਦਾ ਧੰਨਵਾਦ, ਗੁਰੂ ਘਰ ਦੇ ਜਿੰਨੇ ਵੀ ਮੁੱਖ ਸੇਵਾਦਾਰ ਗ੍ਰੰਥੀ ਸਾਹਿਬਾਨ ਹੈੱਡ ਗ੍ਰੰਥੀ ਸਾਹਿਬਾਨ, ਮੈਂ ਸਾਰਿਆਂ ਦਾ ਹੀ ਦਿਲੋਂ ਧੰਨਵਾਦੀ ਹਾਂ। ਹੋਈਆਂ ਭੁੱਲਾਂ ਵਾਸਤੇ ਮਾਫ਼ੀ ਦਿਓ, ਸੁੱਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਬੁਲਾਓ ਫਤਿਹ ਖਾਲਸਾ ਜੀ, ਗੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਭਾਈ ਗੁਰਪਾਲ ਸਿੰਘ ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਸੋ, ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਹੋਰ ਵੀ ਦਾਤਾਂ ਬਖਸ਼ਿਸ਼ ਕਰਨ ਜੀ, ਨਵੇਂ ਸਾਲ ਦੀਆਂ ਸਮੋਈਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ। ਅਰਦਾਸ ਹੈ ਸਤਿਗੁਰੂ ਜੀ ਭਾਈ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਹਨ ਕਿ ਆਉਣ ਵਾਲਾ ਸਮਾਂ ਸਭ ਲਈ ਸੁਹਾਵਣਾ ਹੋਵੇ, ਗੁਰੂ ਚਰਨਾਂ ਨਾਲ ਪ੍ਰੀਤ ਬਣ ਆਵੇ, ਗੁਰਸਿੱਖੀ ਜੀਵਨ ਬਖਸ਼ਿਸ਼ ਕਰੇ, ਸਤਿਗੁਰੂ ਜੀ ਰਹਿਮਤਾਂ ਭਰਿਆ ਹੱਥ ਰੱਖਣ ਜੀ। ਸੋ ਬੇਨਤੀ ਹੈ ਲੰਗਰ ਦੇ ਸੇਵਾਦਾਰਾਂ ਵੱਲੋਂ ਜਿਨ੍ਹਾਂ ਕੋਲ ਸਮਾਂ ਹੋਵੇ, ਲੰਗਰ ਪਕਾਉਣ ਵਰਤਾਉਣ ਦੀਆਂ ਸੇਵਾਵਾਂ ਕਰਕੇ, ਹੋਰ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਜਿੱਥੇ ਗੁਰੂ ਨੂੰ ਨਮਸਤਕ ਹੋ ਰਹੇ ਹਾਂ ਉੱਥੇ ਸੇਵਾਵਾਂ ਕਰਕੇ ਵੀ ਸਤਿਗੁਰੂ ਦੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਮਹਾਂਵਾਕਾਂ ਅਨੁਸਾਰ ਆਪਣੇ ਜੀਵਨ ਨੂੰ ਸਫਲਾ ਕਰੀਏ। ਆਓ ਹੁਣ ਭਾਈ ਸਿਮਰਨਜੀਤ ਸਿੰਘ ਜੀ ਪ੍ਰਵਾਨਾ, ਕਵੀ ਸ਼੍ਰੀ ਜਥਾ 4 ਵਜੇ ਤੱਕ ਆਪ ਜੀ ਨੂੰ ਗੁਰ ਇਤਿਹਾਸ ਕਵੀ ਸ਼੍ਰੀ ਵਾਰਾਂ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਹਾਂਜੀ। ਮਨਾ ਮੂਰਖਾ ਖੁਦੀ ਦੇ ਬੀਚਿਆ ਕੇ ਤੈਨੂੰ ਨਾਮ ਕਰਤਾਰ ਦਾ ਭੁੱਲ ਗਿਆ, ਮਿਲਿਆ ਕੁਦਰਤੀ ਜਨਮ ਅਨਮੋਲ ਹੀਰਾ, ਪਾਈ ਸਾਰ ਨਾ ਖਾਕ ਵਿੱਚ ਰੁੱਲ ਗਿਆ, ਪਸ਼ੂ ਤਾਂਗਾ ਵਕਤ ਗਵਾ ਕੇ ਦਿਓ, ਸੱਚ ਝੂਠ ਜੇ ਤਕੜੀ ਤੁਲ ਗਿਆ, ਬਾਣੀ ਨਾਮ ਦੇ ਬ
बूटा तेरे नसीबा दा खुल गया, बूटा तेरे नसीबा दा खुल गया। करण कारण प्रवेक है दूसर नाही को, नानक तिस बलिहार ने जल थल महियल सोए। सोना रे मंदिर है गुरां दा, अठी पैर चले जिते जाप। सोना रे मंदिर है गुरां दा, अठी पैर चले जिते जाप। आदति अनंत मेरा पातशाह, तन तन गुरु रामदास। आदति अनंत मेरा पातशाह, तन तन गुरु रामदास। ओए सोना रे मंदिर है गुरां दा, सोना रे मंदिर है गुरां दा, हट्टी पैर चले जिते जा। पादते अनंत मेरा पातशाह, तन तन गुरु रामदास। आदते अनंत मेरा पातशाह, तन तन गुरु रामदास। ओए सेवा सिमरन मन तार की, बचन नु गुरां ने कमाया सी। बारस गदी दे दाता बन गए, अमर गुरु ने गल लाया सी। बारस गदी दे दाता बन गए, अमर गुरु ने गल लाया सी। ओ रुणिया नु गल गुरु लामदा, रुणिया नु गल गुरु लामदा, दरो कोई जावे ना नराश। आदति अनंत मेरा पातशाह, तन तन गुरु रामदास। आदति अनंत मेरा पातशाह, तन तन गुरु रामदास। ओई रसना तो आप ही जपामदा, सरबणी सुनावे आप नाम नू। नेत्र दीदार करवाए के, खुश कर मना दे विलास नू। नेत्र दीदार करवाए के, खुश कर मना दे विलास नू। ओ नाम दाज हाज से बचनिया, नाम दाज हाज से बचनिया, रमे विच तरते आकाश। आदते अनंत मेरा पातशाह, तन तन गुरु रामदास। आदते अनंत मेरा पातशाह, तन तन गुरु रामदास। ओए पानी विच नाम रस पाए के, कागा ताई हंस तू बनाया ए। कोड़ियां दे कोड़ सेंबा कड़ के, पिंगला पहाड़ ताई चढ़ाया ए। कोड़ियां दे कोड़ सेंबा कड़ के, पिंगला पहाड़ ताई चढ़ाया ए। ओ लोक पर लोक भी सवारिया, लोक पर लोक भी सवारिया, नाम दा कराए परकाश। आदते अनंत मेरा पातशाह, तन तन गुरु रामदास। आदते अनंत मेरा पातशाह, तन तन गुरु रामदास। ओई जात ना पछाणे नाही पात नू, चार दार रखे दरबार जी। ओए के सहाय महाराज तू, साजिया ए अमृत सार जी। ओए के सहाय महाराज तू, साजिया ए अमृत सार जी। ओ निर्गुण होए के स्वरूप तू, निर्गुण होए के स्वरूप तू, सार गुण करें गुण ता।
आदती अनंत मेरा पातशाह तन तन गुरु रामदास आदती अनंत मेरा पातशाह तन तन गुरु रामदास सतती संतोख सेवा बख्श के आपे तुसा करी बड़े आई गहर गंभीर तू समुंद चो एक बूंद सिफत कराइए गहर गंभीर तू समुंद चो एक बूंद सिफत कराइए बिंदर सिमर दीप गाम दे बिंदर सिमर दीप गाम दे गौण से बाद नहीं तेरा आदती अनंत मेरा पातशाह तन तन गुरु रामदास आदती अनंत मेरा पातशाह तन तन गुरु रामदास ओ सोना हर मंदिर है गुरां दा सोना हर मंदिर है गुरां दा अट्ठे पैर चले जते जा आदती अनंत मेरा पातशाह तन तन गुरु रामदास आदती अनंत मेरा पातशाह तन तन गुरु रामदास तन तन गुरु रामदास तन तन गुरु रामदास काल कलम हुक्म हाथ कहो कौन मेट सकै ईश ब्रह्म ज्ञान ध्यान तरत ही है चाहे जियो सत साच श्री निवास आदि पुरख सदा तू ही वाहे गुरु वाहे गुरु वाहे गुरु वाहे गुरु प्यारे खालसा जी तंतां दे योग है संगत गुरु महाराज जी की साजी नवाजी प्यारे खालसे जिन्हां संगतां वल्लों जिथे कल दे दवाना विच भी ते देर रात अंदर भी भारी गिणती दे विच संगतां गुरु चरणां विच हाजरियां भर रहियां ने क्योंकि सिख दा एक विश्वास है उहदा इष्ट है कि जिहड़ा सुख उहनूं गुरु दे कोलों मिल सकदा होर किते नहीं प्राप्त कीता जा सकदा गुरु की रहमत ते वडियाई नूं गुरमुख जाणदे ने तो जीवन दे विच असीं जे गल करिए वैसे तो धन गुरु ग्रंथ साहिब पातशाह का यह फरमान है कि हर एक पल नवा है हर एक कदम जिहड़ा असीं जिंदगी चुकदे उह नवा है एक घड़ी दे विच कुछ भी बदलिया जा सकता है एक घड़ी दे विच कीता होया पाप जिहड़ा है वह जिंदगी नूं नरक भी बना सकता है एक घड़ी दा कीता होया सिमरन जिंदगी नूं स्वर्ग भी बना सकता है एक घड़ी भी गुरु शब्द के नाम के मन जोड़िया जाए तो सच जाणो अंदरों बुराइया खत्म कीतियां जा सकदियां ने एक घड़ी कीता होया सिमरन जिहड़ा है तुहानू गुरु के नाल जोड़ दिंदा है तो गुरमुखो सच जाणो एक घड़ी कीती हुई संगत जिहड़ी है ना तुहाडे जीवन दे विच ओह गुण पैदा कर दिंदी है जिस गुणा के करके सानू धार्मिक आख्या जाता है यानी कि मनुख जिहड़ा ओह धार्मिक बन जाता है गुरमुख बन जाता है ये बख्शिशां गुरु की संगत चो मिलदियां ने क्योंकि सच जाणो संगत का जीवन के अंदर बहुत वड्डा प्रभाव है जे किसी चोर की संगत की जाए तो चोरी करन दे गुण हासिल हो जाते ने पर जे किसी गुरु के प्यारे की भगत की संत की संगत की जाए ना फिर परमात्मा के नाल जुड़न दियां जुगतियां मिल जांदियां परमात्मा का सिमरन प्राप्त हो जाता है ते जदों असी पूरे गुरु की संगत करते हैं पूरा गुरु शब्द गुरु धन गुरु ग्रंथ साहिब पातशाह महाराज जिन्हां दी बख्शिश ते रहमती इन्नी है कि सच जाणो इस जीवन की यात्रा नूं जदों असी पूर्ण करना होवे ना इह क्योंकि असी एक यात्रा कर रहे हैं एक जीवन भी उस यात्रा का एक पल है आत्मा यात्रा करी कई जन्मां दी चाहे असी कहने कि 84 लख जून किहने वेखी है पर गुरमुखो सच जाणो मेरे पातशाह दा फरमान है बहुत जन्म बिछड़े थे माधो ये जन्म तुम्हारे लिखे जानी कि कई जन्मां दी गल कीती गई है ते जे इन्हां जन्मां दी असीं शुरुआत दी गल करिए ते महाराज ने फरमान कीता कई जन्म सैल गिर करिया सैल किया जांदा है पत्थर नूं
कि असीं कित्थों आरंभ होए हां, कई जन्मां कई जूनियां नूं भोगदिआं होइआं, कई जन्म मरण दे दुखां नूं सहन करदिआं होइआं सानूं इह मनुखी जामा मिलिआ। ते इस मनुखी जामे दे विच आ के भी जे ससी भगती नहीं कर सके, गुरु की वड्याई नहीं कर सके, परमात्मा की महिमा नहीं हासिल कर सके ना, फिर महाराज कहिंदे इह भी जन्म जिहड़ा इह बिरथा चले जाएगा, इस जीवन का भी कोई अर्थ नहीं होएगा। मेरे पातशाह जी फरमान करदे ने गुण गोविंद गायो नहीं जन्म अकार थकीन, कि जिस जीवन के अंदर परमात्मा की वड्याई ही नहीं की गई साजण उस जन्म का कोई अर्थ नहीं है, उसका कोई सानू तत् नहीं मिलेगा, क्योंकि तत् भी गुरमुखा नूं मिलिया। मेरे पातशाह फरमान करते हैं कहो नानक यह तत् विचारा बिन हर भजन नहीं छुटकारा, कि इस जीवन के तत् कढ़ीए असी, जे असी माया नूं गिण लईए माया भी कोल सदा नहीं रहिंदी, सदा मनुख उहदे वास्ते दौड़ करता। कई जीवन के संबंध ऐसे जुड़ते हैं जो कई बार वो बहुत प्यारे हो जाते, नेड़े हो जाते, कई बार उत्थे ही दराड़ आ जाती, नफरत पैदा हो जाती, जानी कि बहुत जीवन असी बनाने बहुत सारा घट जाता है, कई बार घर बार बहुत भर जाते हैं, कई बार माड़े समय देखने पै जाते हैं, क्योंकि जीवन के कोई भी सुख जो टेके नहीं रहा, कोई भी रिश्ता जोड़ा वो टेके नहीं रहा, पर गुरमुखो सच जाने गुरु के नाल जुड़िया हुआ साडा संबंध ही ऐसा है कि गुरु महाराज जी सदा साढ़े अंग संग रेंदे ने, क्योंकि गुरु साढ़े ना कोई नफरत नहीं करेगा, गुरु साढ़े ना कोई घृणा नहीं करेगा, गुरु साढ़े नूं अपने तो नीवा नहीं जानेगा, क्योंकि गुरु सदा ही मेहरबान है, उहदा सुभाअ ही इको है कि गुरु सदा मेहरबान है, ते मेरा बख्शिशां ही अपने गुरमुखां ते करदा है। ते प्यारिओ इस करके असीं गुरु दे नाल अपना संबंध जोड़न वास्ते आए हैं, पर उहदे नाल इह भी कह देना जरूरी है क्योंकि साढ़े कुछ महीने ने, क्योंकि गुरु अर्जन देव पातशाह महाराज धन गुरु नानक साहब सच्चे पातशाह महाराज उन्होंने उन्होंने महीनों का वर्णन किया, मेरे पातशाह ने दिनों का वर्णन किया, तो उन्होंने वर्णन के हर एक पल का वर्णन करके मेरे पातशाह ने यही सानू उपदेश दिता कि असी अपने जीवन में उस परमात्मा के नाल जोड़ना है, अपने मन में उस परमात्मा के नाल जोड़ना, अपने हिरदे अंदर गुरु शब्द का प्रकाश करना है। ते संगतां बहुत धनतां दे योग ने, क्योंकि इन्हां समयां विच बहुत लोकी बहुत सारे माड़े कर्म भी करते हैं, पर तुसी पूरे गुरु की संगत का लाहा लै रहे हो, तुसी बहुत भागां वाले हो, वड़भागी हो, पर जे असी पूरे गुरु की संगत विच जुड़े हाँ, उस गुरु के चगे अरदास कर रहे हैं, अपने परिवारों की सुख मंग रहे हैं, क्योंकि असी जानते हैं कि सर्व सुखदाता यही है, तो जिहदे कोल सर्व सुखदाता जिहदे कोल सुख होणगे असी उहदे कोल मंगण जावांगे ना। दुनिया के कई दुकानदार होंगे ने, कई दुकाना होंदिया ने, वखो वखरा उन्हां तों समान मिलता है, पैसे नाल समान खरीदया जा सकता पर सुख नहीं, सुख केवल परमात्मा की झोली अंदर ने, धन गुरु ग्रंथ साहिब पातशाह की कृपा के नाल ने, ते असी गुरु के कोल सुख मंगण वास्ते आए हैं, ते साडा भी कुछ फर्ज बनता है कि जे असी उस दाते कोल सुख चाहते हैं तो उस दाते का कहा मनना भी सानू जरूरी है, कि वह दाता सानू बचन की कर रहा है, कि उन्हां बचनां नूं असीं अपने जीवन च कमा रहे, कि साडे जीवन च नितनेम है, साडे जीवन च बाणी है। गुरमुखो सच जाणिओ गुरु दा उपदेश की है, मेरे पातशाह फरमान करदे ने आवो सिख सतगुर के प्यारिओ गावो सच्ची बाणी, ते की साडा जीवन बाणी नाल जुड़िया होया है, ये साडे उत्ते सवाल होएगा। गुरु तां दाता बख्श रहे ने, गुरु तां कृपा कर रहे ने, उह तां मात गर्भ तो यह मनुख तेरे जीवन नूं पाल रहे ने, उन्हां दी कला तां सदा वरत रही है। असी गुरु चरणां विच अरदास करदे हां, गुरु साडे कोल कुछ भी नहीं मंगदा, असी अपना दशवंध इस करके कढ़दे हां कि साडा इह किरत कमाई जिहड़ी उह सफली हो सके। ते इह भी तुसी धनता दे योग हो जो अज दे इन्हां दिनां दे अंदर तुसी अपना दशवंध गुरु घर दे लेखे ला रहे हो, तुहाडे दशवंध नाल किन्ने लंगर चलदे ने, तुहाडे दशवंध दे नाल गुरु प्यारे खालसा जी किन्नी सेवा कराई जा रही है, तुहाडा दशवंध जिहड़ा उह लेखे विच लग रहा, तुहाडा पैसा लेखे विच लग रहा, जे पैसा किते होर दित्ता हुंदा ना ते वधना फुलना नहीं सी, पर गुरु घर कढ़िया होया दशवंध सदा ही जीवन दे विच सुख लै के आउंदा है। इह भी बहुत भला कर्म है, ये भी साडे वास्ते ही है, ये गुरु नहीं साडे कोलों मंग रहा, गुरु तो केवल सानू परमात्मा दे नाल जोड़न की असीस बख्श रहा है। गुरु की यह असीस है कि असी उस परमात्मा नाल जुड़ जाइए, तो सच जाने धन गुरु ग्रंथ साहिब पातशाह महाराज की संगत की महिमा किन्नी क है कि इस संगत दे विच
ਇਹ ਨਹੀਂ ਕਿਤੇ ਲਿਖਿਆ ਹੋਇਆ ਇਕੱਲਾ ਜਪੀਆ ਤਪੀਆ ਹੀ ਆਵੇ, ਕੋਈ ਗੁਰਮੁਖ ਹੀ ਆਵੇ। ਇਹ ਸੰਗਤ ਦੇ ਵਿੱਚ ਕੋਈ ਸਾਡੇ ਵਰਗਾ ਦੁਖੀ ਵੀ ਆ ਜਾਵੇ ਨਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਉਸ ਨੂੰ ਵੀ ਨਾਮ ਦਾ ਰੰਗ ਚਾੜ ਦਿੰਦੇ ਆ। ਇਹੋ ਜਿਹੀ ਬਖਸ਼ਿਸ਼ ਹੈ ਮੇਰੇ ਪਾਤਸ਼ਾਹ ਦੀ। ਸੋ ਆਓ ਪਿਆਰੇ ਖਾਲਸਾ ਜੀ, ਅਸੀਂ ਬਖਸ਼ਿਸ਼ ਦੇ ਪਾਤਰ ਬਣੀਏ। ਨਾਲ ਨਾਲ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਵੀ ਗੱਲ ਕਰਨੀ ਹੈ, ਕਿਉਂਕਿ ਪੋਹ ਦਾ ਮਹੀਨਾ ਕੁਝ ਲੰਘਿਆ ਨਹੀਂ ਹੈ, ਬਹੁਤੇ ਸਮੇਂ ਨਹੀਂ ਹੋਏ ਕੋਈ ਸ਼ਹਾਦਤਾਂ ਨੂੰ। ਅਸੀਂ ਪਹਿਲਾਂ ਉਹਨਾਂ ਸ਼ਹਾਦਤਾਂ ਦੀ ਵੀ ਨਾਲ ਨਾਲ ਗੱਲ ਕਰਨੀ ਹੈ। ਸੋ ਆਓ ਪਿਆਰੇ ਖਾਲਸਾ ਜੀ, ਸਭ ਤੋਂ ਪਹਿਲਾਂ ਆਪਣਾ ਧਿਆਨ ਕੇਂਦਰਿਤ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਕੋਲੋਂ ਸ਼ਬਦ ਦੀ ਦਾਤ ਲਈਏ। ਸਾਰੀ ਸੰਗਤ ਜਿੰਨੇ ਸੱਜ ਬੈਠੇ ਹੋ, ਆਉਣੀ ਜਾਣੀ ਥੋੜ੍ਹਾ ਘਟਾਓ, ਜਿੰਨਾ ਸਮਾਂ ਤੁਸੀਂ ਸੰਗਤ 'ਚ ਬਹਿ ਸਕਦੇ ਹਾਂ ਉਹ ਸੰਗਤ 'ਚ ਬੈਠਣਾ ਕਰੀਏ, ਕਿਉਂਕਿ ਸੰਗਤ ਦੇ ਵਿੱਚ ਬਹਿ ਕੇ ਸਾਨੂੰ ਵਡਿਆਈਆਂ ਮਿਲਣੀਆਂ। ਮੈਂ ਵੇਖ ਰਿਹਾ ਥੱਲੇ ਵੀ ਬਹੁਤ ਸੰਗਤ ਹੈ, ਇੱਥੇ ਸੰਗਤ ਦੀ ਘਾਟ ਲੱਗ ਰਹੀ ਹੈ, ਕਿਉਂਕਿ ਸਾਰਾ ਸਮਾਂ ਅਸੀਂ ਤੁਰ ਫਿਰ ਕੇ ਗੁਜ਼ਾਰ ਰਹੇ ਹਾਂ। ਇਹ ਠੀਕ ਹੈ, ਸੇਵਾ ਕਮਾਉਣੀ ਵੀ ਵੱਖਰੀ ਗੱਲ ਹੈ, ਪਰ ਸੰਗਤ ਨੂੰ ਇਹ ਬੇਨਤੀ ਵੀ ਹੈ ਕਿ ਗੁਰੂ ਚਰਨਾਂ ਵਿੱਚ ਆ ਕੇ ਸਜੋ ਪਿਆਰਿਓ, ਇੱਥੇ ਆ ਕੇ ਤੁਹਾਨੂੰ ਰਹਿਮਤਾਂ ਮਿਲਣੀਆਂ ਨੇ। ਜਿਹੜਾ ਗੁਰੂ ਚਰਨਾਂ ਵਿੱਚੋਂ ਤੁਹਾਨੂੰ ਫਲ ਮਿਲਣਾ ਨਾ, ਉਹ ਬਾਹਰ ਘੁੰਮ ਕੇ ਨਹੀਂ ਮਿਲਣਾ। ਜੇ ਘੁੰਮਣੇ ਹੀ ਜਾਣਾ ਸੀ ਤਾਂ ਪਾਰਕਾਂ ਥੋੜ੍ਹੀਆਂ ਨੇ ਇੰਗਲੈਂਡ ਦੀਆਂ, ਬਹੁਤ ਕੁਝ ਹੈ ਦੇਖਣ ਨੂੰ। ਪਰ ਗੁਰਮੁਖੋ ਸੱਚ ਜਾਣੋ, ਇੱਥੇ ਅਸੀਂ ਗੁਰੂ ਦੀ ਰਹਿਮਤ ਲੈਣ ਵਾਸਤੇ ਆਏ ਹਾਂ। ਇਸ ਕਰਕੇ ਸੰਗਤ ਨੂੰ ਮੇਰੀ ਬੇਨਤੀ ਹੈ, ਖਾਸ ਕਰਕੇ ਸਾਡੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਸੰਗਤ ਦੇ ਵਿੱਚ ਆ ਕੇ ਸਜੋ, ਆਪਾਂ ਇਤਿਹਾਸ ਦੀ ਸਾਂਝ ਪਾਈਏ। ਤੁਹਾਡੀ ਕਿਰਪਾ ਹੋਏਗੀ, ਸਾਨੂੰ ਸੋਝੀ ਮਿਲੇਗੀ, ਅਤੇ ਅਸੀਂ ਤੁਹਾਡੇ ਸਾਹਮਣੇ ਕੁਝ ਪੇਸ਼ ਕਰਾਂਗੇ। ਪਰ ਗੁਰਮੁਖੋ, ਉਸ ਤੋਂ ਪਹਿਲਾਂ ਬੇਨਤੀ ਹੈ ਸਾਡੇ ਨੌਜਵਾਨ ਵੀਰਾਂ ਨੂੰ ਵੀ, ਸਾਡੇ ਬਜ਼ੁਰਗਾਂ ਨੂੰ ਵੀ, ਸਾਡੀਆਂ ਭੈਣਾਂ ਮਾਤਾਵਾਂ ਨੂੰ ਵੀ, ਕਿ ਤੁਸੀਂ ਬਹੁਤਾ ਤੁਰੋ ਫਿਰੋ ਨਾ, ਆ ਕੇ ਸੰਗਤ 'ਚ ਸਜੋ। ਜਿੰਨਾ ਸਾਡਾ ਇਕੱਠ ਹੈ ਨਾ, ਇੱਥੇ ਤਾਂ ਬਹਿਣ ਨੂੰ ਥਾਂ ਨਹੀਂ ਮਿਲਣਾ ਚਾਹੀਦਾ, ਇੱਕ ਤਿਲ ਸੁੱਟਣ ਨੂੰ ਥਾਂ ਨਹੀਂ ਹੋਣਾ ਚਾਹੀਦਾ। ਪਰ ਇਹ ਮੈਨੂੰ ਕਹਿੰਦੇ ਚੰਗਾ ਨਹੀਂ ਲੱਗਦਾ, ਪਰ ਇੱਕ ਬੜੀ ਸਾਡੇ ਅੰਦਰ ਘਾਟ ਹੈ ਕਿ ਅਸੀਂ ਸੰਗਤ 'ਚ ਘੱਟ ਬਹਿੰਦੇ ਹਾਂ, ਤੋਰਾ ਫੇਰਾ ਜ਼ਿਆਦਾ ਕਰਦੇ ਹਾਂ। ਇਸ ਕਰਕੇ ਬੇਨਤੀ ਪ੍ਰਵਾਨ ਕਰਿਓ, ਬਹੁਤੇ ਸ਼ਬਦਾਂ ਵਿੱਚ ਨੇ, ਇੱਕ ਸ਼ਬਦ ਦੇ ਵਿੱਚ ਹੀ ਕਹਿੰਦੇ ਬੰਦਾ ਸਮਝਦਾਰ ਸਮਝ ਜਾਂਦਾ। ਸੋ ਆਓ ਪਿਆਰੇ ਖਾਲਸਾ ਜੀ, ਇੱਥੇ ਆਪਾਂ ਧਿਆਨ ਕੇਂਦਰਿਤ ਕਰੀਏ ਗੁਰੂ ਦੀ ਬਾਣੀ 'ਤੇ। ਵਾਹਿਗੁਰੂ ਮੰਤਰ ਦਾ ਉਚਾਰਨ ਕਰਕੇ ਤੁਹਾਡੀ ਅਤੇ ਸਾਡੀ ਹਾਜ਼ਰੀ ਜਿਹੜੀ ਸੰਗਤ 'ਚ ਪ੍ਰਵਾਨ ਹੋ ਸਕੇ, ਸਾਰੇ ਗੱਜ ਕੇ ਫਤਿਹ ਬੁਲਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੇ ਖਾਲਸਾ ਜੀ, ਆਓ ਸਭ ਤੋਂ ਪਹਿਲਾਂ ਸਾਡੇ ਕੌਮ ਦੇ ਸਾਬਕਾ ਜਥੇਦਾਰ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ, ਜਿਨ੍ਹਾਂ ਦੀ ਸ਼ਹੀਦੀ 1 ਜਨਵਰੀ 1993, ਜਿਨ੍ਹਾਂ ਦੀ ਮਹਾਨ ਦੇਣ ਹੈ ਕੌਮ ਨੂੰ। ਉਹ ਜਥੇਦਾਰ ਨੇ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ। ਕੁਝ ਇਹੋ ਜਿਹੇ ਜਥੇਦਾਰ ਵੀ ਹੋਇਆ ਕਰਦੇ ਨੇ ਗੁਰਮੁਖੋ, ਅੱਜ ਦੀ ਜਿਹੜੀ ਭਾਵਨਾ ਸਾਡੀ ਕੁਝ ਹੋਰ ਹੈ, ਪਰ ਕੌਮ ਦੇ ਉਹ ਮਹਾਨ ਜਥੇਦਾਰ ਰਹੇ ਨੇ ਜਿਨ੍ਹਾਂ ਦਾ ਇਤਿਹਾਸ ਪੜ੍ਹਦਿਆਂ ਸਿਰ ਉੱਚਾ ਹੋ ਜਾਂਦਾ। ਗੁਰੂ ਪਿਆਰੇ ਖਾਲਸਾ ਜੀ, ਸੱਚ ਜਾਣੋ, ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਆਪਣੇ ਸਮੇਂ ਅੰਦਰ ਸਿੱਖ ਸਮਰਾਜ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇੱਕ ਤਨਖਾਹ ਲਾਈ ਸੀ, ਅਤੇ ਗੁਰਮੁਖੋ ਸੱਚ ਜਾਣਿਓ, ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਸਿਰ ਝੁਕਾ ਦਿੱਤਾ ਸੀ। ਲੋਕਾਂ ਨੇ ਵਾਹ ਵਾਹ ਕੀਤੀ, ਕਹਿਣ ਲੱਗੇ ਦੇਖੋ ਕਿੰਨਾ ਮਹਾਨ ਰਾਜਾ ਹੈ ਪਿਆਰਿਓ, ਜਿਸਨੇ ਜਥੇਦਾਰ ਦੇ ਸਾਹਮਣੇ ਆਪਣਾ ਸਿਰ ਝੁਕਾ ਦਿੱਤਾ, ਤਨਖਾਹ ਕਬੂਲ ਕੀਤੀ। ਪਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਆਖੀ ਸੀ, ਉਹ ਕਹਿੰਦੀ ਮੇਰੀ ਵਾਹ ਵਾਹ ਨਾ ਕਰੋ, ਜੇ ਵਾਹ ਵਾਹ ਕਰਨੀ ਤਾਂ ਕੌਮ ਦੇ ਜਥੇਦਾਰ ਦੀ ਕਰੋ, ਕਿ ਕੌਮ ਦੇ ਇਹੋ ਜਿਹੇ ਜਥੇਦਾਰ ਹੋਣੇ ਚਾਹੀਦੇ ਨੇ। ਇਹ ਕੌਮ ਦੇ ਜਥੇਦਾਰ ਦੀ ਵਡਿਆਈ ਹੈ, ਇਹ ਮੇਰੀ ਕੋਈ ਵਡਿਆਈ ਨਹੀਂ ਹੈ। ਅਤੇ ਗੁਰਮੁਖੋ ਸੱਚ ਜਾਣੇ, ਉਹਨਾਂ ਹੀ ਜਥੇਦਾਰਾਂ ਦੇ ਵਿੱਚੋਂ ਇੱਕ ਨਾਮ ਹੈ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਦਾ ਇਤਿਹਾਸ ਅਸੀਂ ਬਹੁਤ ਘੱਟ ਜਾਣਦੇ ਹਾਂ, ਕਿਉਂਕਿ ਅਸੀਂ ਬਾਹਰ ਹੀ ਸਾਰਾ ਇਤਿਹਾਸ ਸਾਨੂੰ ਮਿਲ ਰਿਹਾ ਹੈ। ਆਪਣੇ ਸੂਰਮਿਆਂ ਦਾ ਇਤਿਹਾਸ ਅਸੀਂ ਬਹੁਤਾ ਪੜ੍ਹ ਨਹੀਂ ਸਕੇ, ਵਿਚਾਰ ਨਹੀਂ ਸਕੇ, ਇਹ ਸਾਡੇ ਅੰਦਰ ਇੱਕ ਬਹੁਤ ਵੱਡੀ ਘਾਟ ਹੀ ਸਮਝੋ ਇਹਨੂੰ ਵੀ, ਕਿਉਂਕਿ ਅਸੀਂ ਬਾਕੀ ਤਾਂ ਸਾਰਾ ਕੁਝ ਜਾਣਦੇ ਹਾਂ। ਇਹ ਵੱਖਰੀ ਗੱਲ ਹੈ, ਗੁਰੂ ਮਹਾਰਾਜ ਦੀ ਬਖਸ਼ਿਸ਼ ਸਾਰੇ ਪਰਿਵਾਰਾਂ 'ਤੇ ਹੈ, ਮਹਾਰਾਜ ਜੀ ਦਾ ਅਸੀਂ ਸੁੱਖ ਲੈਣ ਵਾਸਤੇ ਆਏ ਹਾਂ, ਉਹਦੇ ਨਾਲ ਨਾਲ ਇਤਿਹਾਸ ਨੂੰ ਵੀ ਜਾਣਨਾ, ਇਹ ਵੀ ਸਾਡੇ ਵਾਸਤੇ ਇੱਕ ਪ੍ਰੇਰਣਾਦਾਇਕ ਹੋਏਗਾ, ਕਿਉਂਕਿ ਉਹ ਮਹਾਨ ਜਥੇਦਾਰ ਜਿਨ੍ਹਾਂ ਨੇ ਕੌਮ ਵਾਸਤੇ ਆਪਣਾ ਬੰਦ-ਬੰਦ ਕਟਵਾ ਲਿਆ, ਕੌਮ ਵਾਸਤੇ। ਉਸ ਸਮੇਂ ਦੇ ਜਿਹੜੇ ਅਫਸਰ ਸੀ ਨਾ, ਉਹ ਇਹ ਗੱਲ ਕਿਹਾ ਕਰਦੇ ਸਨ, ਉਹ ਕਹਿੰਦੇ ਦਰਿਆਵਾਂ ਦੇ ਵਿੱਚ ਜਿਹੜੀਆਂ ਮੱਛੀਆਂ ਨੇ ਨਾ, ਉਹ ਮੱਛੀਆਂ ਨੂੰ ਹੋਰ ਭੋਜਨ ਨਹੀਂ ਚਾਹੀਦਾ, ਕਿਉਂਕਿ ਅਸੀਂ ਵੱਢ ਵੱਢ ਕੇ ਕੱਟ ਕੱਟ ਕੇ ਜਿਹੜੇ ਖਾੜਕੂ ਨੇ ਉਹਨਾਂ ਦਰਿਆਵਾਂ ਵਿੱਚ ਸੁੱਟੇ ਹੋਏ ਨੇ। ਉਹ ਕਹਿੰਦੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਅਤੇ ਗੁਰੂ ਪਿਆਰੇ ਖਾਲਸਾ ਜੀ, ਸੱਚ ਜਾਣੋ, ਗੁਰਦੇਵ ਸਿੰਘ ਜੀ ਕੌਂਕੇ ਸਾਹਿਬ, ਜਦੋਂ ਮੈਂ ਉਹਨਾਂ ਦੀ ਸ਼ਹਾਦਤ ਬਾਰੇ ਪੜ੍ਹਦਾ ਨਾ, ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਉਹਨਾਂ ਦੀ ਸ਼ਹਾਦਤ, ਉਸ ਸਮੇਂ ਉਹ ਸਵਰਨ ਸਿੰਘ, ਉਹਨੇ ਬੜਾ ਅੱਤਿਆਚਾਰ ਕੀਤਾ ਸੀ ਪਿਆਰਿਓ। ਸੱਚ ਜਾਣੋ, ਮੈਂ ਸ਼ਹਾਦਤ ਦੀ ਗੱਲ ਤੁਹਾਨੂੰ ਕਰ ਰਿਹਾ, ਅਤੇ ਇੱਕ ਵਾਰੀ ਬੇਨਤੀ ਪ੍ਰਵਾਨ ਕਰਿਓ, ਫਿਰ ਮੈਂ ਕਹਿਣਾ ਚਾਹੁੰਦਾ ਕਿ ਸੰਗਤ ਦੇ ਵਿੱਚ ਇਕਾਗਰਤਾ ਕਰੋ,
जिन्नी संगत संगत गुरु संगत विच बह सकती उत्थे बैठो करी शब्द बाणी का कीर्तन सुनवण करो इतिहास सरवण करिए महान जथेदार क्योंकि एक शहीद की गल हो रही होवे ते संगत का ध्यान इधर उधर होवे ये चंगा नहीं लगता प्यारे जिन्हां कौम वास्ते अपने परिवार के सुख भलाते जिन्हां ने कौम वास्ते पंथ वास्ते अपना सारा कुछ कुरबान करता कि उन्हां दे बच्चे नहीं सी उन्हां दा परिवार नहीं सी पर अपने कौम वास्ते कुरबान हो गए इन्हां महान शहीदां की मैं गल कर रहा साडे बच्चे ना एक्सप्रेशन लेंदे आ अजकल दे सिंगरां तों वो कहिंदे फलाना सिंगर देखो जी किड्डा महान उहदा जीवन किड्डा महान पर नहीं प्यारे इन्हां सूरमियां नूं याद करो इन्हां दी देण नूं याद करोगे ना फिर सजणो सानूं महसूस होएगा जिन्हां शहीदां सिंघां दे सामने रब भी झुके फतेह करता रहा सलामा करता रहा क्योंकि शहीद जिहड़े हुंदे ने ना वो कौम की जिंद जान होया करते हैं कौम वधदी शहीदां दे सिर दे उत्ते है कौम का जिहड़ा ताज है ना तुसीं दरबार साहब जाने हो दरबार साहब परिक्रमा दे विच जायो उत्थे जाके परिक्रमा विच हाथ जोड़ के वाहिगुरु सिमरन करना शुरू कर दे तुहानूं एक आनंद महसूस होएगा वो आनंद पता कहदा जिथे बाणी का वो आनंद है उत्थे वो दरबार साहब की परिक्रमा विच संग संग मरदे पत्थर नहीं लगे हुए उत्थे महान शहीदों के सिर लगे हुए आ तां दरबार साहब अज सानूं इन्ना प्यारा है गुरमुखो सच जाणियो ये दरबार साहब की परिक्रमा जिथे शहीद खड़ा है साडा बापू बाबा दीप सिंह जी गुरु प्यारे सच जाणो जिन्होंने प्रसाद नहीं गुरु नूं चढ़ाया जिन्होंने अपना सिर भेट किया गुरु नूं वो महान शहीद ने उत्थे ते असीं दरबार साहब की परिक्रमा जाने ना उत्थे क्यों सुख मिलता वो उन्हां शहीदां दा बख्शा होया सुख है साडे परिवार सुखी वसदे ना जिस नूं गुरु कलगीधर पातशाह ने आख्या सी सुखी वसै मोरो परिवारा सेवक सिख सबै करतारा ये परिवार सुखी तां ही वस रहा है ये उन्हां शहीदां की कृपा है प्यारे बाबा दीप सिंह दे चपहरियां विचों एवें नहीं आनंद मिलता क्योंकि उन्हां दी महान शहादत दसदी है कि जिन्हां ने गुरु नूं सिर भेट किया गुरु उन्हां दे बस हो गया गुरु उन्हां दे सामने झुके नमस्कारां करदा ते गुरु प्यारे खालसा जी आओ मैं शहादत की गल कर रहा सी स्वर्ण सिंह जिन्हां ने बहुत वड्डा पाप किया स्वर्ण सिंह बड़ा वड्डा पापी सी प्यारे सरकार दे कोलों कुछ चंद मैडल लैण वास्ते अपनियां तरक्कियां वास्ते इन्हां ने नाम पिछे तां सिंह लग गया पर कौम दे नाल वड्डियां गिरदारियां इन्हां लोकां ने कीतियां उह स्वर्ण सिंह उह पापी चाहुंदा सी कि मैं जथेदार नूं डला दियां ते गुरु प्यारे खालसा जी अखी डिठा हाल जिन्हां वेख्या ना कहिंदे इन्हां पापियां ने पुट्ठी हथ घड़ी लाई जथेदार नूं पिछे वल हथ करके ना हथ घड़ी लाती उन्हां नूं हथ घड़ी ला के प्यारियो फिर ये कहिंदे डंडे मारदे रहे उन्हां थावां दे उत्ते जिन्हां दा मैं नाम नहीं लैणा चाहुंदा उन्हां थावां ते डंडे मारे प्यारियो जदों डंडे मारदे रहे ना ते सच जाणो ये लोग उस समय शराब पी लैंदे सी फिर ये देखदे नहीं सी बंदे नूं कुटदे आ कि पशु नूं कुटदे आ फिर इन्होंने इन्ना कुटिया कहिंदे जथेदार जी का सारा शरीर नीला हो गया सी सारा शरीर नीला पै गया इन्ना कुटिया कि जथेदार जी की एक अख भी बहर आ गई सी जदों जथेदार जी एक अख भी बहर आ गई ना ते पापी पुछदे रहे कहिंदे हुण कमाउणी कौम की जथेदारी ते सिंघ साहब अग्गे वाहिगुरु मंत्री उचारदे रहिंदे सी बाणी का जाप ही करते रहे कोई मुखों चीके नहीं एक बारी स्वर्ण ने आख्या सी कहिंदा देखो इन्ना कुटिया जथेदार कि जथेदार नूं सहण नहीं होया पर सच जाणो उसले नाल दे अफसर कहिंदे सी तुसीं जिहड़ी गल कर रहे हो ना ये वो चीज़ नहीं ये जथेदार का खून डुल रहा है पर जथेदार ने मुखों सी नहीं सी प्यारी आखी तो फिर इन्हां पापियां ने की किया इन्हां कुटिया मारिया बदन सारा नीला हो गया तो नीला पर जो बदन हो गया ना फिर इन्होंने गोली मारी गोली मारन तो बाद इन्हां पापियां ने पता नहीं लगन दिता कहिंदे जथेदार साहब का शरीर टोटे टोटे करके बोरी च बन के उन्होंने सतलुज दरिया दे विच सुट्टिया तो गुरमुखो उन्हां महान शहीदों की कुरबानी असी भुल गए साडी एक्सप्रेशन ने सूरमे होने चाहिए सी साडे कौम के जथेदार ने जिन्हां नूं लख वारी प्रणाम करिए ना तां वी घट है प्यारे खालसा जी आओ उन्हां शहीदां दे ओह साडे महान विरसे ते साडे नौजवानां नूं सुचेत करदी कविता आप संगतां दे सामने जोड़ी आओ पेश कर रही है जागते पंजाबियां दी पग ही पछाण है तली उत्ते सीस तावी
जिस्म च जान है तली उते सीस तावी जिस्म च जान है ओ दीप सिंह जी दी हर कार तस्वीर है दुनिया दे नारो सड़ा विरसा अमीर है दुनिया दे नारो सड़ा विरसा अमीर है जागती पंजाबियां दी पग ही पछाण है तली उते सीस तावी जिस्म च जान है तली उते सीस तावी जिस्म च जान है ओ दीप सिंह जी दी हर कार तस्वीर है दुनिया दे नारो साडा विरसा अमीर है दुनिया दे नारो साडा विरसा अमीर है सभी चार साडा गड़ी चमकार दी उबल दी देख लो सड़दी लहार दी उबल दी देख लो सड़दी लहार दी ओ पंजमें गुरां दा जिथे सड़िया शरीर है दुनिया दे नालों साडा विरसा अमीर है दुनिया दे नालों साडा विरसा अमीर है जोरावर फतेह सिंह अजीत ते जुजार नू चुकदा है सिर सरहंद दी दवार नू चुकदा है सिर सरहंद दी दवार नू ओ नौवें गुरु जी ने लिखी साडी तकदीर है दुनिया दे नालो साडा विरसा अमीर है दुनिया दे नालो साडा विरसा अमीर है बसाखी वाले दिन गुरा काल सास जाया सी उस वेले चिड़ी कोलो बाज तुड़वाया सी उस वेले चिड़ी कोलो बाज तुड़वाया सी ओ अमृत पी के सुती जागदी जमीर है दुनिया दे नालो साडा विरसा अमीर है दुनिया दे नालो साडा विरसा अमीर है जलियां दे बाग विच गोड़ियां दे दाग ने जिस ता पंजाबणा दे उजड़े सुहाग ने जिस ता पंजाबणा दे उजड़े सुहाग ने ओ नेजियां ते टंगे सोल फुल्ला तो शरीर है दुनिया दे नालो साडा विरसा अमीर है दुनिया दे नालो साडा विरसा अमीर है ओए टोटे टोटे हुए कदे साडियां परावां दी टोटे टोटे होए कदे साडियां
ਦੇਖੋ ਕਿੱਡੇ ਹੌਸਲੇ ਸੀ ਅਸਾਨੀਆਂ ਮਾਮਾ ਦੇ ਵੇਖੋ ਕਿੱਡੇ ਹੌਸਲੇ ਸੀ ਅਸਾਂ ਦੀਆਂ ਮਾਮਾ ਦੇ ਨਿੱਜੀਆਂ ਤੇ ਟੰਗੇ ਸੋਲੇ ਫੁੱਲਾਂ ਤੋਂ ਸਰੀਰ ਹੈ ਦੁਨੀਆਂ ਦੇ ਨਾਲੋਂ ਸਾਡਾ ਬਿਰਸਾ ਅਮੀਰ ਹੈ ਦੁਨੀਆਂ ਦੇ ਨਾਲੋਂ ਸਾਡਾ ਬਿਰਸਾ ਅਮੀਰ ਹੈ ਓਏ ਬੱਚਿਆਂ ਨੂੰ ਦੂਰ ਰੱਖੋ ਰਾਂਝੇ ਹੀਰ ਦੀ ਕਹਾਣੀ ਤੋਂ ਯਾਦ ਕਰਵਾਓ ਤਨ ਪੁੱਤਰਾਂ ਦੀ ਦਾਨੀ ਤੋਂ ਯਾਦ ਕਰਵਾਓ ਤਨ ਪੁੱਤਰਾਂ ਦੀ ਦਾਨੀ ਤੋਂ ਸਾਂਭ ਲੋ ਅਮਰ ਇਹ ਤਾਂ ਕੀਮਤੀ ਜਗੀਰ ਹੈ ਦੁਨੀਆਂ ਦੇ ਨਾਲੋਂ ਸਾਡਾ ਬਿਰਸਾ ਅਮੀਰ ਹੈ ਦੁਨੀਆਂ ਦੇ ਨਾਲੋਂ ਸਾਡਾ ਗੁਰੂ ਪਿਆਰੇ ਖਾਲਸਾ ਜੀ ਯਾਦ ਰੱਖੋ ਜਿਹੜਾ ਸਾਡਾ ਇਤਿਹਾਸ ਹੈ ਨਾ ਉਹ ਸਾਰੀ ਦੁਨੀਆਂ ਦੇ ਉੱਤੇ ਬੇਮਿਸਾਲ ਕਿਉਂ ਉਹਦੀ ਮਿਸਾਲ ਕਿਉਂ ਨਹੀਂ ਮਿਲਦੀ ਕਿਉਂਕਿ ਇਸ ਇਤਿਹਾਸ ਨੂੰ ਸਿਰਜਿਆ ਸ਼ਹੀਦਾਂ ਨੇ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਨਾ ਜਿੱਥੇ ਕੌਮ ਦੀ ਚੜ੍ਹਦੀ ਕਲਾ ਕੀਤੀ ਹੈ ਸੱਚ ਜਾਣੋ ਉਹਨਾਂ ਸ਼ਹੀਦਾਂ ਦੇ ਵਾਰੇ ਵਾਰੇ ਸਾਨੂੰ ਪ੍ਰਣਾਮ ਜਾਣਾ ਚਾਹੀਦਾ ਕਿਉਂਕਿ ਸ਼ਹਾਦਤ ਤੋਂ ਬਿਨਾਂ ਕੌਮ ਦੀ ਕਦੇ ਚੜ੍ਹਦੀ ਕਲਾ ਨਹੀਂ ਹੁੰਦੀ ਜੇ ਆਪਣੇ ਇਤਿਹਾਸ ਨੂੰ ਅਸੀਂ ਪੜ੍ਹ ਕੇ ਵੇਖ ਲਈਏ ਨਾ ਤਾਂ ਸਾਡਾ ਇਤਿਹਾਸ ਇਸ ਗੱਲ ਨੂੰ ਦੱਸਦਾ ਕਿ ਜੇ ਸਿੱਖਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਮਿਲਿਆ ਨਾ ਉਹ ਸਿਧਾਂਤ ਜੁਗੋ ਜੁਗ ਅਟਲ ਕਿਵੇਂ ਹੋ ਗਿਆ ਕਿਉਂਕਿ ਉਹਦੇ ਪਿੱਛੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੈ ਜਦੋਂ ਮੀਆਂ ਮੀਰ ਨੇ ਆਖਿਆ ਸੀ ਮਹਾਰਾਜ ਕਿੱਥੇ ਆਸਣ ਲਾ ਬੈਠੇ ਹੋ ਅਤੇ ਉਸ ਵੇਲੇ ਮੇਰੇ ਪਾਤਸ਼ਾਹ ਨੇ ਆਖਿਆ ਸੀ ਮੀਆਂ ਮੀਰ ਜੀ ਇੱਕ ਅਸੀ ਨਹੀਂ ਰੱਖਣੀ ਸੀ ਇੱਕ ਤਿਸੀ ਨਹੀਂ ਰੱਖੀ ਹੈ ਮੇਰੇ ਪਾਤਸ਼ਾਹ ਨੇ ਆਖਿਆ ਸੀ ਸਾਡੀ ਇਹ ਹਿਰਦੇ ਦੀ ਅਰਦਾਸ ਸੀਗੀ ਕਿ ਜਿਹੜੀ ਤੁਸੀਂ ਨਹੀਂ ਰੱਖੀ ਹੈ ਉਹਦੇ 'ਤੇ ਭਗਤੀ ਦਾ ਘਰ ਬਣਿਆ ਹੈ ਪਰ ਜਿਹੜੀ ਸਾਡੀ ਨਹੀਂ ਰੱਖੀ ਗਈ ਹੈ ਨਾ ਇੱਥੇ ਸ਼ਹਾਦਤਾਂ ਦਾ ਮਹਿਲ ਬਣੇਗਾ ਵਾਹਿਗੁਰੂ ਮੇਰੇ ਪਾਤਸ਼ਾਹ ਨੇ ਉਸ ਵੇਲੇ ਆਪਣੀ ਕੁਰਬਾਨੀ ਦਿੱਤੀ ਅਤੇ ਗੁਰੂ ਪਿਆਰੇ ਖਾਲਸਾ ਜੀ ਸੱਚ ਜਾਣੋ ਮੀਰੀ ਪੀਰੀ ਦਾ ਸਿਧਾਂਤ ਕਾਇਮ ਹੋ ਗਿਆ ਫਿਰ ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਅਤੇ ਗੁਰੂ ਪਿਆਰੇ ਖਾਲਸਾ ਜੀ ਖਾਲਸਾ ਪੰਥ ਪ੍ਰਗਟ ਕਰਤਾ ਅਤੇ ਇਸੇ ਤਰ੍ਹਾਂ ਸਮੇਂ ਸਮੇਂ ਦੇ ਅੰਦਰ ਅਤੇ ਜਦੋਂ ਆਪਣੇ ਸ਼ਹੀਦਾਂ ਦੀ ਸ਼ਹਾਦਤ ਦੀ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਪਾਸੇ ਆਪਣਾ ਅੱਜ ਦਾ ਇਤਿਹਾਸ ਰੱਖਦੇ ਹਾਂ ਜੇ ਸੱਭਿਆਚਾਰ ਦੇ ਨਾਂ ਦੇ ਉੱਤੇ ਸਾਡੇ ਬੱਚਿਆਂ ਨੂੰ ਗਾਣਿਆਂ ਦੇ ਨਾਲ ਭੰਗੜੇ ਦੇ ਨਾਲ ਜੋੜਿਆ ਜਾ ਰਿਹਾ ਪੂਰੀ ਧਰਤੀ ਦੇ ਉੱਤੇ ਜਦੋਂ ਅਸੀਂ ਪੂਰੇ ਸੰਸਾਰ ਦੀ ਗੱਲ ਕਰਦੇ ਹਾਂ ਨਾ ਲੋਕਾਂ ਨੇ ਇਸ ਨੂੰ ਬਹੁਤ ਫੈਲਾਇਆ ਕਿ ਦੇਖੋ ਪੰਜਾਬੀ ਬੜੇ ਖੁੱਲ੍ਹੇ ਦਿਲ ਦੇ ਹੁੰਦੇ ਨੇ ਇਹ ਭੰਗੜਾ ਪਾਉਂਦੇ ਨੇ ਬੜਾ ਖਾਂਦੇ ਪੀਂਦੇ ਨੇ ਪਰ ਸੱਚ ਜਾਣੋ ਉਹ ਲੋਕ ਭੁੱਲ ਗਏ ਕਿ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿਸ ਨੂੰ ਅਕਾਲ ਪੁਰਖ ਨੇ ਚੁਣਿਆ ਹੈ ਹੋਰ ਵੀ ਧਰਤੀਆਂ ਸਨ ਮੌਜੂਦ ਪਰ ਜਦੋਂ ਮੇਰੇ ਪਾਤਸ਼ਾਹ ਨੇ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ ਜਦੋਂ ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਦਾ ਸਰੂਪ ਬਣ ਕੇ ਇਸ ਧਰਤੀ ਨੂੰ ਭਾਗ ਲਾਉਣੇ ਸੀ ਤਾਂ ਉਸ ਵੇਲੇ ਮੇਰੇ ਪਾਤਸ਼ਾਹ ਨੇ ਉਸ ਧਰਤੀ ਨੂੰ ਚੁਣਿਆ ਉਸ ਧਰਤੀ ਦੇ ਭਾਗ ਲਾਏ ਵਾਹਿਗੁਰੂ ਜਿੱਥੇ ਮਹਾਨ ਇਤਿਹਾਸ ਸਿਰਜਿਆ ਗਿਆ ਇਕੱਲੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਨਹੀਂ ਉਹਨਾਂ ਸਿੰਘਾਂ ਸੂਰਮਿਆਂ ਦਾ ਇਤਿਹਾਸ ਵੀ ਸਿਰਜਿਆ ਗਿਆ ਅਤੇ ਗੁਰੂ ਪਿਆਰੇ ਖਾਲਸਾ ਜੀ ਸੱਚ ਜਾਣੋ ਜਿਨ੍ਹਾਂ ਦਾ ਅੱਜ ਵੀ ਇਤਿਹਾਸ ਪੜ੍ਹਦੇ ਹਨ ਅਤੇ ਅੰਦਰ ਕੌਮ ਦਾ ਜਨੂਨ ਪੈਦਾ ਹੁੰਦਾ ਹੈ ਵਾਹਿਗੁਰੂ ਅਤੇ ਅਸੀਂ ਕਿਵੇਂ ਭੁੱਲ ਜਾਵਾਂਗੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਅੰਦਰ ਆਪਣੇ ਸਿੱਖਾਂ ਨੂੰ ਵੰਗਾਰਿਆ ਹੋਏਗਾ ਕਿ ਉਹ ਸਿੱਖੋ ਪਿਆਰਿਓ ਮੈਂ ਪਰਿਆ ਦੇ ਵਿੱਚ ਇੱਕ ਵਾਅਦਾ ਕੀਤਾ ਇਨ ਗਰੀਬ ਸਿੱਖਾਂ ਕੋ ਦਿਓ ਪਾਤਸ਼ਾਹੀ ਜਾਂ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਚਿੜੀਓ ਸੇ ਮੈਂ ਬਾਜ ਚੜਾਉ ਸਵਾ ਲੱਖ ਸੇ ਏਕ ਤੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਨਾਮ ਕਹਾਉ ਤੇ ਗੁਰਮੁਖੋ ਸੱਚ ਜਾਣੋ ਉਦੋਂ ਸਿੱਖਾਂ ਨੇ ਅੱਗੋਂ ਕੀ ਆਖਿਆ ਕਹਿੰਦੇ ਸਿੱਖ ਸਿਰ ਨਵਾ ਕੇ ਕਹਿਣ ਲੱਗੇ ਲਵੋ ਲੱਖ ਵਾਰੀ ਇਮਤਿਹਾਨ ਦਾਤਾ ਜਿਨ੍ਹਾਂ ਨੇ ਮੌਤ ਵਿੱਚੋਂ ਜ਼ਿੰਦਗੀ ਲਈ ਹੋਵੇ ਉਹ ਕਿੱਥੋਂ ਕਰਦੇ ਨੇ ਕਾਣ ਦਾਤਾ ਅਸੀਂ ਪਹਿਲਾਂ ਸਿਰ ਨੂੰ ਭੇਟ ਕੀਤਾ
पिछों कीता है अमृत पान दाता। असी पहला अपने सीस पेड़ कीते ने, फिर सच्चे पातशाह जी तुहाडे को अमृत लिया है। तो सच जाणो अगो गुरु की बख्शिश देखो, धन गुरु कलगीधर पातशाह महाराज ने अपने सिख न अपना स्वरूप बख्श के गए, जिहड़ा अकाल पुरख परमात्मा का उन्होंने दर्शन किया। ओही स्वरूप अपने सिख न मेरे पातशाह ने बख्शिया, कोई वखरा स्वरूप नहीं दिता, वो सारा कुछ अपना अपने सिखा तो कुरबान कर गए। गुरु प्यारे खालसा जी, असी उस गुरु नूं किवें भुल सकते हैं, उस गुरु की कुरबानी नूं किवें असी विसार सकते हैं, जिस गुरु ने सानू अपना सारा कुछ बख्शता। तो याद करो केसगढ़ साहब की धरती से उत्थे 80,000 का कट्ठ कहिंदे ने इतिहासकार, 80,000 का कट्ठ, पर मेरे पातशाह ने अपनी गिणती बढ़ाने लई 80,000 नहीं चुनिया, सगो पहला सिर मंगिया कि होए कोई सिखी का बेटा जो सिर करे भेटा, जिहड़ा सीस नूं भेटा करे। तो गुरु प्यारे खालसा जी उस वेले सिखा ने अपने सीस भेट किए ने, तो फिर जदों मेरे पातशाह जी अगे हो के कहन लगे, कहिंदे गुरु गोबिंद सिंह सच्चे पातशाह महाराज की फरमाउंदे आ, अमृत मैनू भी बख्शो गुरु खालसा जी। गुरु गोबिंद सिंह आख्या पंजा प्यारिया नूं, मैनू भी नाम दी चढ़े रंगणा, मैं भी माण ना रब्बी हुलारिया नूं। ते उस वेले भाई दया सिंह की कहिंदे आ, भाई दया सिंह अग्गे कहन लगे, सौदा की पा पिया बनजारिया नूं, ਇਹ ਸੀਸ ਭੇਟ ਕਰਕੇ ਸੌਦਾ ਮਿਲਦਾ ਨਹੀਂ ਮਿਲਦਾ ਆਣਿਆ ਤਾਰਿਆਂ ਨੂੰ, ਇਹ ਸੌਦਾ ਵੈਸੇ ਨਹੀਂ ਮਿਲਦਾ, ਇਹ ਸੀਸ ਭੇਟ ਕਰਨਾ ਪੈਂਦਾ। ਸੱਚੇ ਪਾਤਸ਼ਾਹ ਜੀ, ਅਸੀਂ ਸੀਸ ਭੇਟ ਕੀਤੇ, ਅਸੀਂ ਸਿੱਖ ਹਾਂ, ਤੁਸੀਂ ਕੀ ਭੇਟ ਕਰੋਗੇ? ਅਤੇ ਗੁਰੂ ਕਲਗੀਧਰ ਪਾਤਸ਼ਾਹ ਅੱਗੇ ਉਹ ਕਹਿਣ ਲੱਗੇ, ਕਹਿੰਦੇ ਮੈਂ ਇਹ ਕਰਜ਼ਾ ਜਿਹੜਾ ਕਿਸ਼ਤਾਂ ਦੇ ਵਿੱਚ ਤਾਰਾਂਗਾ। ਅਸੀਂ ਗੁਰੂ ਨੂੰ ਸ਼ਹਿਨਸ਼ਾਹ ਕਹਿੰਦੇ ਨਾ, ਬਾਦਸ਼ਾਹ ਕਹਿੰਦੇ ਹਾਂ। ਗੁਰੂ ਮਹਾਰਾਜ ਕਹਿਣ ਲੱਗੇ, ਜਦੋਂ ਦੇਸ਼ ਦਾ ਸਹਾਰਾ ਨਹੀਂ ਸੀ ਕੋਈ, ਉਦੋਂ ਸੀਸ ਦਿੱਲੀ ਵਾਰਿਆ ਮੈਂ, ਠੰਡੇ ਬੁਰਜ ਵਿੱਚ ਵਾਰੀ ਮਾਂ ਗੁਜਰੀ, ਸੱਚ ਜਾਣੋ ਕਿਵੇਂ ਪਲ ਗੁਜ਼ਾਰਿਆ ਮੈਂ, ਪਰਮਾਤਮਾ ਨੇ ਬਖਸ਼ੇ ਮੈਨੂੰ ਚਾਰ ਸਾਹਿਬਜ਼ਾਦੇ, ਜੋੜਾ ਜੋੜਾ ਕਰਕੇ ਵਾਰਿਆ ਮੈਂ, ਸਿੱਖੋ ਕੋਈ ਨਾ ਬਾਦਸ਼ਾਹ ਆਖੇ ਮੈਨੂੰ ਕਿਸ਼ਤਾਂ ਵਿੱਚ ਕਰਜ਼ਾ ਆਪਣਾ ਤਾਰਿਆ ਮੈਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਹਾਨ ਕੁਰਬਾਨੀ। ਅਤੇ ਜਦੋਂ ਇੰਨੀ ਕੁਰਬਾਨੀ ਵੀ ਹੋ ਗਈ ਨਾ, ਅਤੇ ਗੁਰੂ ਪਿਆਰੇ ਖਾਲਸਾ ਜੀ ਹੁਣ ਸੱਚ ਜਾਣੋ ਗੁਰੂ ਦੀ ਦਇਆ 'ਤੇ ਵੀ ਗੱਲ ਕਰ ਲਈਏ, ਗੁਰੂ ਦੀ ਮਿਹਰਬਾਨੀ 'ਤੇ ਵੀ ਗੱਲ ਕਰ ਲਈਏ ਕਿ ਗੁਰੂ ਕਿੰਨਾ ਕੁ ਮਿਹਰਬਾਨ ਹੈ। ਤੁਸੀਂ ਸੰਗਤ ਕਰਦੇ ਹੋ, ਵਾਹਿਗੁਰੂ ਸਿਮਰਨ ਕਰਦੇ ਹੋ, ਤੁਸੀਂ ਹਿਸਾਬ ਨਹੀਂ ਲੱਗ ਸਕਦੇ ਤੁਹਾਡੇ ਉੱਤੇ ਕਿੰਨੀ ਗੁਰੂ ਦੀ ਕਿਰਪਾ ਹੋਏਗੀ। ਅਤੇ ਸੱਚ ਜਾਣਿਓ ਮੇਰੇ ਪਾਤਸ਼ਾਹ ਦੀ ਮਿਹਰਬਾਨੀ ਪੜ੍ਹਨੀ ਨਾ, ਅਤੇ ਕਿਤੇ ਜਫਰਨਾਮਾ ਪੜ੍ਹ ਕੇ ਵੇਖਿਓ, ਉਹ ਜਫਰਨਾਮਾ ਫਤਿਹ ਦੀ ਚਿੱਠੀ ਜਿਹੜੀ ਮੇਰੇ ਪਾਤਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਲਿਖੀ, ਉਹ ਫਤਿਹ ਦੀ ਚਿੱਠੀ ਜਦੋਂ ਦੀਨਾ ਕਾਂਗੜ ਦੀ ਧਰਤੀ 'ਤੇ ਮੇਰੇ ਪਾਤਸ਼ਾਹ ਲਿਖਦੇ ਹਨ, ਅਤੇ ਜਦੋਂ ਆਪਾਂ ਉਸ ਜਫਰਨਾਮੇ ਨੂੰ ਪੜ੍ਹੀਏ, ਪਹਿਲਾਂ ਤਾਂ ਉਹ ਅਕਾਲ ਉਸਤਤ, ਉਹ ਪਰਮਾਤਮਾ ਦੀ ਬਣਤਰ, ਉਹ ਪਰਮਾਤਮਾ ਦੀ ਕਿਰਪਾ, ਉਹਦੀ ਮਿਹਰਬਾਨੀ, ਉਹਦੀ ਕਰਾਮਾਤ ਮੇਰੇ ਪਾਤਸ਼ਾਹ ਨੇ ਲਿਖੀ, ਪਰ ਉਹਦੇ ਅੰਦਰ ਮੇਰੇ ਪਾਤਸ਼ਾਹ ਨੇ ਇਹ ਵੀ ਲਿਖਿਆ ਕਿ ਗੁਰਸਨੈ ਚਹਿਕਾਰੇ ਚਹਿਰ ਨਰ ਕੀ ਦਹਿ ਲੱਖ ਬਰਿਆਦ ਬਰੋ ਬੇਖਬਰ। ਮੇਰੇ ਪਾਤਸ਼ਾਹ ਲਿਖਦੇ ਆ, ਔਰੰਗਜ਼ੇਬ ਬਾਦਸ਼ਾਹ ਤੂੰ 10 ਲੱਖ ਫੌਜ ਚੜ੍ਹੀ ਹੈ ਮੇਰੇ ਭੁੱਖੇ ਸਿੱਖਾਂ ਦੇ ਉੱਤੇ, ਤੂੰ 10 ਲੱਖ ਫੌਜ ਚਾੜੀ, ਤੈਨੂੰ ਕੀ ਲੱਗਿਆ ਕਿ ਜੇ ਮੇਰੇ ਸਾਹਿਬਜ਼ਾਦੇ ਜੰਗੇ ਮੈਦਾਨ ਅੰਦਰ ਸ਼ਹੀਦ ਹੋ ਗਏ, ਮੇਰੇ ਦੋ ਸਾਹਿਬਜ਼ਾਦੇ ਸਰਹੰਦ ਦੀ ਦੀਵਾਰ ਵਿੱਚ ਸ਼ਹੀਦ ਹੋ ਗਿਆ, ਤੈਨੂੰ ਕੀ ਲੱਗਿਆ ਖਾਲਸਾ ਖਤਮ ਹੋ ਗਿਆ? ਯਾਦ ਰੱਖੀ ਮੈਂ ਇਹੋ ਜਿਹਾ ਕੁੰਡਲੀਆ ਖਾਲਸਾ ਪੈਦਾ ਕਰਕੇ ਚੱਲਿਆ ਜਿਹੜਾ ਤੈਨੂੰ ਤਖ਼ਤ ਦੇ ਉੱਤੇ ਵੀ ਚੈਨ ਦੇ ਨਾਲ ਬੈਠਣ ਨਹੀਂ ਦੇਵੇਗਾ। ਇਹ ਯਾਦ ਰੱਖੀ ਗੱਲ ਨੂੰ। ਪਰ ਗੁਰਮੁਖੋ ਸੱਚ ਜਾਣੋ ਗੁਰੂ ਦਾ ਹਿਰਦਾ ਕਿੰਨਾ ਵਿਸ਼ਾਲ ਹੈ। ਜਿੱਥੇ ਔਰੰਗਜ਼ੇਬ ਨੂੰ ਇਹ ਲਿਖਿਆ, ਔਰੰਗਜ਼ੇਬ ਮੈਨੂੰ ਅਫਸੋਸ ਹੈ ਇਸ ਗੱਲ ਦਾ, ਤੂੰ 5 ਨਵਾਜ਼ਾਂ ਦਾ ਪੱਕਾ ਧਾਰਨੀ ਹੋ ਕੇ ਵੀ ਅੱਲਾ ਦੀ ਰਹਿਮਤ ਨੂੰ ਸਮਝ ਨਹੀਂ ਸਕਿਆ, ਅੱਲਾ ਦੀ ਵਡਿਆਈ ਨਹੀਂ ਲੈ ਸਕਿਆ, ਤੂੰ ਜ਼ੁਲਮ ਕੀਤੇ, ਤੂੰ ਜ਼ੁਲਮ ਪਾਉਂਦਾ ਰਿਹਾ, ਪਰ ਤੂੰ ਇਹ ਸਮਝ ਹੀ ਨਹੀਂ ਸਕਿਆ ਕਿ ਅੱਲਾ ਦੀ ਰਹਿਮਤ ਕਿੱਥੇ ਵਰਸਦੀ ਹੈ। ਪਰ ਗੁਰਮੁਖੋ ਖਾਲਸਾ ਜੀ, ਸੱਚ ਜਾਣਿਓ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਜ਼ੁਲਮੀ ਔਰੰਗਜ਼ੇਬ ਦਾ ਵੀ ਭਲਾ ਕੀਤਾ ਹੈ। ਜਦੋਂ ਔਰੰਗਜ਼ੇਬ ਦਾ ਭਲਾ ਕਰਨ ਲੱਗੇ ਨਾ, ਤਾਂ ਸੱਚ ਜਾਣਿਓ ਮੇਰੇ ਪਾਤਸ਼ਾਹ ਜ਼ਫਰਨਾਮੇ ਦੀਆਂ ਆਖਰੀ ਪੰਕਤੀਆਂ ਵਿੱਚ ਲਿਖਦੇ ਹੈ, ਮੇਰੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਵੀ ਫਿਰ ਵੀ ਉਹਦਾ ਭਲਾ ਕੀਤਾ, ਕਹਿਣ ਲੱਗੇ ਔਰੰਗਜ਼ੇਬ ਫਿਰ ਵੀ ਅਸੀਂ ਤੇਰਾ ਭਲਾ ਕਰਦੇ ਹਾਂ, ਹੋ ਸਕਦਾ ਕਿ ਵੱਡੀਆਂ ਕੁਰਬਾਨੀਆਂ ਹੋਈਆਂ ਤੇ ਬੜੇ ਜ਼ੁਲਮ ਕੀਤੇ, ਪਰ ਫਿਰ ਵੀ ਤੇਰੀ ਆਤਮਾ ਵਾਸਤੇ ਅਸੀਂ ਇਹ ਗੱਲ ਕਹਿੰਦੇ ਹਾਂ, ਜੇ ਕਿਤੇ ਤੇਰੇ ਮੁੱਖੋਂ ਨਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਆ ਜਾਵੇ ਨਾ, ਤੇ ਯਾਦ ਰੱਖੀ ਤੇਰਾ ਛੁਟਕਾਰਾ ਹੋ ਜਾਏਗਾ। ਉਸ ਔਰੰਗਜ਼ੇਬ ਦਾ ਵੀ ਭਲਾ ਕਰਕੇ ਗਏ ਮੇਰੇ ਪਾਤਸ਼ਾਹ, ਤੇ ਅਸੀਂ ਤਾਂ ਗੁਰੂ ਦੀ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਮਹਾਰਾਜ ਸਾਡੇ ਉੱਤੇ ਕਿੰਨੀ ਕਿਰਪਾ ਵਰਸਾਉਂਦੇ ਹੋਣਗੇ। ਆਓ ਜਫਰਨਾਮਾ, ਉਹ ਚੜ੍ਹਦੀ ਕਲਾ, ਉਹ ਖਾਲਸੇ ਪੰਥ ਦਾ ਨਿਸ਼ਾਨ, ਗੁਰਮੁਖੋ ਆਓ
मेरे पातशाह जी किवें औरंगजेब नूं दस रहे आ कि मेरे चार पुत्र मार के ये ना जानी कि यह खालसा पंथ खत्म हो गया। मैं इस नूं प्रगट करके चलिया, इहदा मैं जन्म नहीं किया, क्योंकि जो प्रगट हुंदा है वह सदा दुनिया से अटल रह जाता है। मेरे पातशाह जी जफरनामे अंदर की लिखते हैं, आओ प्यारे खालसा जी जोड़ी शंताबंदी के अंदर इउं बयान कर रही है। नपुंसक सल्तनत दे बादशाह औरंगजेब, तू पलंदा झूठदा ते तू है बंदा पुरफरे, ओ रब जाने तेरिया कसमां दी किन्नी किस्म है, झूठ दी है रू तेरी ते झूठ दाई जिस्म है। मैं शुरू करदा चिट्ठी अपनी दा सिलसिला, वेख मेरे दिल दी रंगत दान जा रही बुझ दिला, ओ भाई गुरु दे नाम दा लिखदा बिल्ला हरफ मैं, तीर वांगू मारदा हरफ तेरी तरफ मैं। ना तेरे दा अर्थ है सुंदर सजावट तख्त दी, पर तेरी सूरत अलग दी सितमगढ़ कंबख्त दी, ओ तेरी तस्बी देन मन के कैद काने मौत दे, डंडियां दे नाल कड़े अर्थ तू डंडौत दे। ओए ए तेरी कड़वी कमीनी बदलियां दी पावना, हुण ए चौदी जोर गुर गोबिंद दा अजमावना, मैं तेरे पैरां दे हेठा अग ऐसी बालनी जिसने तेरी सल्तनत ते बादशाही जालनी। ओ की होया जे शेर दे बच्चे तुम्हारे गिदड़ा, की होया जे शेर दे बच्चे तुम्हारे गिदड़ा, की होया जे लिद तू फिरदा फुंडाई लिदड़ा। ओ जो खुदा दे नाम ते चुकियां तू कसमां मर गया, तेरिया पंजेन माजा नूकना कित कर गया। आसना मां किस तरह कर देन योदे गुफ्तगू, आवखा मां किस तरह लड़ देन चंगा जंग जू। ओ जंग दे मैदान अंदर फौजा सजाइया जांदिया, हो के अम्मो सामने तेगा उठाया जांदिया। ना फौजा नू लड़ौंदा चौण योदे शकरे, जे ना फौजा नू लड़ौंदा चौण योदे शकरे, दोहा तिरा दे सूर में जरनेल कर दे टकरे। ओ तू ही एता फौज लेके आजा मेरे रूबरू, मैं लड़ा का जंग उसे ही तरा दी हूबहू। ओ खुदा दे मुर्ज मां तू बादशाह मर्दूद है, अपनी ही अग अंदर सड़ रिया नमरूद है। ओ अपना मां रब दी तहरीज अनपढ़ आलमा, आप खामा उस दी रहमत दा जलवा चालमा। सुनियो पौले बादशाह वक्त दिया आवाज है, खालसे दी इस तबाही बिच भी कोई राज है। ओ ए तबाही है हुई उजड़े बसावण बासते, ए तबाही है हुई रोंदे हसावण बासते। जो है कीता तेरिया फौजा गणी चमकौर विच, बुझदनी नी उस तो बड़ी है कोई उस दौर विच। पुट आ जा तीर मेरे ने खान नार खान नू, सब तेरे जरनैल फिर दे सील को दे जान नू। कट गए तेरे हजारा सी सिपाही कट गए, डट गए मेरे लड़ाके सिंह चाणी डट गए। ओ तेरा खबाजा जो मर दूत पट्टा सूरमा,
खुदान कीती आप मेरी रहबरी, अपने बंदे दी कीती आप बंदा परवरी। ओ मैं हजारा किरिया नू तोड़ के आया गया, बादशाह मैं तेरा मुंह मोड़ के आया गया। ओए झूठिया कसमा दसा तू ही जिम्मेवार है, तू खुदा दी नजर विच शैतान है मकार है। ओ तू है झूठा बादशाह ते जिंदगी दा कोड़ है, तू खड़ा दरिया किनारे खोखला एक बोड़ है। प्यारे खालसा जी, सब तो पहला असी धनवादी हाँ धन गुरु ग्रंथ साहिब पातशाह महाराज जी के जिन्होंने सानू विभागा समा बख्शिश किया है। उस तो बाद धनवादी हाँ साढ़े मीडिया के जो अकाल चैनल वालों सारे ही जो प्रोग्राम नू लाइव टैलीकास्ट किया जा रहा है, जो संगत घर के बैठ के भी लाइव इस प्रोग्राम नू सरवण कर सकन, क्योंकि साडा यह अपना मीडिया है। अपने मीडिया ने सानू जरूर सपोर्ट करनी चाहिए है, क्योंकि जो असी कोई भी कौम की गल करनी हो दुनिया तक अपनी गल नू लजाना हो उस वेले सानू अपने मीडिया की लोड़ पैंदी है। दूसरे दे कोल जावांगे तो सानू 100 गल्लां सुननियां पैणगियां। सो अपना साडा मीडिया अकाल चैनल जो हमेशा ही कौम दे विच जो भी नवीं गतिविधियां हुंदियां ने उन्हां बारे हरेक घर दे विच घर घर के पहुँचा के हरेक सिख नूं उन्हां गतिविधियां तो जाणू करवाउण दा जिहड़ा शेयर है वह साडे सकाल चैनल दे कोल जांदा है। तो सारी टीम जिहड़ी है इस प्रोग्राम नूं लाइव टैलीकास्ट कर रही है, असीं इन्हां दे बहुत धन्नवादी हाँ, क्योंकि साडा अपना मीडिया जिहड़ा है, क्योंकि अज कल दुनिया ते मीडिया दा जमाना है। अपनी गल नूं जेकर असीं घर घर विच पहुँचाउणा चाहुंदे हाँ, जिथे असीं स्टेजां तों अपने धार्मिक विचारां बारे अपने शहीदां बारे बोलदे हाँ, उत्थे ही ਇਹ ਘਰ ਘਰ ਦੇ ਵਿੱਚ ਸਾਡੀਆਂ ਕਈਆਂ ਗੱਲਾਂ ਨੂੰ ਪਹੁੰਚਾ ਕੇ ਇਸ ਪ੍ਰਚਾਰ ਨੂੰ ਦੁੱਗਣਾ ਚੌਗਣਾ ਕਰ ਦਿੰਦੇ ਨੇ। ਅਸੀਂ ਸਾਰੀ ਟੀਮ ਦੇ ਬਹੁਤ ਅਤਿ ਧੰਨਵਾਦੀ ਹਾਂ ਅਕਾਲ ਚੈਨਲ ਵਾਲਿਆਂ ਦੇ। ਅਤੇ ਆਓ ਪਿਆਰੇ ਖਾਲਸਾ ਜੀ, ਜਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਕਿਉਂਕਿ ਤੁਹਾਡੇ ਘਰਾਂ ਦੇ ਵਿੱਚ ਤੁਹਾਡੀ ਇਸ ਜੱਗ ਦੇ ਵਿੱਚ ਚੜ੍ਹਦੀ ਕਲਾ ਤਾਂ ਹੀ ਹੈ ਜੇ ਤੁਸੀਂ ਆਪਣੇ ਗੁਰੂ ਸਾਹਿਬ ਨੂੰ ਆਪਣਾ ਜੀਵਨ ਬਣਾਇਆ ਹੋਇਆ, ਕਿਉਂਕਿ ਜਿਹੜਾ ਗੁਰੂ ਨੇ ਸਾਨੂੰ ਜੀਵਨ ਬਖਸ਼ਿਆ ਉਹ ਸਦਾ ਚੜ੍ਹਦੀ ਕਲਾ ਵਾਲਾ ਹੈ। ਦੇਖੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਫਰਨਾਮੇ ਅੰਦਰ ਕੀ ਲਿਖਦੇ ਹੈ, ਕਹਿੰਦੇ ਐ ਔਰੰਗਜ਼ੇਬ ਬਾਦਸ਼ਾਹ, ਤੂੰ 10 ਲੱਖ ਦੀ ਫੌਜ ਚਾੜੀ, ਆਪਣੇ 94 ਜਰਨੈਲ ਚਾੜੇ। ਤੇ ਮਹਾਰਾਜ ਜੀ ਨੇ ਜਿਹਦਾ ਬਿਆਨ ਵੀ ਕੀਤਾ ਉਹ ਨਾਰਖਾਂ, ਜਿੱਥੇ ਮਹਾਰਾਜ ਲਿਖਦੇ ਨੇ ਚੋਸ਼ੀਦੇ ਨਾਹਰ ਬਿਆਮਦੰਗ ਬੁਝੰਗ, ਕਹਿੰਦੇ ਉਹ ਨਾਰਖਾਂ ਚੜ੍ਹ ਕੇ ਆਇਆ, ਉਹਨੇ ਗੜੀ ਨੂੰ ਪੌੜੀ ਲਾਈ ਹੈ ਨਾ, ਉਹ ਚਾਹੁੰਦਾ ਸੀ ਕਿ ਮਾਰ ਕੁਟਾਈ ਕਰਕੇ ਮੈਂ ਅੰਦਰੋਂ ਗੜੀ ਦਾ ਦਰਵਾਜ਼ਾ ਖੋਲ ਦਿਆਂਗਾ। ਤੇ ਗੁਰੂ ਪਿਆਰੇ ਖਾਲਸਾ ਜੀ, ਉਹਦੀ ਇਹ ਚਾਹਤ ਸੀ ਕਿ ਅੰਦਰ ਫੌਜ ਵੜ ਜਾਏਗੀ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਵਾਂਗੇ, ਪਰ ਮੇਰੇ ਪਾਤਸ਼ਾਹ ਨੇ ਆਖਿਆ ਉਹ ਨਾਰ ਖੰਚੜ ਕੇ ਆਇਆ
ਜਦੋਂ ਉਹਨੇ ਪਾ ਲਿਆ ਬਨੇਰੇ ਨੂੰ ਹੱਥ, ਮੇਰੇ ਪਾਤਸ਼ਾਹ ਕਹਿੰਦੇ ਮੈਂ ਚਾੜਿਆ ਤੰਦੀ ਦੇ ਉੱਤੇ ਤੀਰ, ਚਾੜ ਕੇ ਤੰਦੀ ਦੇ ਉੱਤੇ ਤੀਰ, ਹਵਾਵਾਂ ਨੂੰ ਚੀਰਦਾ ਹੋਇਆ ਤੀਰ ਛੱਡਿਆ, ਉਹ ਜਾਂਦਾ ਹੋਇਆ ਨਾਰਖਾਂ ਦੇ ਮੱਥੇ 'ਚ ਵੱਜਾ ਅਤੇ ਗਿੱਚੀ 'ਚ ਬਾਹਰ ਨਿਕਲ ਗਿਆ। ਮੇਰੇ ਪਾਤਸ਼ਾਹ ਕਹਿੰਦੇ ਉਹਨੂੰ ਮੈਂ ਤੀਰ ਦਾ ਪ੍ਰਸ਼ਾਦ ਦਿੱਤਾ। ਜਦੋਂ ਨਾਰਖਾਂ ਢਹਿ ਗਿਆ ਨਾ, ਫਿਰ ਗਨੀ ਖਾਂ ਵੀ ਅੱਗੇ ਆਇਆ, ਮੇਰੇ ਪਾਤਸ਼ਾਹ ਕਹਿੰਦੇ ਉਹਨੂੰ ਮੈਂ ਗੁਰਜ ਮਾਰ ਕੇ ਉਹਦਾ ਪ੍ਰਸ਼ਾਦ ਉਹਨੂੰ ਬਖਸ਼ਿਆ। ਪਰ ਮੇਰੇ ਪਾਤਸ਼ਾਹ ਕਹਿੰਦੇ ਜੇ ਉਹ ਮਰਦੂਦ ਅਲੀ ਜਿਹੜਾ ਬਹੁਤੀਆਂ ਬੜਕਾਂ ਮਾਰਦਾ ਸੀ, ਜੇ ਉਹ ਵੀ ਕਿਤੇ ਪੌੜੀ 'ਤੇ ਚੜ੍ਹ ਕੇ ਬਨੇਰੇ ਦੇ ਲਾਗੇ ਆਉਂਦਾ ਨਾ, ਤਾਂ ਯਾਦ ਰੱਖੀ ਉਹਨੂੰ ਵੀ ਅਸੀਂ ਤੀਰਾਂ ਦਾ ਪ੍ਰਸ਼ਾਦ ਬਖਸ਼ ਦੇਣਾ ਸੀ। ਪਰ ਉਹ ਕਾਹਦਾ ਯੋਧਾ ਸੀ, ਉਹ ਚੜ੍ਹ ਕੇ ਪੌੜੀ 'ਤੇ ਕੀ ਉਹਨੇ ਚੜ੍ਹਨੀ, ਉਹ ਆਪ ਵੀ ਸਾਨੂੰ ਦੇਖ ਕੇ ਡਿੱਗ ਗਿਆ ਅਤੇ ਪੌੜੀ ਵੀ ਮਾਰੇ ਕਹਿੰਦੇ ਨਾਲ ਹੀ ਲੈ ਗਿਆ, ਨਹੀਂ ਤਾਂ ਪ੍ਰਸ਼ਾਦ ਅਸੀਂ ਉਹਨੂੰ ਵੀ ਦੇ ਦੇਣਾ ਸੀ। ਅਤੇ ਗੁਰੂ ਪਿਆਰੇ ਖਾਲਸਾ ਜੀ ਮੇਰੇ ਪਾਤਸ਼ਾਹ ਲਿਖਦੇ ਨੇ ਕਿ ਜਦੋਂ ਨਾਰਖਾਂ ਚੜ੍ਹ ਕੇ ਆਇਆ ਨਾ, ਅਤੇ ਉਹਨੂੰ ਅਸੀਂ ਤੀਰ ਦਾ ਪ੍ਰਸ਼ਾਦ ਦਿੱਤਾ, ਮੇਰੇ ਯੋਧਿਆਂ ਨੇ, ਮੇਰੇ ਹਿੰਮਤ ਸਿੰਘ ਵਰਗਿਆਂ ਨੇ, ਸੱਚ ਜਾਣੀ ਔਰੰਗਜ਼ੇਬ ਬਾਦਸ਼ਾਹ ਪੰਜਾਂ ਨੇ ਤੇਰੀ 10 ਲੱਖ ਦੀ ਫੌਜ ਨੂੰ ਵਕਤ ਪਾਈ ਰੱਖਿਆ। ਇਹ ਮੇਰੇ ਪਾਤਸ਼ਾਹ ਨੇ ਉੱਥੇ ਲਿਖਿਆ, ਆਪਣੇ ਸਿੰਘਾਂ ਦੀ ਚੜ੍ਹਦੀ ਕਲਾ ਮੇਰੇ ਪਾਤਸ਼ਾਹ ਨੇ ਬਿਆਨ ਕੀਤੀ ਹੈ, ਕਿਉਂਕਿ ਮੇਰੇ ਪਾਤਸ਼ਾਹ ਅਤਿ ਖੁਸ਼ ਨੇ ਆਪਣੇ ਖਾਲਸਿਆਂ ਦੇ ਉੱਤੋਂ। ਯਾਦ ਰੱਖੋ, ਐਵੇਂ ਨਹੀਂ ਮੇਰੇ ਪਾਤਸ਼ਾਹ ਨੇ ਆਪਣਾ ਸਰੂਪ ਆਪਣੇ ਖਾਲਸਿਆਂ ਨੂੰ ਬਖਸ਼ਿਆ, ਮੇਰੇ ਪਾਤਸ਼ਾਹ ਮਾਣ ਕਰਦੇ ਇਸ ਗੱਲ 'ਤੇ। ਮੇਰੇ ਪਾਤਸ਼ਾਹ ਨੇ ਇਹ ਗੱਲ ਬਿਆਨ ਕੀਤੀ ਹੈ, ਇਨ ਪੁੱਤਰ ਪਰਿਵਾਰ ਦੀ ਇਹ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਅਤੇ ਅਸੀਂ ਤਾਂ ਹੁਣ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚ ਹੋ ਕੇ ਵੀ ਆਪਣੀ ਏਕਤਾ ਬਰਕਰਾਰ ਨਹੀਂ ਰੱਖ ਸਕੇ। ਪਿਆਰੇ, ਜਿਹੜਾ ਇਤਿਹਾਸ ਸਾਡੇ ਘਰ ਵਿੱਚ ਪਹੁੰਚਣਾ ਚਾਹੀਦਾ ਸੀ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਸਾਡਾ ਇਤਿਹਾਸ ਅਸਲ ਹੈ ਕੀ, ਅਸੀਂ ਕਿਹਨਾਂ ਦੇ ਨਾਲ ਜੁੜਦੇ ਹਾਂ। ਉਹ ਮਹਾਰਾਜਾ ਰਣਜੀਤ ਸਿੰਘ, ਜੇ ਤਾਂ ਸੱਚ ਜਾਣੋ ਇਹ ਇੰਗਲੈਂਡ ਦੀ ਸਰਕਾਰ ਡਰਦੀ ਰਹੀ, ਉਹ ਮਹਾਰਾਜਾ ਰਣਜੀਤ ਸਿੰਘ, ਉਹ ਹਰੀ ਸਿੰਘ ਨਲੂਏ ਵਰਗੇ ਯੋਧੇ, ਉਹ ਸ਼ਾਮ ਸਿੰਘ ਅਟਾਰੀ ਵਰਗੇ ਯੋਧੇ, ਸਰਦਾਰ ਨਿਧਾਨ ਸਿੰਘ ਪੰਜ ਹੱਥੇ ਵਰਗੇ ਯੋਧੇ, ਸਾਨੂੰ ਉਹਨਾਂ ਦਾ ਨਾਂ ਨਹੀਂ ਸਾਡੇ ਬੱਚਿਆਂ ਨੂੰ ਪਤਾ ਹੋਣਾ, ਇੱਥੋਂ ਤੱਕ ਕਿ ਸਾਡੇ ਸਾਹਿਬਜ਼ਾਦਿਆਂ ਦਾ ਨਾਂ ਸਾਡੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ। ਇਸ ਕਰਕੇ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਸੰਗਤ ਜੀ, ਇਹ ਮੇਰੀਆਂ ਭੈਣਾਂ ਬੀਬੀਓ, ਇਹ ਮੇਰੇ ਬਜ਼ੁਰਗੋ, ਆਪਣੇ ਇਤਿਹਾਸ ਨੂੰ ਜਾਣੋ, ਆਪ ਇਤਿਹਾਸ ਨੂੰ ਪੜ੍ਹੋ ਅਤੇ ਇਤਿਹਾਸ ਦੀ ਬਾਂਹ ਆਪਣੇ ਬੱਚਿਆਂ ਨੂੰ ਫੜਾ ਦਿਓ। ਉਹਨਾਂ ਬੱਚਿਆਂ ਨੂੰ ਦੱਸੋ ਕਿ ਸਾਡੀਆਂ ਕੁਰਬਾਨੀਆਂ ਹੈ ਕੀ। ਸਾਡੇ ਵਾਸਤੇ ਇੱਕ ਬੰਦੇ ਨੇ ਪਾਇਆ ਨਾ ਉਹ ਟਿਕਟੋਕ ਦੇ ਉੱਤੇ, ਮੈਂ ਉਹਦੀ ਗੱਲ ਸਿੱਧੀ ਕਰਾਂਗਾ। ਉਹਨੇ ਪਾਇਆ ਟਿਕਟ ਉੱਤੇ, ਕਹਿੰਦੇ ਸਿੱਖ ਬੜੇ ਇੱਦਾਂ ਦੇ ਨੇ, ਅਸੀਂ ਵੀ ਤਾਂ ਉਹਨਾਂ ਦੇ ਦੇਸ਼ਾਂ ਵਿੱਚ ਆ ਕੇ, ਕ੍ਰਿਸ਼ਚਨ ਦੇਸ਼ ਨੇ, ਉਹਨਾਂ ਦੇਸ਼ਾਂ ਵਿੱਚ ਆ ਕੇ ਅਸੀਂ ਵੀ ਤਾਂ ਆਪਣੇ ਗੁਰਪੁਰਬ ਮਨਾਉਂਦੇ ਹਾਂ, ਨਗਰ ਕੀਰਤਨ ਕੱਢਦੇ ਹਾਂ, ਜੇ ਪੰਜਾਬ ਦੀ ਧਰਤੀ 'ਤੇ ਕ੍ਰਿਸਮਿਸ ਮਨਾਈ ਜਾਂਦੀ ਤਾਂ ਕੀ ਹੋਇਆ। ਉਹ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ, ਕਿਉਂਕਿ ਗੁਰੂ ਨਾਨਕ ਦਾ ਘਰ ਤਾਂ ਸਦਾ ਮਨੁੱਖਤਾ ਵਾਸਤੇ ਖੜਾ ਰਿਹਾ ਹੈ, ਸਾਨੂੰ ਇਸ ਗੱਲ ਦਾ ਦੁੱਖ ਨਹੀਂ। ਪਰ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪੰਜਾਬੀ ਭਰਾਵਾਂ ਨੂੰ ਬਰਗਲਾ ਕੇ, ਉਹਨਾਂ ਦੇ ਹੱਥਾਂ ਦੇ ਵਿੱਚ ਹੋਰ ਝੰਡੇ ਫੜਾ ਕੇ ਉਹਨਾਂ ਨੂੰ ਹੋਰ ਧਰਮ ਵੱਲ ਤੋਰਿਆ ਜਾ ਰਿਹਾ, ਅਸੀਂ ਇਸ ਗੱਲੋਂ ਦੁਖੀ ਹਾਂ। ਵਾਹਿਗੁਰੂ। ਅਸੀਂ ਕ੍ਰਿਸਮਸ ਤੋਂ ਦੁਖੀ ਨਹੀਂ, ਕਿਸੇ ਦੀ ਖੁਸ਼ੀ ਵੇਖੇ ਖਾਲਸਾ ਕਦੀ ਦੁਖੀ ਨਹੀਂ ਹੁੰਦਾ। ਉਹ ਸਾਡੀ ਤਾਂ ਅਰਦਾਸ ਹੀ ਇਹ ਕਹਿੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਪਹਿਲਾਂ ਭਾਣੇ ਦਾ ਸਰਬੱਤ ਦਾ ਭਲਾ ਮੰਗਦੀ ਹੈ, ਫਿਰ ਉਹਦੇ ਭਾਣੇ ਅੰਦਰ ਆਪ ਖੁਸ਼ ਰਹਿੰਦੀ ਹੈ। ਸਰਬੱਤ ਦਾ ਭਲਾ ਕਹਿਣ ਵਾਲੀ ਸਾਡੀ ਕੌਮ, ਅਤੇ ਗੁਰਮੁਖੋ ਸਾਡੇ 'ਤੇ ਜਦੋਂ ਇਹ ਸਵਾਲ ਹੁੰਦੇ ਨੇ ਉਹਨੂੰ ਦੱਸਿਆ ਕਰੋ ਇਹਨਾਂ ਸਵਾਲਾਂ ਬਾਰੇ ਕਿ ਅਸੀਂ ਵੱਡੇ ਵੱਡੇ ਗੁਰਦੁਆਰੇ ਵਿਦੇਸ਼ਾਂ 'ਚ ਬਣਾਏ ਜ਼ਰੂਰ ਨੇ, ਪਰ ਇੱਥੇ ਅਸੀਂ ਆ ਕੇ ਗੋਰਿਆਂ ਨੂੰ ਇਹ ਨਹੀਂ ਕਹਿੰਦੇ ਕਿ ਗੋਰਿਓ ਜੇ ਲੰਗਰ ਛਕਣਾ ਤਾਂ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਆਓ। ਅਸੀਂ ਕਹਿੰਦੇ ਹਾਂ ਗੋਰਿਆਂ ਨੂੰ ਕਦੀ, ਅਸੀਂ ਕਿਸੇ ਗੋਰੇ ਨੂੰ ਕਿਹਾ ਹੋਵੇ ਆਪਣਾ ਧਰਮ ਬਦਲੋ, ਸਾਡੇ ਮੁੱਖਾਂ 'ਤੇ ਤੁਹਾਡੇ ਦਾੜੀਆਂ ਚਾਹੀਦੀਆਂ ਤਾਂ ਤੁਹਾਨੂੰ ਲੰਗਰ ਛਕਣ ਦੇਣਾ, ਅਸੀਂ ਇਹ ਨਹੀਂ ਗੱਲਾਂ ਕਹਿੰਦੇ। ਪਰ ਜਿਹੜਾ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਧਰਮ ਦੇ ਬਾਰੇ ਬੋਲੇਗਾ ਨਾ, ਅਸੀਂ ਉਹਦੇ ਬਾਰੇ ਜ਼ਰੂਰ ਬੋਲਾਂਗੇ। ਅਸੀਂ ਆਪਣੇ ਇਤਿਹਾਸ ਦੀ ਗੱਲ ਕਰ ਰਹੇ ਜੀ, ਅਤੇ ਆਓ ਪਿਆਰੇ ਖਾਲਸਾ ਜੀ, ਤੁਸੀਂ ਬੜੀ ਭਾਵਨਾ ਦੇ ਨਾਲ ਸੰਗਤ ਕਰ ਰਹੇ ਹੋ, ਮੈਂ ਸੰਗਤ ਨੂੰ ਧੰਤਾਂ ਦੇ ਯੋਗ ਕਹਾਂਗਾ, ਕਿਉਂਕਿ ਕੱਲ੍ਹ ਦੇ ਦੀਵਾਨਾਂ ਵਿੱਚ ਵੀ ਹਾਜ਼ਰੀ, ਫਿਰ ਰਾਤ ਭਰ ਦੇਰ ਰਾਤ ਤੱਕ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਬਹੁਤ ਗਿਣਤੀ ਅੰਦਰ, ਫਿਰ ਅੱਜ ਦੇ ਦੀਵਾਨ ਵਿੱਚ ਵੀ ਹਾਜ਼ਰੀ, ਕਿਉਂਕਿ ਸਿੱਖ ਦਾ ਇਹ ਨਿਸ਼ਚਾ ਹੈ ਕਿ ਕੋਈ ਵੀ ਕਰਮ ਜੋ ਪਹਿਲਾਂ ਕਰਨਾ ਹੋਵੇ ਨਾ, ਉਸ ਤੋਂ ਪਹਿਲਾਂ ਅਰਦਾਸ ਨਾਲ ਜੁੜਿਆ ਜਾਵੇ। ਸਿੱਖ ਵਾਸਤੇ ਅਰਦਾਸ ਉਹਦੀ ਜ਼ਿੰਦਗੀ ਹੈ, ਸਿੱਖ ਵਾਸਤੇ ਬਾਣੀ ਉਹਦੀ ਆਤਮਾ ਹੈ, ਅਤੇ ਅਰਦਾਸ ਇੱਕ ਬੜਾ ਪ੍ਰੇਮ ਦਾ ਸੰਬੰਧ ਹੈ ਜਿਹੜਾ ਸਿੱਖ ਨੂੰ ਗੁਰੂ ਦੇ ਨਾਲ ਜੋੜਦਾ। ਇਸ ਕਰਕੇ ਅਸੀਂ ਗੁਰੂ ਚਰਨਾਂ ਵਿੱਚ ਆਏ ਹਾਂ, ਮਹਾਰਾਜ ਕਿਰਪਾ ਕਰਨ, ਉੱਥੇ ਆਪਣੇ ਇਤਿਹਾਸ ਨਾਲ ਵੀ ਅਸੀਂ ਜੁੜੀਏ, ਬਾਣੀ ਦੇ ਨਾਲ ਵੀ ਜੁੜੀਏ। ਜਿਹੜੇ ਇੱਧਰ ਉੱਧਰ ਦੇ ਤੁਹਾਨੂੰ ਵਿਦਵਾਨ ਮਿਲਦੇ ਹਨ, ਉਹਨਾਂ ਵਿਦਵਾਨਾਂ ਦੀ ਮੰਨਣ ਦੀ ਥਾਂ ਅਸੀਂ ਆਪਣਾ ਨਿਸ਼ਚਾ ਗੁਰਬਾਣੀ 'ਤੇ ਜੋੜ ਲਈਏ, ਗੁਰਬਾਣੀ ਦੇ ਨਾਲ ਉਹਦੀ ਗੱਲ ਦਾ ਨਿਰਣਾ ਕਰੀਏ, ਕਿਉਂਕਿ ਗੁਰਮਤ ਤੋਂ ਉੱਚਾ ਕੋਈ ਨਹੀਂ ਪਿਆਰੇ, ਉਹ ਗੁਰੂ ਦੇ ਸਿਧਾਂਤਾਂ ਤੋਂ ਉੱਚਾ ਕੋਈ ਵੀ ਨਹੀਂ ਹੈ, ਚਾਹੇ ਆਪਣੀਆਂ ਗੱਲਾਂ ਜਿੰਨੀਆਂ ਮਰਜ਼ੀ ਕੋਈ ਮਾਰੀ ਜਾਏ, ਅਤੇ ਸਾਡਾ ਸਿਧਾਂਤ ਇਸ ਨਿਸ਼ਚਾ ਹੋਣਾ ਚਾਹੀਦਾ। ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਨਿਤਨੇਮ ਸਾਡੇ ਜੀਵਨ ਦੇ ਵਿੱਚ ਆ ਜਾਏ, ਖੰਡੇ ਬਾਟੇ ਦੀ ਅਸੀਂ ਪੌਲ ਛਕ ਲਈਏ, ਮਹਾਰਾਜ ਦੇ ਚਰਨਾਂ ਅੰਦਰ ਸਾਡਾ ਓਟ ਆਸਰਾ ਹੋਵੇ,
ते महाराज सज्जा कृपा करन कि साडे परिवारां दी सदा ही चढ़दी कला महाराज बख्शिशां रखण, परिवारां विच सुख शांति सदा वसदी रहे। ये जथे वालों असी अरदास करते हैं। सो बख्शिया होया समा समाप्त है, भुल्लां चुक्कां दी खिमा आपां नाल ही अपने शहीदां नूं भी सदा याद रखना है। ये भी बेनतियां तुसीं प्रवान करनियां। आओ प्यारे खालसा जी, जो मेरे पातशाह चढ़दी कला अपनी कौम नूं बख्श के गए ने, वो चढ़दी कला दे जकारियां दे नाल आपां गुरु महाराज जी के चरणों अंदर हाजरियां लवाउणियां कि यह चढ़दी कला सदा साढ़े जीवन च बनी रहे। सो आओ प्यारे खालसा जी, सारे फतेह रूपी बोले दे विच अपनी रसना पवित्र करो। जकारा जावे नार हो जावे।